ਜੈ ਮਾਂ ਸੰਤੋਸ਼ੀ ਪ੍ਰਾਚੀਨ ਮੰਦਰ ਲੋਪੋਕੇ। ਸੋ ਜਿੱਥੇ ਅੱਜ 27ਵਾਂ ਵਿਸ਼ਾਲ ਇਹ ਜਿਹੜਾ ਜਾਗਰਣ ਹੈ, ਸੋ ਇਸ ਮੰਦਰ ਵੱਲੋਂ ਔਰ ਸਮੂਹ ਸੰਗਤਾਂ ਵੱਲੋਂ ਕਰਵਾਇਆ ਜਾ ਰਿਹਾ ਹੈ। ਸੋ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਹੈ ਸਾਡੇ ਮਾਣਯੋਗ ਸ਼੍ਰੀ ਰਾਜੇਸ਼ ਬਜਾਜ ਜੀ, ਸਾਡੇ ਪ੍ਰੈਜ਼ੀਡੈਂਟ ਨੇ, ਸਾਡੇ ਪ੍ਰਧਾਨ ਸਾਹਿਬ ਨੇ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ। ਔਰ ਇਸ ਦਰਬਾਰ ਦੇ ਵਿੱਚ ਗੱਦੀ ਨਸ਼ੀਨ ਜਿਨ੍ਹਾਂ ਨੂੰ ਸੇਵਾ ਮਿਲੀ ਹੋਈ ਹੈ ਦਰਬਾਰ ਦੀ, ਸਾਡੇ ਭਗਤ ਹੀਰਾ ਜੀ, ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ। ਔਰ ਤਮਾਮ ਜਿੰਨੀ ਵੀ ਸੰਗਤ ਹੈ ਦੂਰੋਂ ਨੇੜਿਓਂ ਅੱਜ ਮਾਂ ਦੇ ਸ਼ਾਹੀ ਦਰਬਾਰ ਦੇ ਵਿੱਚ ਹਾਜ਼ਰੀਆਂ ਭਰਨ ਵਾਸਤੇ ਪਹੁੰਚੀ ਹੈ, ਸੋ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ। ਅਤੇ ਆਓ, ਕਿਉਂਕਿ ਇਹ ਵੀ ਮਾਂ ਦੀ ਰਜ਼ਾ ਹੈ, ਸੱਚੇ ਦਿਲ ਦੇ ਨਾਲ ਆਪਾਂ ਹਾਜ਼ਰੀਆਂ ਭਰਨੀਆਂ ਹੈ। ਬਾਬਾ ਬੁੱਲੇ ਸ਼ਾਹ ਲਿਖਦੇ ਹੈ, ਕਹਿੰਦੇ ਨੇ ਕਿ ਜੇ ਰੱਬ ਮਿਲਦਾ ਨਾਤਿਆਂ ਧੋਤਿਆਂ ਅਤੇ ਮਿਲਦਾ ਡੱਡੂਆਂ ਮੱਛੀਆਂ, ਜੇ ਰੱਬ ਮਿਲਦਾ ਮਰੀ ਮਸਾਣੀ ਅਤੇ ਮਿਲਦਾ ਚਾਮ ਚਿੜਕੀਆਂ, ਜੇ ਰੱਬ ਮਿਲਦਾ ਜੰਗਲ ਵੇਲੇ ਅਤੇ ਮਿਲਦਾ ਗਊਆਂ ਵੱਛੀਆਂ, ਪਰ ਬੁੱਲੇ ਸ਼ਾਹ ਰੱਬ ਉਹਨਾਂ ਨੂੰ ਮਿਲਦਾ ਅਤੇ ਨੀਤਾਂ ਜਿਨ੍ਹਾਂ ਦੀਆਂ ਸੱਚੀਆਂ। ਸੋ ਜਿਹੜੇ ਅੱਜ ਸਾਫ਼ ਨੀਤ ਦੇ ਨਾਲ ਮਾਂ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਨਗੇ, ਅੱਜ ਮਾਂ ਨੇ ਰਹਿਮਤਾਂ ਦਾ ਹੱਟ ਖੋਲਿਆ, ਇਹ ਸਾਰੀਆਂ ਰਹਿਮਤਾਂ ਉਹਨਾਂ ਵਾਸਤੇ ਹੈ। ਸੋ ਇਸ ਕਰਕੇ ਆਓ, ਮਾਂ ਦੇ ਚਰਨਾਂ ਦੇ ਵਿੱਚ ਆਪਾਂ ਸਾਰੇ ਜਣੇ ਹਾਜ਼ਰੀਆਂ ਭਰੀਏ। ਇਹ ਵੀ ਮਾਂ ਦੀ ਰਜ਼ਾ ਹੈ ਕਿ ਤੁਸੀਂ ਸਾਰੇ ਮਾਂ ਦੇ ਸ਼ਾਹੀ ਦਰਬਾਰ ਦੇ ਵਿੱਚ ਹਾਜ਼ਰੀਆਂ ਭਰਨ ਵਾਸਤੇ ਇੱਥੇ ਆਏ ਹੋ, ਵਰਨਾ ਉਹਦੀ ਰਜ਼ਾ ਤੋਂ ਬਿਨਾਂ ਤਾਂ ਪੱਤਾ ਵੀ ਨਹੀਂ ਹਿਲਦਾ। ਕਿ ਬੰਦਿਆ ਫਜ਼ੂਲ ਗਿਲਾਏ ਤੇਰੇ ਦਿਲ ਦਾ, ਹੁਕਮ ਤੋਂ ਬਗੈਰ ਤਾਂ ਪੱਤਾ ਵੀ ਨਹੀਂ ਹਿਲਦਾ। ਇੱਕ ਰੋਟੀ ਮਿਲੇ ਉਸਦਾ ਸ਼ੁਕਰ ਗੁਜ਼ਾਰੀਏ, ਗੁਰਾਂ ਵੱਲ ਧਿਆਨ ਲਾ ਕੇ ਰੱਬ ਨੂੰ ਵਿਚਾਰੀਏ, ਇੱਥੇ ਤਾਂ ਹਿਸਾਬ ਦੇਣਾ ਪੈਣਾ ਤਿਲ ਦਾ, ਹੁਕਮ ਤੋਂ ਬਗੈਰ ਤਾਂ ਪੱਤਾ ਵੀ ਨਹੀਂ ਹਿਲਦਾ। ਸੋ ਇਹ ਮਾਂ ਦੀ ਅਪਾਰ ਕਿਰਪਾ ਹੋਈ ਅੱਜ ਆਪਣੇ ਸਾਰਿਆਂ ਦੇ ਉੱਤੇ ਕਿ ਆਪਾਂ ਮਾਂ ਦੇ ਚਰਨਾਂ ਦੇ ਵਿੱਚ ਸਾਰੇ ਹਾਜ਼ਰੀਆਂ ਦੇ ਰਹੇ ਹਾਂ। ਸੋ ਮੈਂ ਜ਼ਿਆਦਾ ਗੱਲਾਂ ਨਾ ਕਰਾਂ, ਇਹਨਾਂ ਸੋਹਣੇ ਸੋਹਣੇ ਨੈਣਾਂ ਦੇ ਵਿੱਚ ਕਸੀਰ ਬਣ ਕੇ ਨਾ ਰੜਕਾਂ। ਉਹ ਫਨਕਾਰ ਜਿਸਦੇ ਹਰ ਇੱਕ ਬੋਲ ਦੇ ਨਾਲ ਤੁਸੀਂ ਪਿਆਰ ਕਰਦੇ ਹੋ, ਮੁਹੱਬਤ ਕਰਦੇ ਹੋ, ਚਾਹੇ ਕਮਰਸ਼ੀਅਲ ਗੀਤਾਂ ਦੀ ਮੈਂ ਗੱਲ ਕਰਾਂ, ਚਾਹੇ ਧਾਰਮਿਕ ਗੀਤਾਂ ਦੀ ਗੱਲ ਕਰਾਂ, ਚਾਹੇ ਫਿਲਮੀ ਗੀਤਾਂ ਦੀ ਗੱਲ ਕਰੀਏ, ਹਰ ਰੰਗ ਦੇ ਵਿੱਚ ਤੁਸਾਂ ਨੇ ਪਿਆਰ ਦਿੱਤਾ ਹੈ, ਮੁਹੱਬਤ ਦਿੱਤੀ ਹੈ। ਸੋ ਉਸੇ ਫਨਕਾਰ ਨੂੰ ਮਾਂ ਦੇ ਚਰਨਾਂ ਦੇ ਵਿੱਚ, ਸੰਗਤ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਈ ਤੁਹਾਡੀ ਨਜ਼ਰ ਕਰਨ ਜਾ ਰਿਹਾ, ਕਿਉਂਕਿ ਕਹਿੰਦੇ ਨੇ ਕਿ ਰਹਿਮਤਾਂ ਮਾਂ ਤੇਰੀਆਂ ਗਿਣਾਈਆਂ ਨਹੀਂ ਉਹ ਜਾਂਦੀਆਂ, ਮਿੱਠੇ ਲੱਗਦੇ ਮਈਆ ਜੀ ਤੇਰੇ ਬੋਲ, ਵੇਲੇ ਅੰਮ੍ਰਿਤ ਦੇ ਅੱਜ ਡਮਰੂ ਵਜਾ ਦੇ ਭੋਲਿਆ, ਅੱਜ ਸਭ ਨੂੰ ਨਚਾ ਦੇ ਭੋਲਿਆ, ਤੇਰਾ ਕਰਕੇ ਦੀਦਾਰ ਦਾਤੀ ਜਾਣਾ ਤੂੰ ਬੂਹੇ ਅੱਜ ਬੰਦ ਨਾ ਕਰੀ, ਲਾਲ ਰੰਗ ਦੇ ਝੰਡਿਆਂ ਉੱਤੇ ਸੋਹਣਾ ਗੋਟਾ ਲਾਈਏ, ਮੇਲਾ ਲੱਗਿਆ ਦਾਤੀ ਦਾ ਜੋ ਦਰਸ਼ਨ ਕਰਕੇ ਆਈਏ, ਸਾਈਕਲਾਂ 'ਤੇ ਹੋ ਕੇ ਸਵਾਰ ਜੀ ਦਰਮਾਨ ਦੇ ਚੱਲੀਏ, ਕ੍ਰਿਸ਼ਨਾ ਤੇਰੀ ਮੁਰਲੀ 'ਤੇ ਭਲਾ ਕੌਣ ਨਹੀਂ ਨੱਚਦਾ। ਸੋ ਅੱਜ ਮਾਂ ਦੇ ਜਾਗਰਣ ਦੇ ਵਿੱਚ ਆਪਾਂ ਸਾਰੇ ਹੀ ਨੱਚਾਂਗੇ। ਸੋ ਕਹਿੰਦੇ ਨੇ ਕਿ ਕਲਾ ਕੀ ਦੁਨੀਆ ਮੇਂ ਵੋ ਹਸਤੀ ਮਹਾਨ ਹੋਤੀ ਹੈ, ਜਿਸਕੇ ਸਰ ਪੇ ਮਾਂ ਸਰਸਵਤੀ ਮਿਹਰਬਾਨ ਹੋਤੀ ਹੈ। ਸੋ ਜਿਸ ਫਨਕਾਰ ਦੇ ਉੱਤੇ ਮਾਂ ਸਰਸਵਤੀ ਦੀ ਅਪਾਰ ਕਿਰਪਾ ਹੈ, ਸੋ ਉਸੇ ਫਨਕਾਰ ਨੂੰ ਮਾਂ ਦੇ ਚਰਨਾਂ ਦੇ ਵਿੱਚ, ਸਾਰੀ ਸੰਗਤ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਈ ਸੱਦਾ ਦੇ ਰਿਹਾ। ਔਰ ਜਿੰਨੀ ਵੀ ਸੰਗਤ ਬੈਠੀ ਹੈ, ਇੱਕ ਵਾਰੀ ਆਸ਼ੀਰਵਾਦ ਦਿਓ ਜ਼ੋਰਦਾਰ ਤਾੜੀਆਂ ਦੇ ਨਾਲ। ਫਿਰੋਜ਼ ਖਾਨ
ਭਗਵਾਨ ਦੇ ਸ਼ਾਹੀ ਦਰਬਾਰ ਦੇ ਵਿੱਚ ਮਾਂ ਦੀ ਪਾਕ ਪਵਿੱਤਰ ਜੋਤ ਦੇ ਅੱਗੇ ਨਤਮਸਤਕ ਵਰਲਡ ਫੇਮਸ ਆਵਾਜ਼, ਜਿਸ ਆਵਾਜ਼ ਨੂੰ ਸਤਿਕਾਰ ਦਿਓ, ਪਿਆਰ ਦਿਓ, ਜਨਾਬ ਫਿਰੋਜ਼ ਖਾਨ ਜੀ ਮਾਂ ਚਰਨਾਂ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਵਾ ਰਹੇ ਨੇ। ਇੱਥੋਂ ਦੀ ਸਾਰੀ ਮੈਨੇਜਮੈਂਟ ਉਹਦੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਤੇ ਆਓ ਜਿੰਨੀ ਸੰਗਤ ਬੈਠੀ ਆ, ਰੱਬ ਦਾ ਰੂਪ ਹੈ, ਕਰੀ ਜ਼ੋਰਦਾਰ ਤਾੜੀਆਂ ਦਾ ਆਸ਼ੀਰਵਾਦ ਦੇ ਦਿਓ ਜਨਾਬ ਫਿਰੋਜ਼ ਖਾਨ ਜੀ। ਰਜੇਸ਼ ਬਜਾਜ ਸਾਹਿਬ ਬਹੁਤ ਬਹੁਤ ਮੁਬਾਰਕਾਂ। ਇੱਕ ਹੱਥ ਜੋੜ ਕੇ ਬੇਨਤੀ ਹੈ ਭੈਣਾਂ ਨੂੰ ਵੀ, ਆ ਛੋਟੇ ਛੋਟੇ ਬੱਚਿਆਂ ਨੂੰ ਵੀ, ਬੈਠ ਜਾਓ, ਸਾਰੇ ਬੈਠ ਜਾਓ, ਕਿਉਂਕਿ ਸ਼ਰਧਾ ਦੇ ਨਾਲ, ਪਿਆਰ ਦੇ ਨਾਲ ਸਾਰਿਆਂ ਨੇ ਹਾਜ਼ਰੀ ਭਰਨੀ ਹੈ ਮਾਂ ਦੇ ਦਰਬਾਰ ਦੇ ਵਿੱਚ। ਇਹ ਮਾਂ ਦਾ ਦਰਬਾਰ ਸਜਿਆ ਹੈ, ਸਵਾਦਬ ਜਿਹੜਾ ਉਹ ਪਹਿਲਾਂ ਅਸੂਲ ਹੈ ਇਸ ਦਰਬਾਰ ਦਾ। ਸੋ ਇਸ ਕਰਕੇ ਪਿਆਰ ਨਾਲ, ਸਤਿਕਾਰ ਨਾਲ ਬੈਠ ਕੇ ਆਪਾਂ ਸਾਰਿਆਂ ਨੇ ਹਾਜ਼ਰੀਆਂ ਭਰਨੀਆਂ। ਅਤੇ ਆਓ, ਕਿਉਂਕਿ ਬੈਠ ਜਾਓ ਇਧਰਲੇ ਪਾਸੇ ਵੀ, ਜਿੰਨੀ ਸੰਗਤ ਖੜੀ ਹੈ ਸਾਰੇ ਬੈਠਣ ਦੀ ਕਿਰਪਾਲਤਾ ਕਰੋ। ਸਿਆਣੇ ਲੋਕਾਂ ਦਾ ਕਹਿਣਾ ਕਿ ਜਿਹੜਾ ਬਹਿ ਗਿਆ ਉਹ ਲੈ ਗਿਆ। ਸੋ ਇਸ ਕਰਕੇ ਆਓ ਬੈਠ ਕੇ ਪਿਆਰ ਦੇ ਨਾਲ, ਸ਼ਰਧਾ ਦੇ ਨਾਲ ਮਾਂ ਦੇ ਦਰਬਾਰ ਦੇ ਵਿੱਚ ਹਾਜ਼ਰੀਆਂ ਭਰੀਏ। ਔਰ ਉਹ ਫਨਕਾਰ ਜਿਸ ਫਨਕਾਰ ਬਾਰੇ ਕਿਸੇ ਸ਼ਾਇਰ ਨੇ ਲਿਖਿਆ ਹੈ, ਕਹਿੰਦੇ ਨੇ ਕਿ ਜਿਹਦੇ ਕਦਮਾਂ ਵਿੱਚ ਝੁਕਦੀ ਹੈ ਕੁੱਲ ਦੁਨੀਆ, ਉਹਨੂੰ ਸੱਚਾ ਭਗਵਾਨ ਕਹਿੰਦੇ ਨੇ। ਜਿਹੜਾ ਪਿਆਰ ਮੁਹੱਬਤ ਦਾ ਹੋਵੇ ਹਾਣੀ, ਉਹਨੂੰ ਵਧੀਆ ਇਨਸਾਨ ਕਹਿੰਦੇ ਨੇ। ਬਹੁਤੀ ਦੇਰ ਨਾਲ ਜਿਹੜਾ ਸੁਰ 'ਤੇ ਟਿਕ ਸਕੇ ਉਹਨੂੰ ਬੇਸੁਰਾ ਨਾਦਾਨ ਕਹਿੰਦੇ ਨੇ। ਜਿਹੜਾ ਸੁਰ ਅਤੇ ਤਾਲ ਦੇ ਵਿੱਚ ਕਰਦਾ ਹੈ ਗੱਲਾਂ, ਉਹਨੂੰ ਫਿਰੋਜ਼ ਖਾਨ ਕਹਿੰਦੇ ਨੇ। ਸੋ ਇੰਨੀ ਸੰਗਤ ਬੈਠੀ ਹੈ ਮਾਂ ਦੇ ਦਰਬਾਰ ਦੇ ਵਿੱਚ, ਰੱਬ ਦਾ ਰੂਪ ਹੈ ਸਾਰੀ ਸੰਗਤ। ਇੱਕ ਵਾਰੀ ਜ਼ੋਰਦਾਰ ਤਾੜੀਆਂ ਦਾ ਆਸ਼ੀਰਵਾਦ ਦਿਓ ਫਿਰੋਜ਼ ਖਾਨ ਜੀ।
आदि गणेश मनाके करा मैं तेरा ध्यान, तिन गुण बख्शियो मां शारदा, कंठ ताल सुर गुरु र ब्रह्मा गुरु विष्णु गुरु र देव महेश्वरा गुरुर साक्षात परम ब्रह्मा तस्मै श्री गुरुदेव नमः। वक्रतुंड महाकाय सूर्य कोटि समं प्रभा निर्विघ्नं पुर मे देवा सर्वकार्येषु सर्वदा। वक्रतुंड महाकाय सूर्य कोटि समं प्रभा निर्विघ्नं पुर मे देवा सर्वकार्येषु सर्वदा। वक्रतुंड महाकाय सूर्य कोटि समं प्रभा निर्विघ्नं पुर मे देवा सर्वकार्येषु सर्वदा 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 सर्वकार्येषु सर्वदा। आओ जी मनाइए शिव गौरामा दे लाल, आओ जी मनाइए शिव गौरामा दे लाल, आओ जी मनाइए शिव गौरामा दे लाख नू, आओ जी मनाइए शिव गौरामा दे लाख गौरामा दे लाल नू, शिव जी दे लाल नू मना च बसाइए छट जग देखिया। आओ जी मनाइए शिव गौरामा दे लाख नू, आओ जी मनाइए शिव गौरामा दे लाख।
ਲਾਲ ਆਓ ਜੀ ਮਨਾਈਏ ਸ਼ਿਵ ਗੌਰਾ ਮਾਤੇ ਲਾਲ ਨੂੰ ਫੁੱਲਾਂ ਵਾਲੇ ਥਾਲਾਂ ਵਿੱਚ ਆਰਤੀ ਸਜਾ ਨਹੀਂ ਹੈ ਰਲ ਕੇ ਮਨਾਈਏ ਭੋਗ ਲੱਡੂਆਂ ਦਾ ਲਾ ਨਹੀਂ ਹੈ ਫੁੱਲਾਂ ਵਾਲੇ ਥਾਲਾਂ ਵਿੱਚ ਆਰਤੀ ਸਜਾ ਲਈਏ ਰਲ ਕੇ ਮਨਾਈਏ ਭੋਗ ਲੱਡੂਆਂ ਦਾ ਲਾ ਲਈਏ ਪੂਜੀਏ ਤੇ ਆਈਏ ਰੂਪ ਤੱਕੀਏ ਕਮਾਦ ਨੂੰ ਮਨਾਂ ਚ ਵਸਾਈਏ ਛੱਡ ਜਗ ਦੇ ਖਿਆਲ ਆਓ ਜੀ ਮਨਾਈਏ ਸ਼ਿਵ ਗੌਰਾ ਮਾਤੇ ਲਾਲ ਆਓ ਜੀ ਮਨਾਈਏ ਆਓ ਜੀ ਮਨਾਈਏ ਸ਼ਿਵ ਗੌਰਾ ਮਾਤੇ ਲਾਲ ਗਿਣ ਮਿਟਾ ਕੇ ਲਹਿਰਾਂ ਪੈਰਾਂ ਕਰ ਦੇਣਗੇ ਕਹੇ ਸਰ ਜੀਵਨ ਸੱਤੇ ਖੈਰਾਂ ਕਰ ਦੇਣਗੇ ਵਿਘਨ ਮਿਟਾ ਕੇ ਲਹਿਰਾਂ ਪੈਰਾਂ ਕਰ ਦੇਣਗੇ ਕਹੇ ਸਰ ਜੀਵਨ ਸੱਤੇ ਖੈਰਾਂ ਕਰ ਦੇਣਗੇ ਫਿਰੋਜ਼ੀਆਂ ਸਲਾਈਏ ਕੱਟ ਦੇਣਗੇ ਦਾਲ ਤੂੰ ਮਨਾਂ ਚ ਵਸਾਈਏ ਛੱਡ ਚੱਕ ਦੇਖਿਆ ਆਓ ਜੀ ਮਨਾਈਏ ਸ਼ਿਵ ਗੌਰਾ ਮਾਤੇ ਲਾਲ ਆਓ ਜੀ ਮਨਾਈਏ ਆਓ ਜੀ ਮਨਾਈਏ ਸ਼ਿਵ ਗੌਰਾ ਮਾਤੇ ਲਾਲ ਆਓ ਜੀ ਮਨਾਈਏ ਸ਼ਿਵ ਗੌਰਾ ਮਾਤੇ ਲਾਲ ਨੂੰ ਆਓ ਜੀ ਮਨਾਈਏ ਸ਼ਿਵ ਗੌਰਾ ਮਾਤੇ ਲਾਲ ਹੱਥ ਉੱਤੇ ਕਰਕੇ ਭਗਤ ਜੀ ਜਿਹੜੇ ਗਣੇਸ਼ ਮਹਾਰਾਜ ਜੀ ਨਾਲ ਪਿਆਰ ਕਰਦੇ ਆ ਦੋਨੋਂ ਹੱਥ ਉੱਤੇ ਕਰਕੇ ਤਾੜੀ ਵਜਾ ਕੇ ਕਵੋ ਆਓ ਜੀ ਮਨਾਈਏ ਸ਼ਿਵ ਗੌਰਾ ਮਾਤੇ ਲਾਲ ਆਓ ਜੀ ਮਨਾਈਏ ਸ਼ਿਵ ਗੌਰਾ ਮਾਤੇ ਲਾਲ ਆਓ ਜੀ ਮਨਾਈਏ ਸ਼ਿਵ ਗੌਰਾ ਮਾਤੇ ਲਾਲ ਨੂੰ ਗੌਰਾ ਮਾਤੇ ਲਾਲ ਨੂੰ ਲਾਲ ਬੋਲੀਏ ਗਣਪਤੀ ਮਹਾਰਾਜ ਕੀ ਬੋਲ ਸੱਚੇ ਦਰਬਾਰ ਕੀ ਜੈਕਾਰਾ ਸ਼ੇਰਾਂ ਵਾਲੀ ਮਾਂ ਦਾ ਬਹੁਤ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਲੋਪੋ ਕੇ ਮੈਂ ਬੜੀ ਦੇਰ ਪਹਿਲਾਂ ਮੇਰੇ ਖਿਆਲ 2004-05 ਦੇ ਵਿੱਚ ਹਾਜ਼ਰੀ ਲਵਾ ਕੇ ਗਿਆ ਸੀ ਦਾਤੀ ਮਾਂ ਦੀ ਕਿਰਪਾ ਹੋਈ ਕਿ ਅੱਜ 27ਵਾਂ ਸਾਲਾਨਾ ਭਗਵਤੀ ਮਾਂ ਦਾ
ਜਾਗਰਣ ਰਚਾਇਆ ਗਿਆ ਜੈ ਮਾਂ ਸੰਤੋਸ਼ੀ ਪ੍ਰਾਚੀਨ ਮੰਦਰ ਲੋਪੋ ਕੇ। ਸਾਡੇ ਰਾਜੇਸ਼ ਬਜਾਜ ਜੀ, ਪ੍ਰਧਾਨ ਜੀ, ਗੱਦੀ ਨਸ਼ੀਨ ਭਗਤ ਹੀਰਾ ਜੀ, ਮੇਰੀਆਂ ਮਾਤਾਵਾਂ, ਭੈਣਾਂ, ਵੀਰ, ਬਜ਼ੁਰਗ, ਬੱਚੇ, ਜਿੰਨੇ ਵੀ ਤੁਸੀਂ ਤਸ਼ਰੀਫ ਫਰਮਾਓ, ਜਿੰਨੇ ਵੀ ਦੂਰੋਂ ਨੇੜਿਓਂ ਆਇਓ ਚੱਲ ਕੇ, ਸਭ ਦਾ ਇਸਤਕਬਾਲ ਹੈ। ਸਭ ਨੂੰ ਜੀ ਆਇਆਂ ਨੂੰ ਵੈਲਕਮ, ਖੁਸ਼ਾਮਦੀਦ। ਮੈਂ ਸ਼ੁਕਰੀਆ ਅਦਾ ਕਰਦਾ ਕਿ ਬੜੇ ਸਾਲ ਪਹਿਲਾਂ ਇੱਥੇ ਹਾਜ਼ਰੀ ਲੱਗੀ ਸੀ, ਅੱਜ ਫਿਰ ਮੈਨੂੰ ਮੌਕਾ ਬਖਸ਼ਿਆ ਸੰਗਤ ਨੇ ਮਹਾਮਾਈ ਦੇ ਚਰਨਾਂ ਦੇ ਵਿੱਚ ਗੁਣਗਾਨ ਕਰਨ ਦਾ। ਕਿਰਪਾ ਹੋ ਗਈ ਹੈ ਦਾਤੀ ਮਾਂ ਦੀ, ਰਹਿਮਤ ਹੋ ਗਈ ਹੈ ਉਹਦੀ। ਮੈਂ ਇੱਕ ਗੱਲ ਕਹਿ ਦੇਵਾਂ ਕਿ ਜਿੰਨੇ ਵੀ ਭਗਤ ਤੁਸੀਂ ਬੈਠੇ ਹੋਏ ਹੋ, ਭਗਤ ਜੀ ਬਹਿ ਜਾਓ, ਇੱਕ ਤਾਂ ਸਾਡੀ ਆਹ ਆਦਤ ਬੜੀ ਮਾੜੀ ਹੁੰਦੀ ਹੈ, ਇੱਕ ਜਣੇ ਨੇ ਕਿਸੇ ਦੇ ਵਾਲ ਪੱਟ ਦਿੱਤੇ ਤੇ ਸਾਰੀ ਮਲਾਖ ਨੇ ਦੇਖਣਾ ਜ਼ਰੂਰ ਹੈ। ਬੈਠ ਜਾਓ, ਬੈਠ ਜਾਓ, ਬੈਠ ਜਾਓ, ਬੈਠ ਜਾਓ ਭਗਤ ਜੀ। ਜਿੰਨੀ ਵੀ ਸੰਗਤ ਹੈ ਇੱਧਰ ਉੱਧਰ ਦੌੜ ਰਹੀ ਹੈ, ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ, ਇਹ ਮਾਂ ਦਾ ਸ਼ਾਹੀ ਦਰਬਾਰ ਹੈ ਔਰ ਮਾਂ ਦੀ ਪਾਕ ਪਵਿੱਤਰ ਜੋਤ ਜਗ ਰਹੀ ਹੈ। ਇਹ ਜਿਹੜੀ ਜੋਤ ਹੈ ਇਹਦਾ ਨੂਰ ਹੈ ਸਾਰੀ ਦੁਨੀਆ ਦੇ ਵਿੱਚ, ਇਸ ਕਰਕੇ ਆਓ ਨਿਰਾਦਰ ਨਾ ਕਰੋ, ਅਦਬ ਦੇ ਨਾਲ ਆਪਾਂ ਸਤਿਕਾਰ ਦੇ ਨਾਲ ਮਾਂ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰੀਏ। ਜਿੰਨੇ ਵੀ ਸਾਡੇ ਪਿਛਲੇ ਪਾਸੇ ਵੀਰ ਨੇ ਜਿਹੜੇ, ਸਾਰੇ ਬੈਠਣ ਦੀ ਕਿਰਪਾਲਤਾ ਕਰੋ। ਜਕਾਰਾ ਸ਼ਰਮ ਵਾਲੀ ਮਾਂ ਦਾ, ਬੈਠ ਜਾਓ, ਬੈਠ ਜਾਓ, ਤੁਸੀਂ ਤੇ ਬੈਠ ਜਾਓ, ਬੈਠ ਜਾਓ, ਮਾਂ ਦੇ ਬਿਲਕੁਲ ਨਜ਼ਦੀਕ ਬੈਠੇ ਹੋ ਤੁਸੀਂ, ਤੁਸੀਂ ਤੇ ਅਦਬ ਸਤਿਕਾਰ ਦੇ ਨਾਲ ਬੈਠੋ, ਸਾਰੀ ਸਾਰੀ ਬੈਠ ਜਾਓ, ਸਾਰੀ ਬੈਠ ਜਾਓ, ਕੋਈ ਗੱਲ ਨਹੀਂ, ਉਹ ਆ ਜਾਂਦੇ ਹੈ ਕਈ ਵਾਰੀ, ਜ਼ਿੰਦਗੀ ਦੇ ਕਈ ਹਿਸਾਬ ਕਿਤਾਬ ਹੁੰਦੇ ਨੇ, ਸੋ ਜਦੋਂ ਮੇਲ ਹੁੰਦੇ ਆ ਫਿਰ ਗੱਲਾਂ ਹੁੰਦੀਆਂ, ਅਤੇ ਜਦੋਂ ਗੱਲਾਂ ਹੁੰਦੀਆਂ ਉਹ ਫਿਰ ਥੋੜ੍ਹੀਆਂ ਬਹੁਤੀਆਂ ਤਾਂ ਠਾਂ ਵੀ ਹੋ ਜਾਂਦੀਆਂ, ਕੋਈ ਗੱਲ ਨਹੀਂ, ਉਹਨਾਂ ਨੂੰ ਮਨਾ ਕੇ ਲਿਆਓ, ਇਹ ਮਾਂ ਦਾ ਦਰਬਾਰ ਹੈ, ਇੱਥੇ ਸਾਰਿਆਂ ਦੀਆਂ ਝੋਲੀਆਂ ਭਰਦੀਆਂ, ਆਓ ਜੇ ਕਿਸੇ ਨੂੰ ਘਾਟਾ ਵੀ ਪਿਆ ਤਾਂ ਉਹ ਇਸ ਦਰਬਾਰ ਦੇ ਵਿੱਚ ਪੂਰਾ ਹੋ ਜਾਣਾ ਹੈ, ਸੋ ਇਸ ਕਰਕੇ ਬੈਠਣ ਦੀ ਕਿਰਪਾਲਤਾ ਕਰੋ। ਬੈਠ ਜਾਓ ਭੈਣ ਜੀ, ਬੈਠ ਜਾਓ, ਬੈਠ ਜਾਓ, ਹਾਂ ਫੋਟੋ ਬਾਅਦ ਦੇ ਵਿੱਚ ਕਰਾਉਂਦੇ ਹਾਂ, ਬੈਠੋ, ਆਪਾਂ ਸ਼ੁਰੂ ਤਾਂ ਕਰੀਏ ਜਿਨ੍ਹਾਂ ਕਰਕੇ ਆਏ ਹਾਂ, ਮਾਂ ਕਰਕੇ ਆਪਾਂ ਆਏ ਹਾਂ, ਪਹਿਲਾਂ ਮਾਂ ਦੀਆਂ ਹਾਜ਼ਰੀਆਂ ਤਾਂ ਸ਼ੁਰੂ ਕਰ ਲਈਏ, ਫਿਰ ਬਾਅਦ ਦੇ ਵਿੱਚ ਫੋਟੋ ਕਰਦੇ ਹਾਂ ਆਪਾਂ, ਅਤੇ ਆਓ ਸ਼ੁਰੂ ਕਰਦੇ ਹਾਂ ਫਿਰ। ਵਾਹ ਜੀ ਵਾਹ, ਚਲੋ ਇਹ ਜਿਨ੍ਹਾਂ ਦੇ ਨਸੀਬ ਇੱਦਾਂ ਦੇ ਹੁੰਦੇ ਨੇ ਉਹ ਫਿਰ ਇੱਦਾਂ ਹੀ, ਮਰਜ਼ੀ ਹੈ ਉਹਦੀ, ਸ਼ਾਇਦ ਉਹਨੂੰ ਨਾ ਮਨਜ਼ੂਰ ਹੋਵੇ। ਕਿਉਂਕਿ ਸੁਣਾ ਵੀ ਹੈ, ਆਜ਼ਮਾਇਆ ਵੀ ਹੈ ਕਿ ਤੇਰੇ ਦਰਵਾਜ਼ੇ ਸੇ ਕੋਈ ਖਾਲੀ ਨਹੀਂ ਜਾਤਾ, ਸੁਣਾ ਵੀ ਹੈ, ਆਜ਼ਮਾਇਆ ਵੀ ਹੈ ਕਿ ਤੇਰੇ ਦਰਵਾਜ਼ੇ ਸੇ ਕੋਈ ਖਾਲੀ ਨਹੀਂ ਜਾਤਾ, ਝੋਲੀਆਂ ਸਭ ਕੀ ਭਰੀ ਦੇਖੀ ਹੈ, ਦੇਣੇ ਵਾਲਾ ਨਜ਼ਰ ਨਹੀਂ ਆਤਾ। ਭਗਤ ਜਨੋ ਜਿਹੜੇ ਬੈਠੇ ਹੋ ਉਹ ਲਾਹਾ ਲਿਓ,
ਅੱਜ ਮਹਾਮਾਈ ਦੇ ਦਰਬਾਰ ਦੇ ਵਿੱਚ ਮੈਂ ਜ਼ਿਆਦਾ ਗੱਲਾਂ ਨਾ ਕਰਾਂ। ਆਓ ਮਹਾਮਾਈ ਦੇ ਨਾਮ ਦਾ ਕੀਰਤਨ ਸ਼ੁਰੂ ਕਰਨ ਲੱਗਿਆਂ, ਮੈਂ ਨਹੀਂ ਕਹਿੰਦਾ ਕਿ ਮੈਂ ਕੋਈ ਫਨਕਾਰ ਹਾਂ ਜਾਂ ਕੋਈ ਗਲੂਕਾਰ ਹਾਂ ਜਾਂ ਕੋਈ ਤਾਨਸੈਨ ਹਾਂ, ਮੈਂ ਕੁਛ ਵੀ ਨਹੀਂ ਹਾਂ, ਤੁਹਾਡੇ ਵਰਗਾ ਹੀ ਭਗਤ ਹਾਂ। ਜੇ ਸਾਰੇ ਜਾਣੇ ਮਿਲ ਕੇ ਕੀਰਤਨ ਕਰਾਂਗੇ ਤਾਂ ਮਹਾਮਾਈ ਨੂੰ ਬਹੁਤ ਜ਼ਿਆਦਾ ਚੰਗਾ ਲੱਗੇਗਾ, ਮਹਾਮਾਈ ਪ੍ਰਸੰਨ ਹੋਏਗੀ। ਜਿਹੜਾ ਬੱਚਾ ਮਾਂ ਦੀ ਗੋਦ ਦੇ ਵਿੱਚ ਬੈਠ ਕੇ ਖੁਸ਼ ਨਹੀਂ ਹੋਇਆ, ਉਹ ਦੁਨੀਆ ਦੇ ਕਿਸੇ ਵੀ ਕੋਨੇ 'ਚ ਚਲਾ ਜਾਵੇ ਉਹ ਖੁਸ਼ ਨਹੀਂ ਹੋ ਸਕਦਾ। ਇਸ ਕਰਕੇ ਇਹ ਜਗਤ ਜਨਨੀ ਮਾਂ ਦੀ ਗੋਦ ਦੇ ਵਿੱਚ ਬੈਠੇ ਹੋਏ ਹੋ ਤੁਸੀਂ ਸਾਰੇ ਜਾਣੇ, ਸਮਾਈਲ ਫੇਸ, ਜਿਵੇਂ ਅਸੀਂ ਮਾਂ ਨੈਣਾ ਦੇਵੀ ਜਾਂਦੇ ਹਾਂ, ਮਾਂ ਚਿੰਤਪੁਰਨੀ ਜਾਂਦੇ ਹਾਂ, ਮਾਂ ਵੈਸ਼ਨੂੰ ਦਰਬਾਰ ਜਾਂਦੇ ਹਾਂ ਤਾਂ ਕਿੰਨੇ ਖੁਸ਼ ਹੋ ਕੇ ਜਾਂਦੇ ਹਾਂ। ਅੱਜ ਮਹਾਮਾਈ ਸਾਡੇ ਘਰ ਦੇ ਵਿੱਚ ਜੋਤ ਰੂਪ ਦੇ ਵਿੱਚ ਆਈ ਹੈ, ਸਾਨੂੰ ਕਿੰਨੇ ਖੁਸ਼ ਹੋਣਾ ਚਾਹੀਦਾ, ਉਸ ਨਾਲੋਂ ਵੀ ਦੁੱਗਣੇ ਖੁਸ਼ ਹੋ ਕੇ ਬੈਠਣਾ ਚਾਹੀਦਾ। ਸੋ ਸਾਰੇ ਜਾਣੇ ਮਹਾਮਾਈ ਦੇ ਚਰਨਾਂ ਦੇ ਵਿੱਚ ਹੱਥ ਉੱਤੇ ਕਰਕੇ ਇੱਕ ਵਾਰੀ ਜੈਕਾਰਾ ਬੋਲਣਗੇ ਸਾਰੇ ਭਗਤ ਜਨ। ਕਰ ਲਓ ਹੱਥ ਉੱਤੇ ਜੈਕਾਰਾ ਸ਼ੇਰਾਂ ਵਾਲੀ ਮਾਂ ਦਾ, ਸੱਚੇ ਦਰਬਾਰ ਕੀ ਦਰਬਾਰ ਕੀ। ਆਵਾਜ਼ ਆਉਣੀ ਚਾਹੀਦੀ ਹੈ ਭਗਤੋ, ਆਓ ਸਾਰੇ ਜਾਣੇ ਮਿਲ ਕੇ। ਜੈ ਜੈ ਮਾਂ, ਜੈ ਜੈ ਮਾਂ, ਜੈ ਜੈ ਮਾਂ, ਜੈ 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 ਮਾਂ। ਤੇਰੇ ਦਰਸ਼ਨ ਦੀ ਤਾਂਗ ਲੈ ਕੇ ਆ ਕੇ ਭਗਤ ਪਿਆਰੇ, ਤੇਰੇ ਦਰਸ਼ਨ ਦੀ ਤਾਂਗ ਲੈ ਕੇ ਆ ਕੇ ਭਗਤ ਪਿਆਰੇ। ਹੋ ਜੋਤਾਂ ਵਾਲੀਏ ਮੇਰਾ ਵਾਲੀਏ, ਜੋਤਾਂ ਵਾਲੀਏ ਮੇਰਾ ਵਾਲੀਏ, ਲਾਉਂਦੇ ਸਭ ਜੈਕਾਰੇ, ਤੇਰੇ ਦਰਸ਼ਨ ਦੀ ਤਾਂਗ ਲੈ ਕੇ ਆ ਕੇ ਭਗਤ ਪਿਆਰੇ। ਜੈ ਜੈ ਮਾਂ, ਜੈ ਜੈ ਮਾਂ, ਜੈ ਜੈ ਮਾਂ, ਜੈ ਜੈ ਮਾਂ, ਜੈ 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 ਮਾਂ। ਦਰਸ਼ ਸਾਨੂੰ ਇੱਕ ਵਾਰ ਲਾਈਆਂ ਉਮੀਦਾਂ ਬੜੀਆਂ, ਕਰਕੇ ਜੋਤ ਪਰ ਚੰਦ ਦਾਤੀਏ ਦਰ ਤੇ ਸੰਗਤਾਂ ਖੜੀਆਂ, ਕਰੀਏ ਚਰਨਾਂ ਦੇ ਵਿੱਚ ਅਰਜ਼ਾਂ, ਕਰੀਏ ਕਦਮਾਂ ਦੇ ਵਿੱਚ ਅਰਜ਼ਾਂ, ਮੱਲੇ ਅਸਾਂ ਦੁਆਰ, ਤੇਰੇ ਦਰਸ਼ਨ ਦੀ ਤਾਂਗ ਲੈ ਕੇ ਆ ਕੇ ਭਗਤ ਪਿਆਰੇ, ਤੇਰੇ ਦਰਸ਼ਨ ਦੀ ਤਾਂਗ ਲੈ ਕੇ ਆ ਕੇ ਭਗਤ
जय जय मां 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 हो ਤੇ ਫੁੱਲ ਲੈ ਕੇ ਦਾਤੀਏ ਦਰਦ ਸੰਗਤਾਂ ਆਈਆ ਹੋ ਗਿਆ ਹਾਜ਼ਰ ਜਿਸ ਨੂੰ ਮੰਮੀਏ ਤੂੰ ਨੇ ਚਿੱਠੀਆਂ ਪਾਈਆਂ ਕੀ ਹਿੰਦੂ ਕੀ ਮੁਸਲਿਮ ਸਿੱਖ ਸਭ ਕੀ ਹਿੰਦੂ ਕੀ ਮੁਸਲਿਮ ਸਿੱਖ ਸਭ ਬੈਠੇ ਰਲ ਕੇ ਸਾਰੇ ਤੇਰੇ ਦਰਸ਼ਨ ਟਾਂਗ ਲੈ ਕੇ ਆ ਕੇ ਭਗਤ ਪਿਆਰੇ ਜੈ ਜੈ ਮਾਂ ਜੈ ਜੈ ਮਾਂ ਜੈ ਜੈ ਮਾਂ ਜੈ ਜੈ ਮਾਂ ਦਿਨ ਗਏ ਨੇ ਨਰਾਤਿਆਂ ਦੇ ਆ ਸਾਨੂੰ ਵੀ ਚਿੱਠੀ ਪਾਈ ਦਾਤੀਏ ਦਿਨ ਗਏ ਨੇ ਨਰਾਤਿਆਂ ਦੇ ਆ ਸਾਨੂੰ ਵੀ ਚਿੱਠੀ ਪਾਈ ਦਾਤੀਏ ਦਿਲ ਪੁੱਛ ਗਹਿਲੇ ਦਿਲ ਪੁੱਛ ਗਹਿਲੇ ਦਿਲ ਪੁੱਛ ਗਹਿਲੇ ਲਾਲਾ ਰਮੇ ਸਾ ਭਗਤ ਜੀ ਇੱਦਾਂ ਨਾ ਕਰੋ ਬਈ ਤੁਸੀਂ ਵੀ ਮਹਾਮਾਈ ਦੇ ਉਨੇ ਹੀ ਭਗਤੋ ਜਿੰਨਾ ਮੈਂ ਆ ਇੱਕ ਵਾਰੀ ਹੱਥ ਉੱਤੇ ਕਰਕੇ ਇੱਦਾਂ ਗੱਲ ਨਹੀਂ ਬਣਦੀ ਚਰਨਾਂ ਨਾਲ ਪਿਆਰ ਹੈ ਨਾ ਮਾਂ ਦੇ ਹੱਥ ਉੱਤੇ ਕਰਕੇ ਤਾੜੀ ਵਜਾ ਕੇ ਤਰੀਕ ਛੋਟੀ ਪਾਈ ਦਾਤੀਏ ਦਿਨ ਗਏ ਨੇ ਨਰਾਤਿਆਂ ਦੇ ਆ ਸਾਨੂੰ ਵੀ ਚਿੱਠੀ ਪਾਈ ਦਾਤੀਏ ਓ ਭੋਲੀ ਮਾਂ ਜਦੋਂ ਸੱਚੀ ਸਰਕਾਰ ਦਾ ਫਿਰ ਮਨ ਵਿੱਚ ਸੋਚਾਂ ਕੀ ਵਿਚਾਰਦਾ ਦਰ ਖੁੱਲਾ ਜਦੋਂ ਸੱਚੀ ਸਰਕਾਰ ਦਾ ਫਿਰ ਮਨ ਵਿੱਚ ਸੋਚਾਂ ਕੀ ਵਿਚਾਰਦਾ ਜਕਾਰਾ ਤੂੰ ਬੁਲਾ ਤੇ ਸਹੀ ਮਨ ਧੋਲ ਤੇ ਖਜ਼ਾਨੇ ਭਰ ਝੋਲੀਆਂ ਤੂੰ ਝੋਲੀ ਨੂੰ ਫੈਲਾ ਤੇ ਸਹੀ ਮਨ ਧੋਲ ਤੇ ਖਜ਼ਾਨੇ ਭਰ ਝੋਲੀਆਂ ਤੂੰ ਝੋਲੀ ਨੂੰ ਫੈਲਾ ਤੇ ਸਹੀ ਮਨ ਖੋ ਤੇ ਖਜ਼ਾਨੇ ਭਰ ਝੋਲੀਆਂ ਤੂੰ ਝੋਲੀ ਨੂੰ ਫੈਲਾ ਤੇ ਸਹੀ ਮਨ ਖੋ ਤੇ ਖਜ਼ਾਨੇ ਭਰ ਝੋਲੀਆਂ ਤੂੰ ਝੋਲੀ ਨੂੰ ਫੈਲਾ ਤੇ ਸਹੀ
ਜੈਕਾਰੇ ਵਾਲੇ ਨੂੰ ਮਿੱਠੀਆਂ ਮੁਰਾਦਾਂ ਬੋਲ ਸੱਚੇ ਦਰਬਾਰ ਕੀ ਸੱਚੇ ਦਰਬਾਰ ਕੀ ਆ ਭਗਤ ਜੀ ਬੜਾ ਚੰਗਾ ਲੱਗ ਰਿਹਾ ਮੈਂ ਕਹਿੰਦਾ ਹੁੰਦਾ ਕਿ ਹੌਲੀ ਹੌਲੀ ਲਾਈਨ 'ਤੇ ਆਉਂਗੇ ਕਿਉਂਕਿ ਜਦੋਂ ਕਈ ਸਾਲਾਂ ਬਾਅਦ ਬੰਦਾ ਮਿਲਦਾ ਨਾ ਪਹਿਲੀ ਗੱਲ ਤਾਂ ਜਿਹੜੀ ਇੰਟਰੋਡਕਸ਼ਨ ਹੈ ਉਹੀ ਹੌਲੀ ਹੌਲੀ ਹੁੰਦੀ ਹੈ ਪਤਾ ਹੌਲੀ ਹੌਲੀ ਲੱਗਦਾ ਸੋ ਤੁਸੀਂ ਤਾਂ ਬੜੇ ਮਹਾਮਾਈ ਦੇ ਭਗਤ ਹੋ ਬੜੇ ਸਾਲਾਂ ਤੋਂ ਇਸ ਗਰਾਊਂਡ ਦੇ ਵਿੱਚ ਜਾਗਰਣ ਹੋ ਰਿਹਾ ਬਜਾਜ ਜੀ ਨੇ ਦੱਸਿਆ ਕਿ 27ਵਾਂ ਵਿਸ਼ਾਲ ਜਾਗਰਣ ਹੈ ਸਾਨੂੰ ਤਾਂ ਪਤਾ ਹੋਣਾ ਚਾਹੀਦਾ ਕਿ ਮਹਾਮਾਈ ਦੇ ਸਕੂਲ ਦੀਆਂ ਹਾਜ਼ਰੀਆਂ ਕਿੱਦਾਂ ਲੱਗਦੀਆਂ ਤੁਹਾਨੂੰ ਭਗਤ ਵਾਂਗੂ ਨੱਚ ਕੇ ਹਾਜ਼ਰੀਆਂ ਲੱਗਦੀਆਂ ਹੱਥ ਉੱਤੇ ਕਰਕੇ ਜੈਕਾਰੇ ਲਾ ਕੇ ਹਾਜ਼ਰੀਆਂ ਲੱਗਦੀਆਂ ਜਾਂ ਫਿਰ ਨਾਲ ਗਾ ਕੇ ਜੈਕਾਰੇ ਲਾ ਕੇ ਹਾਜ਼ਰੀਆਂ ਲੱਗਦੀਆਂ ਭਗਤ ਜੀ ਮੈਂ ਕਹੂੰਗਾ ਹੌਲੀ 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 ਜੁੜੋਗੇ ਸਾਰੇ ਭਗਤ ਜਨ ਕਈ ਭਗਤਾਂ ਦਾ ਮਨ ਹੁੰਦਾ ਕਿ ਦੋ ਭੇਟਾਂ ਸੁਣ ਲਈਆਂ 12 ਵੱਜ ਗਏ ਹੈ ਚਲੋ ਚੱਲੀਏ ਹੁਣ ਜਾ ਕੇ ਫਿਰ ਸਵੇਰੇ ਕੰਮ 'ਤੇ ਵੀ ਜਾਣਾ ਹੈ ਨਾ ਕਈ ਵਾਰੀ ਇੱਦਾਂ ਸੋਚ ਲੈਂਦੇ ਆ ਭਗਤ ਪਰ ਮੈਂ ਕਹੂੰਗਾ ਕਿ ਨਸੀਬ ਚੰਗੇ ਹੈ ਜਿਹੜੇ ਤੁਸੀਂ ਮਾਂ ਦੇ ਦਰਬਾਰ ਦੇ ਵਿੱਚ ਬੈਠੇ ਹੋ ਤੁਹਾਨੂੰ ਉਹਦਾ ਨਾਮ ਜਪਣ ਦਾ ਮੌਕਾ ਮਿਲਿਆ ਕਿਸੇ ਸ਼ਾਇਰ ਨੇ ਲਿਖਿਆ ਹੈ ਕਿ ਆਪਣੇ ਦਰ 'ਤੇ ਕਿਸੇ ਕੋ ਬੁਲਾਉਣਾ ਇਹ ਵੀ ਸ਼ਾਮਿਲ ਹੈ ਤੇਰੀ ਰਜ਼ਾ ਮੇਂ ਆਪਣੇ ਦਰ 'ਤੇ ਕਿਸੇ ਕੋ ਬੁਲਾਉਣਾ ਇਹ ਵੀ ਸ਼ਾਮਿਲ ਹੈ ਤੇਰੀ ਰਜ਼ਾ ਮੇਂ ਤੇਰਾ ਜਲਵਾ ਮੁਯਸਰ ਕਿਸੇ ਕੋ ਮੁਯਸਰ ਨਹੀਂ ਹੈ ਯੂੰ ਤੋ ਦਰ ਹੈ ਜ਼ਮਾਨੇ ਮੇਂ ਲਾਖੋਂ ਤੇਰੇ ਦਰਸਾ ਏਕ ਨਹੀਂ ਹੈ ਜਿੱਥੇ ਤੁਸੀਂ ਬੈਠੇ ਹੋ ਨਾ ਇਹ ਐਸਾ ਦਰ ਹੈ ਜਿਹੜਾ ਇਸ ਦਰਵਾਜ਼ੇ ਦੇ ਨਾਲ ਜੁੜ ਜਾਂਦਾ ਉਹਨੂੰ ਫਿਰ ਕਿਸੇ ਹੋਰ ਦਰਵਾਜ਼ੇ ਦੀ ਲੋੜ ਨਹੀਂ ਪੈਂਦੀ ਮੱਥੇ ਘਸਾਉਣ ਦੀ ਲੋੜ ਨਹੀਂ ਪੈਂਦੀ ਭਗਤ ਜੀ ਮੈਂ ਤਾਂ ਆਪਣੀ ਗਰੰਟੀ ਦੇ ਸਕਦਾ ਬਾਕੀ ਨੀਅਤਾਂ 'ਤੇ ਡਿਪੈਂਡ ਕਰਦਾ ਜਿੱਦਾਂ ਦੀ ਨੀਅਤ ਲੈ ਕੇ ਬੈਠਾ ਉੱਦਾਂ ਦੀਆਂ ਝੋਲੀਆਂ ਭਰ ਕੇ ਲੈ ਕੇ ਜਾਣੀਆਂ ਆਓ ਚੰਗੇ ਨਸੀਬਾਂ ਵਾਲਿਓ ਬਹਿ ਜੋ ਸਾਰੇ ਇੱਕ ਮਨ ਹੋ ਕੇ ਧਿਆਨ ਮਈਆ ਦੇ ਚਰਨੀ ਖੋ ਕੇ ਬਹਿ ਜੋ ਸਾਰੇ ਇੱਕ ਮਨ ਹੋ ਕੇ ਧਿਆਨ ਮਈਆ ਦੇ ਚਰਨੀ ਖੋ ਕੇ ਉੱਠ ਕੇ ਕਿਸੇ ਨੇ ਜਾਣਾ ਨਹੀਂ ਉੱਠ ਕੇ ਕਿਸੇ ਨੇ ਜਾਣਾ ਨਹੀਂ ਤੁਸੀਂ ਦੇਣਾ ਸਾਡਾ ਸਾਥ ਮੇਰੀ ਦਾਦੀ ਦਾ ਜਗਰਾਤਾ ਅੱਜ ਹੋਣਾ ਸਾਰੀ ਹੀਰਾ ਮੇਰੀ ਦਾਦੀ ਦਾ ਜਗਰਾਤਾ ਅੱਜ ਹੋਣਾ ਸਾਰੀ ਹੀਰਾ ਅੱਜ ਹੋਣਾ ਸਾਰੀ ਹੀਰਾ ਕਰੋ ਪਵਿੱਤਰ ਰਸਨਾ ਸਾਰੇ ਰਲ ਬੋਲੋ ਮਾਂ ਦੇ ਜੈਕਾਰੇ ਰਲ ਬੋਲੋ ਮਾਂ ਦੇ ਜੈਕਾਰੇ ਰਲ ਬੋਲੋ ਮਾਂ ਦੇ ਜੈਕਾਰੇ ਕਰੋ ਪਵਿੱਤਰ ਰਸਨਾ ਸਾਰੇ ਰਲ ਬੋਲੋ ਮਾਂ ਦੇ
ਜੈਕਾਰੇ, ਰਲ ਬੋਲੋ ਮਾਤੇ ਜੈਕਾਰੇ, ਰਲ ਬੋਲੋ ਮਾਤੇ ਜੈਕਾਰੇ, ਭਰ ਭਰ ਝੋਲੀਆਂ ਲੈ ਜੋ ਸਾਰੇ, ਭਰ ਭਰ ਝੋਲੀਆਂ ਲੈ ਜੋ ਸਾਰੇ, ਦਾਦੀ ਵੰਡਦੀ ਦਾ ਮੇਰੀ ਦਾਦੀ ਦਾ ਜਗਰਾਤਾ ਅੱਜ ਹੋਣਾ ਸਾਰੀ ਰਾਤ, ਮੇਰੀ ਜਾਤੀ ਦਾ ਜਗਰਾਤਾ ਅੱਜ ਹੋਣਾ ਸਾਰੀ ਰਾਤ, ਖੁਸ਼ ਹੋ ਕੇ ਕਰ ਬੈਠੀਆਂ ਸੰਗਤਾਂ, ਚੜੀਆਂ ਸਭ ਤੇ ਪਾਉਂਦੀਆਂ ਰੰਗਤਾਂ, ਖੁਸ਼ ਹੋ ਕੇ ਕਰ ਬੈਠੀਆਂ ਸੰਗਤਾਂ, ਚੜੀਆਂ ਸਭ ਤੇ ਪਾਉਂਦੀਆਂ ਰੰਗਤਾਂ, ਖੁਸ਼ ਹੋ ਕੇ ਦਰ ਬੈਠੀਆਂ ਸੰਗਤਾਂ, ਚੜੀਆਂ ਸਭ ਤੇ ਮਾਂ ਦੀਆਂ ਰੰਗਤਾਂ, ਹੋ ਛੱਡ ਕੇ ਦੁਨੀਆਦਾਰੀ ਦਰ ਤੋਂ, ਛੱਡ ਕੇ ਦੁਨੀਆ ਦਾਰੀ ਦਰ ਤੋਂ, ਲੈ ਜੋ ਪਿਆਰ ਸੁਗਾਰ ਮੇਰੀ ਜਾਤੀ ਦਾ ਜਗਰਾਤਾ ਅੱਜ ਹੋਣਾ ਸਾਰੀ ਰਾਤ, ਮੇਰੀ ਜਾਤੀ ਦਾ ਜਗਰਾਤਾ ਅੱਜ ਹੋਣਾ ਸਾਰੀ ਰਾਤ, ਦੁੱਖ ਹਰਨੀ ਮਾਂ ਚਿੰਤਾ ਹਰਨੀ, ਸਾਰੇ ਮਾਂ ਦੇ ਲੱਖ ਜੋ ਚਰਨੀ, ਦੁੱਖ ਹਰਨੀ ਮਾਂ ਚਿੰਤਾ ਹਰਨੀ, ਸਾਰੇ ਮਾਂ ਦੇ ਲੱਖ ਜੋ ਚਰਨੀ, ਠੱਕਰ ਵਾਲੀਆ ਆਪੇ ਕਰ ਤੂੰ, ਠੱਕਰ ਵਾਲੀਆ ਆਪੇ ਕਰ ਤੂੰ ਮੇਰਾ ਦੀ ਬਰਸਾਤ, ਮੇਰੀ ਜਾਤੀ ਦਾ ਜਗਰਾਤਾ ਅੱਜ ਹੋਣਾ ਸਾਰੀ ਰਾਤ, ਮੇਰੀ ਦਾਦੀ ਦਾ ਜਗਰਾਤਾ ਅੱਜ ਹੋਣਾ ਸਾਰੀ ਰਾਤ, ਮੇਰੀ ਦਾਦੀ ਦਾ ਜਗਰਾਤਾ ਅੱਜ ਹੋਣਾ ਸਾਰੀ ਰਾਤ। ਵਾਹ ਵਾਹ ਵਾਹ, ਵੀ ਏਦਾਂ ਗੱਲ ਨਹੀਂ ਬਣਨੀ ਭਗਤ ਜੀ। ਮਾਂ ਦੀ ਮਮਤਾ ਦੇ 100 ਨੰਬਰ, 100 ਨੰਬਰਾਂ ਦੇ ਵਿੱਚੋਂ ਦੇਖਦੇ ਹਾਂ ਭੈਣਾਂ ਕਿੰਨੇ ਨੰਬਰ ਲੈ ਕੇ ਜਾਂਦੀਆਂ ਤੇ ਭਗਤ ਕਿੰਨੇ ਨੰਬਰ ਲੈ ਕੇ ਜਾਂਦੇ ਆ। ਤਿਆਰ ਹੋ ਤੁਸੀਂ ਇਹ ਕੀਰਤਨ ਕਰਨ ਵਾਸਤੇ? ਇੱਕ ਵਾਰੀ ਹੱਥ ਉੱਤੇ ਕਰਕੇ ਦੱਸਿਓ। ਵਾਹ ਜੀ ਵਾਹ, ਪਹਿਲਾਂ ਮੇਰੀਆਂ ਭੈਣਾਂ ਬੋਲਣਗੀਆਂ। ਭੈਣਾਂ ਹੱਥ ਉੱਤੇ ਕਰਕੇ, ਤਾੜੀ ਵਜਾ ਕੇ, ਤਾੜੀ ਵਜਾ ਕੇ, ਆਵਾਜ਼ ਆਉਣੀ ਚਾਹੀਦੀ ਹੈ। ਇੱਦਾਂ 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 ਰੋਟੀਆਂ ਨਾ ਬਣਾਓ ਮੇਰੇ ਨਾਲ, ਤਾਲੀ ਦੇ ਵਿੱਚ, ਤਾੜੀ ਦੇ ਤਾਲ ਦੇ ਵਿੱਚ ਮਿਲ ਕੇ। ਮੇਰੀ ਦਾਦੀ ਦਾ ਜਗਰਾਤਾ ਅੱਜ ਹੋਣਾ ਸਾਰੀ ਰਾਤ, ਮੇਰੀ ਦਾਦੀ ਦਾ ਜਗਰਾਤਾ ਅੱਜ ਹੋਣਾ ਸਾਰੀ ਰਾਤ।
ਇਹ ਚਾਰ ਪੰਜ ਭੈਣਾਂ ਦੀ ਆਵਾਜ਼ ਆ ਰਹੀ ਹੈ, ਬਾਕੀ ਤਾਂ ਸੰਗਦੀਆਂ ਨਹੀਂ ਬੋਲਦੀਆਂ, ਸੋਚਦੀਆਂ ਰਹਿੰਦੀਆਂ ਕੱਲ ਨੂੰ ਗੁਆਂਢਣ ਕਹੂ ਲੈ ਰਾਤ ਵੱਡੀ ਭਗਤਣੀ ਬਣੀ ਬੈਠੀ ਸੀ ਗੁਰਮੇਲ ਕੁਰੇ। ਬੋਲ ਸੱਚੇ ਦਰਬਾਰ ਕੀ ਭੈਣਾ, ਇੱਦਾਂ ਤਾਂ 33 ਨੰਬਰ ਮਸਾਂ ਹੀ ਆਉਂਦੇ ਆ ਜਿੱਦਾਂ ਤੁਸੀਂ ਬੋਲਦੀਆਂ। ਇੱਧਰ ਦੇਖਿਓ ਆਵਾਜ਼ ਆਉਂਦੀ ਆਏਗੀ ਬਈ, ਹੁਣ ਮੈਂ ਕਹਿ ਦਿੱਤਾ ਇੱਜ਼ਤ ਰੱਖ ਲਿਓ, ਹੱਥ ਉੱਤੇ ਕਰਕੇ ਇੱਕ ਵਾਰੀ ਭਗਤ ਜੀ ਹੱਥ ਉੱਤੇ ਰੱਖ, ਹਾਂ ਤਾੜੀ ਵਜਾ ਕੇ ਕਹਿਣਾ, ਮੇਰੀ ਦਾਤੀ ਦਾ ਜਗਰਾਤਾ ਅੱਜ ਹੋਣਾ ਸਾਰੀ ਰਾਤ, ਮੇਰੀ ਦਾਤੀ ਦਾ ਜਗਰਾਤਾ ਅੱਜ ਹੋਣਾ ਸਾਰੀ ਰਾਤ, ਜਿਉਂਦੇ ਰਹੋ 70 ਨੰਬਰ ਨੇ ਤੁਹਾਡੇ, ਤਾੜੀ ਵਜਾਓ ਆਪਣੇ ਆਪਣੇ ਵਾਸਤੇ ਪਲੀਜ਼। ਭੈਣ ਜੀ ਇੱਕ ਵਾਰ ਫੇਰ ਹੱਥ ਉੱਤੇ ਕਰਕੇ, ਮੇਰੀਆਂ ਭੈਣਾਂ ਹੱਥ ਉੱਤੇ ਕਰਕੇ ਤਾੜੀ ਵਜਾ ਕੇ ਆਵਾਜ਼, ਇਹਨਾਂ ਨੂੰ ਜਿੱਤਣ ਨਹੀਂ ਦੇਣਾ ਆਪਾਂ। ਮੇਰੀ ਦਾਤੀ ਦਾ ਜਗਰਾਤਾ ਅੱਜ ਹੋਣਾ ਸਾਰੀ ਰਾਤ, ਮੇਰੀ ਦਾਤੀ ਦਾ ਜਗਰਾਤਾ ਅੱਜ ਹੋਣਾ ਸਾਰੀ ਰਾਤ। 70 ਨੰਬਰ ਹੀ ਤੁਹਾਡੇ ਆ ਗਏ ਨੇ ਭੈਣਾਂ, ਜਿਉਂਦੇ ਰਹੋ। ਮੇਰੀ ਕੀ ਔਕਾਤ ਹੈ ਕਿ ਮਾਂ ਦੇ ਚਰਨਾਂ ਦੇ ਵਿੱਚ ਖੜਾ ਹੋ ਕੇ ਮੈਂ ਨੰਬਰ ਦੇਵਾਂ ਤੁਹਾਨੂੰ, ਨੰਬਰ ਤੇ ਮਾਂ ਨਹੀਂ ਦੇਣੇ ਹੈ, ਮੈਂ ਤੇ ਜਸਟ ਕੀਰਤਨ ਕਰਵਾ ਰਿਹਾ ਕਿ ਤੁਹਾਡੀ ਜੀਭ ਪਵਿੱਤਰ ਹੋ ਜਾਵੇ, ਤੁਸੀਂ ਮਾਂ ਦੇ ਚਰਨਾਂ ਦੇ ਨਾਲ ਉਹਦਾ ਨਾਮ ਲੈ ਕੇ ਜੁੜ ਜਾਵੋ। ਜਿਹੜੇ ਜਿਹੜੇ ਚਾਹੁੰਦੇ ਆ ਕਿ ਸਾਡੇ ਤੇ ਰਹਿਮਤ ਹੋ ਜਾਏ, ਮਹਾਮਾਈ ਸਾਡੇ ਤੇ ਹਮੇਸ਼ਾ ਆਪਣਾ ਕਿਰਪਾ ਵਾਲਾ ਹੱਥ ਰੱਖੇ, ਉਹ ਦੋਨੋਂ ਹੱਥ ਉੱਤੇ ਕਰਕੇ ਤਾੜੀ ਵਜਾ ਕੇ ਮੇਰੀਆਂ ਮਾਤਾਵਾਂ ਭੈਣਾਂ ਵੀਰ ਬਜ਼ੁਰਗ ਬੱਚੇ ਜਿੰਨੇ ਵੀ ਅੱਗੇ ਪਿੱਛੇ ਬੈਠੇ ਹੋ ਸਾਰੇ ਜਾਣੇ ਹੱਥ ਉੱਤੇ ਕਰਕੇ ਤਾੜੀ ਵਜਾ ਕੇ ਕਵੋ, ਮੇਰੀ ਦਾਦੀ ਦਾ ਜਗਰਾਤਾ ਅੱਜ ਹੋਣਾ ਸਾਰੀ ਰਾਤ, 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 ਦਾਦੀ ਦਾ ਜਗਰਾਤਾ ਹੋਣਾ ਜੋ ਬੋਲੇ ਮਈਆ ਦਾ ਚੋਰ, ਬੋਲ ਸੱਚੇ ਦਰਬਾਰ ਕੀ ਆਈ ਹੈ ਵੀ ਆਵਾਜ਼, ਇੱਕ ਵਾਰੀ ਫੇਰ ਕਹੋ, ਬੋਲ ਸੱਚੇ ਦਰਬਾਰ ਕੀ। ਇਹ ਤਾਂ ਬੋਲਦੇ ਨੇ ਕੁਛ VIP ਭਗਤ ਬੈਠੇ ਹੋਏ ਨੇ, ਕਹਿੰਦੇ ਅਸੀਂ ਕਿਉਂ ਬੋਲੀਏ, ਸਾਨੂੰ ਤਾਂ ਮਾਤਾ ਰਾਣੀ ਨੇ ਪਹਿਲਾਂ ਹੀ ਸਭ ਕੁਛ ਦਿੱਤਾ ਹੋਇਆ, ਸਾਡੇ ਤਾਂ ਖਜ਼ਾਨੇ ਭਰਪੂਰ ਨੇ, ਅਸੀਂ ਕਿਉਂ ਮਾਤਾ ਰਾਣੀ ਦਾ ਨਾਮ ਲਈਏ। ਇਹੋ ਜਿਹਾ ਵਹਿਮ ਨਹੀਂ ਰੱਖਣਾ ਚਾਹੀਦਾ, ਜੇ ਬੈਠੇ ਹੋ ਤਾਂ ਮਨ ਜੋੜ ਕੇ ਬੈਠੋ, ਮਾਂ ਦੇ ਚਰਨਾਂ ਦੇ ਭਗਤ ਬਣ ਕੇ ਬੈਠੋ। ਜੇ ਇਸ ਦਰਬਾਰ ਦੇ ਆਏ ਹੋ, ਮੈਂ ਤਾਂ ਕਹਿੰਦਾ ਹੁੰਦਾ ਕਿ ਗੰਗਾ ਗਏ ਗੰਗਾ ਵਾਸੀ, ਜਮੁਨਾ ਗਏ ਜਮੁਨਾ ਦਾਸ, ਜਿੱਥੇ ਖੜੇ ਹੋ ਫਿਰ ਉਹਦੇ ਹੋ ਜਾਓ, ਉੱਥੋਂ ਫਿਰ ਹੀ ਕੁਛ ਮਿਲਣਾ। ਬੋਲ ਸੱਚੇ ਦਰਬਾਰ ਕੀ। ਹਾਂ ਮੇਰੇ ਰਿਸਪੈਕਟਡ, ਮੇਰੇ ਬਹੁਤ ਹੀ ਮਾਨਯੋਗ ਭਗਤ ਹੀਰਾ ਜੀ, ਮਹਾਮਾਈ ਦੇ ਗੱਦੀ ਨਸ਼ੀਨ, ਮਹਾਮਾਈ ਦੇ ਚਰਨਾਂ ਦੇ ਵਿੱਚ ਸੁਸ਼ੋਭਿਤ ਨੇ, ਮੈਂ ਉਹਨਾਂ ਦੇ ਹੁਕਮ ਨੇ ਕਹੀ, ਸੋ ਮੈਂ ਹੌਲੀ ਹੌਲੀ ਕਰਕੇ ਸਾਰਿਆਂ ਦੀਆਂ ਬੇਨਤੀਆਂ ਜਿਹੜੀਆਂ, ਸਾਰਿਆਂ ਦੀਆਂ ਫਰਮਾਇਸ਼ਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰੂੰਗਾ। ਜੈ ਮਾਤਾ ਦੀ ਜੀ।
ਅੱਛਾ ਇਹ ਦੱਸਿਓ ਕਿਹੜੇ ਕਿਹੜੇ ਭਗਤ ਨੇ ਜਿਹੜੇ ਸ਼ੰਕਰ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਪਿਆਰ ਕਰਦੇ। ਦੇਖੋ ਭਾਈ ਜੀ ਇਹਨਾਂ ਨੇ ਹੱਥ ਉੱਤੇ ਕੀਤੇ ਹੈ, ਇਹ ਇੱਕ ਪ੍ਰੋਮਿਸ ਕਰ ਲਿਆ ਤੁਸੀਂ, ਅਸੀਂ ਉਹਨਾਂ ਦੇ ਚਰਨਾਂ ਦੇ ਪਿਆਰ ਕਰਨ ਵਾਲੇ ਹਾਂ, ਪਰ ਜਦੋਂ ਮੈਂ ਕਹੂੰਗਾ ਕਿ ਤਾੜੀ ਵਜਾਓ ਉਦੋਂ ਫਿਰ ਤਾੜੀ ਨਹੀਂ ਵੱਜਦੀ ਹੈਗੀ, ਤਾੜੀਆਂ ਵਜਾਉਣੀਆਂ ਸ਼ੰਕਰ ਮਹਾਰਾਜ ਜੀ ਦੇ ਨਾਮ ਤੇ। ਬੋਲ ਸ਼ੰਕਰ ਭਗਵਾਨ ਕੀ, ਜਟਾਧਾਰੀ ਕੀ, ਨੀਲਕੰਠ ਮਹਾਰਾਜ ਕੀ। ਵਾਹ ਵਾਹ ਵਾਹ, ਜਿਉਂਦੇ ਰਹੋ ਭਗਤੋ। ਸਭ ਤੋਂ ਜਲਦੀ ਮੰਨ ਜਾਣ ਵਾਲੇ ਦੇਵਤਾ ਅਗਰ ਕੋਈ ਹਨ, ਉਹ ਹਨ ਸ਼ੰਕਰ ਭਗਵਾਨ। ਇੱਕ ਦਿਨ ਮੰਦਿਰ 'ਚ ਜਾਓ, ਜਾ ਕੇ ਥੋੜ੍ਹਾ ਜਲ ਚੜ੍ਹਾ ਕੇ ਆਓ, ਦੂਸਰੇ ਦਿਨ ਕੋਈ ਫਲ ਚੜ੍ਹਾ ਕੇ ਆਓ, ਤੀਸਰੇ ਦਿਨ ਸ਼ੰਕਰ ਮਹਾਰਾਜ ਜੀ ਤੁਹਾਡੇ ਸੁਪਨੇ 'ਚ ਆ ਜਾਂਦੇ ਨੇ। ਭਗਤਾਂ ਕੱਲ੍ਹ ਨੂੰ ਟਾਈਮ ਨਾਲ ਆ ਜੀ, ਆਉਂਦੇ ਉਹਦੇ ਸੁਪਨੇ 'ਚ ਨੇ ਜਿਹਦੀ ਨੀਅਤ ਬਹੁਤ ਅੱਛੀ ਹੁੰਦੀ ਹੈ, ਜਿਹਨੇ ਜਾ ਕੇ ਇਹੀਓ ਮੰਗਣਾ ਹੈ ਕਿ ਗੁਆਂਢੀ ਦੀ ਲੱਤ ਟੁੱਟ ਜਾਵੇ, ਫਿਰ ਆਪਣੀਆਂ ਦੋਨੋਂ ਲੱਤਾਂ ਦੀ ਖੈਰ ਨਹੀਂ, ਭਗਵਾਨ ਸਭ ਕੁਛ ਜਾਣਦੇ। ਮਾੜੀ ਨੀਅਤ ਲੈ ਕੇ ਕਦੇ ਭਗਵਾਨ ਦੇ ਦਰਬਾਰ 'ਤੇ ਨਹੀਂ ਆਉਣਾ ਚਾਹੀਦਾ, ਸਭ ਦੀ ਖੈਰ ਮੰਗੋ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਜਦੋਂ ਸਾਰੀ ਦੁਨੀਆ ਦਾ ਕਾਇਨਾਤ ਦਾ ਭਲਾ ਮੰਗਾਂਗੇ ਨਾ ਅਸੀਂ, ਫਿਰ ਸਾਡਾ ਵੀ ਭਲਾ ਹੋਏਗਾ, ਕਿਉਂ ਨਹੀਂ ਹੋਏਗਾ। ਇਸ ਕਰਕੇ ਸਾਰੇ ਭਗਤ ਜਨ ਸ਼ੰਕਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜੁੜ ਜਾਓ ਤੇ ਤਾੜੀ ਵਜਾ ਕੇ ਕਹੋ, ਅੱਜ ਡਮਰੂ ਵਜਾ ਦੇ ਭੋਲਿਆ, ਅੱਜ ਸਭ ਨੂੰ ਨਚਾ ਦੇ ਭੋਲਿਆ, ਡਮਰੂ ਵਜਾ ਦੇ ਭੋਲਿਆ, ਅੱਜ ਸਭ ਨੂੰ ਨਚਾ ਦੇ ਭੋਲਿਆ, ਅੱਜ ਡਮਰੂ ਵਜਾ ਦੇ ਭੋਲਿਆ, ਅੱਜ ਸਭ ਨੂੰ ਨਚਾ ਦੇ ਭੋਲਿਆ, ਡਮਰੂ ਵਜਾ ਦੇ ਭੋਲਿਆ, ਅੱਜ ਸਭ ਨੂੰ ਨਚਾ ਦੇ ਭੋਲਿਆ। ਹੋ ਨਾਮ ਵਾਲੀ ਮਸਤੀ ਦੇ ਭੰਗ ਦੇ ਪਿਆਲੇ, ਨਾਮ ਵਾਲੀ ਮਸਤੀ ਦੇ ਭੰਗ ਦੇ ਪਿਆਲੇ, ਸਭ ਨੂੰ ਪੜਾ ਦੇ ਭੋਲਿਆ, ਡਮਰੂ ਡਮਰੂ ਵਜਾ ਦੇ ਭੋਲਿਆ, ਅੱਜ ਸਭ ਨੂੰ ਨਚਾ ਦੇ ਭੋਲਿਆ, ਡਮਰੂ ਵਜਾ ਦੇ ਭੋਲਿਆ, ਅੱਜ ਸਭ ਨੂੰ ਨਚਾ ਦੇ ਭੋਲਿਆ, ਅੱਜ ਡਮਰੂ ਵਜਾ ਦੇ ਭੋਲਿਆ, ਅੱਜ ਸਭ ਨੂੰ ਨਚਾ ਦੇ ਭੋਲਿਆ। ਡਮ 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 ਰੂਹ ਵਜਿਆ, ਸੁਣ ਸਵਰਗਾਂ ਤੋਂ ਇੰਦਰ ਭੱਜਿਆ, ਡਮ 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 ਰੂਹ ਵਜਿਆ, ਸੁਣ ਸਵਰਗਾਂ ਤੋਂ ਇੰਦਰ ਭੱਜਿਆ, ਡਰ ਭਗਤਾਂ ਦਾ ਮੇਲਾ ਲੱਗਿਆ, ਡਰ ਭਗਤਾਂ ਦਾ ਮੇਲਾ ਲੱਗਿਆ, ਦਰਸ ਜਗਾ ਦੇ ਭੋਲਿਆ, ਡਮਰੂਹ ਡਮਰੂਹ ਡਮਰੂ ਵਜਾ ਦੇ ਭੋਲਿਆ, ਅੱਜ ਸਭ ਨੂੰ ਨਚਾ ਦੇ ਭੋਲਿਆ, ਡਮਰੂ ਵਜਾ ਦੇ ਭੋਲਿਆ, ਅੱਜ ਸਭ ਨੂੰ ਨਚਾ ਦੇ ਭੋਲਿਆ। ਨੱਚਦਾ ਅੱਜ ਮਾਂ ਗੌਰਾਂ ਨੂੰ ਬੜਾ ਹੀ ਜੱਚਦਾ, ਹਰ ਵੀ ਬੈਲ ਪਾ ਅੱਜ ਮਾਂ ਗੌਰਾਂ ਨੂੰ
ਹਾਂ ਮਸਤੀ ਵਾਲਾ ਰੰਗ ਬਰਸਦਾ, ਮਸਤੀ ਵਾਲਾ ਰੰਗ ਬਰਸਦਾ, ਹੋਰ ਬਰਸਾ ਦੇ ਭੋਲਿਆ ਡਮਰੂ 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 ਬਜਾ ਦੇ ਭੋਲਿਆ, ਅੱਜ ਸਭ ਨੂੰ ਨਚਾ ਦੇ ਭੋਲੇ ਡਮਰੂ ਬਜਾ ਦੇ ਭੋਲਿਆ, ਅੱਜ ਸਭ ਨੂੰ ਨਚਾ ਦੇ ਭੋਲਿਆ, ਅੱਜ ਡਮਰੂ ਬਜਾ ਦੇ ਭੋਲਿਆ, ਅੱਜ ਸਭ ਨੂੰ ਨਚਾ ਦੇ ਭੋਲਿਆ। ਬ੍ਰਹਮਾ ਵਿਸ਼ਨੂੰ ਆਦਿ ਭਵਾਨੀ, ਸ਼ੰਕਰ ਤੇਰੇ ਰੂਪ ਲਾਸਾਨੀ, ਬ੍ਰਹਮਾ ਵਿਸ਼ਨੂੰ ਆਦਿ ਭਵਾਨੀ, ਧਰਤ ਪਤਾਲੀ ਤੇ ਅਸਮਾਨੀ, ਧਰਤ ਪਤਾਲੀ ਤੇ ਅਸਮਾਨੀ, ਅੱਜ ਰੌਣਕਾਂ ਲਵਾ ਦੇ ਭੋਲਿਆ ਡਮਰੂ 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 ਬਜਾ ਦੇ ਭੋਲਿਆ, ਅੱਜ ਸਭ ਨੂੰ ਨਚਾ ਦੇ ਭੋਲਿਆ ਦੇ ਭੋਲਿਆ, ਅੱਜ ਸਭ ਨੂੰ ਨਚਾ ਦੇ ਭੋਲਿਆ। ਅੱਜ ਬਣ ਕੇ ਤੇਰਾ ਪ੍ਰੇਮ ਪੂਜਾ, ਅੰਮ੍ਰਿਤ ਰਸ ਮੈਂ ਪੀ ਜਾ ਸਾਰੀ, ਬਣ ਕੇ ਤੇਰਾ ਮੈਂ ਬਣ ਕੇ ਤੇਰਾ, ਅੱਜ ਬਣ ਕੇ ਤੇਰਾ ਆ ਸਭ ਭਗਤਾਂ ਨੂੰ ਚੜੀ ਖੁਮਾਰੀ, ਨਾਮ ਤੇਰੇ ਦੀ ਚੜੀ ਖੁਮਾਰੀ, ਨਸ਼ਰਾਂ ਦਾ ਚੜਾ ਦੇ ਭੋਲਿਆ ਡਮਰੂ 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 ਬਜਾ ਦੇ ਭੋਲਿਆ, ਅੱਜ ਸਭ ਨੂੰ ਨਚਾ ਦੇ ਭੋਲਿਆ ਅੱਜ ਡਮਰੂ ਬਜਾ ਦੇ ਭੋਲਿਆ, ਅੱਜ ਸਭ ਨੂੰ ਨਚਾ ਦੇ ਭੋਲਿਆ। ਸ਼ੰਕਰ ਜੀ ਦੇ ਭਗਤ ਕਿੱਥੇ ਕਿੱਥੇ ਬੈਠੇ ਹੈ? ਬਸ ਆ ਤਿੰਨ ਚਾਰ ਕੀ ਰਹਿ ਗਏ? ਅੱਛਾ, ਮਤਲਬ ਤੁਸੀਂ ਤਾੜੀ ਨਹੀਂ ਵਜਾਉਣਾ ਚਾਹੁੰਦੇ, ਇਹ ਗੱਲ ਕਹਿਣ ਵਾਲੀ ਹੈ ਨਾ। ਤਾੜੀ ਦੇ ਫਾਇਦੇ ਬਹੁਤ ਨੇ, ਤੁਸੀਂ ਤਾਂ ਸੋਚਦੇ ਹੋ ਕਿ ਖੜਕਾ ਹੀ ਹੁੰਦਾ, ਇਹ ਖੜਕਾ ਨਹੀਂ ਹੈਗਾ, ਇਹ ਜਿੰਨੀ ਵਾਰ ਤੁਸੀਂ ਹੱਥ ਜੋੜਨੇ ਆ ਨਾ ਉਨੀ ਵਾਰ ਹੀ ਨਮਸਕਾਰ ਹੋਣਾ ਤੁਹਾਡਾ, ਮਰਜ਼ੀ ਤੁਹਾਡੀ ਹੈ ਕਰਨੇ ਨੇ ਨਹੀਂ ਕਰਨੇ ਉਹ ਤੁਹਾਡੀ ਮਰਜ਼ੀ ਹੈ। ਇੱਕ ਵਾਰੀ ਹੱਥ ਉੱਤੇ ਕਰਕੇ ਤਾੜੀ ਵਜਾ ਕੇ ਕਹੋ, ਅੱਜ ਡਮਰੂ ਵਜਾ ਦੇ ਭੋਲਿਆ, ਅੱਜ ਸਭ ਨੂੰ ਨਚਾ ਦੇ ਭੋਲਿਆ, ਅੱਜ ਡਮਰੂ ਵਜਾ ਦੇ ਭੋਲਿਆ, ਅੱਜ ਸਭ ਨੂੰ ਨਚਾ ਦੇ ਭੋਲਿਆ, ਅੱਜ ਡਮਰੂ ਵਜਾ ਦੇ ਭੋਲਿਆ, ਅੱਜ ਸਭ ਨੂੰ ਨਚਾ ਦੇ ਭੋਲਿਆ, ਅੱਜ ਡਮਰੂ ਵਜਾ ਦੇ ਭੋਲਿਆ, ਅੱਜ ਸਭ ਨੂੰ ਨਚਾ ਦੇ ਭੋਲਿਆ, ਅੱਜ ਡਮਰੂ ਵਜਾ ਦੇ ਭੋਲਿਆ, ਅੱਜ ਸਭ ਨੂੰ ਨਚਾ ਦੇ ਭੋਲਿਆ, ਅੱਜ ਸਭ ਨੂੰ ਨਚਾ ਦੇ ਭੋਲਿਆ, ਸਭ ਨੂੰ ਨਚਾ ਦੇ ਭੋਲਿਆ, ਸਭ ਨੂੰ ਨਚਾ ਦੇ ਭੋਲਿਆ, ਸਭ ਨੂੰ ਨਚਾ ਦੇ।
ਸ਼ੰਕਰ ਭਗਵਾਨ ਕੀ। ਹਾਂ, ਆਵਾਜ਼ ਆਉਣੀ ਚਾਹੀਦੀ ਹੈ ਵੀ ਜਿਉਂਦੇ ਰਹੋ। ਬਜਾਜ ਸਾਹਿਬ ਖੜ੍ਹੇ ਖੁਸ਼ ਹੋ ਰਹੇ ਨੇ ਕਿ ਮਹਾਮਾਈ ਦੇ ਚਰਨਾਂ ਦੇ ਵਿੱਚ ਜਿੰਨੀ ਸੰਗਤ ਜੁੜੀ ਹੋਈ ਹੈ ਉਹ ਸੱਚੀ ਮੁੱਚੀ ਜੁੜੀ ਹੋਈ ਹੈ। ਜਿਨ੍ਹਾਂ ਨੇ ਜਾਣਾ ਸੀ ਭਾਈ ਚਲੇ ਗਏ, ਕਹਿੰਦੇ ਪਹਿਲਾਂ ਦੁੱਧ ਹੁੰਦਾ ਫਿਰ ਉਹਨੂੰ ਜਾਗ ਲੱਗਦਾ ਉਹ ਦਹੀਂ ਬਣ ਜਾਂਦਾ, ਫਿਰ ਦਹੀਂ ਨੂੰ ਰਿੜਕਿਆ ਜਾਂਦਾ ਉਹਦੇ ਵਿੱਚੋਂ ਮੱਖਣ ਅਲੱਗ ਹੋ ਜਾਂਦਾ ਅਤੇ ਲੱਸੀ ਪਾਣੀ ਅਲੱਗ ਹੋ ਜਾਂਦਾ। ਜਿਹੜੇ ਤੁਸੀਂ ਬੈਠੇ ਹੋ ਨਾ ਤੁਸੀਂ ਮੱਖਣ ਹੋ। ਹਾਂ, ਇੱਕ ਵਾਰੀ ਤਾੜੀ ਵਜਾਓ ਆਪਣੇ ਆਪਣੇ ਵਾਸਤੇ। ਜਿਉਂਦੇ ਵੱਜਦੇ ਰਹੋ, ਖੁਸ਼ ਰਹੋ, ਖੁਸ਼ ਰਹੋ। ਮਾਤਾ ਰਾਣੀ ਹਮੇਸ਼ਾ ਰਹਿਮ ਪ੍ਰਿਆਤ ਰੱਖੇ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਹੈ, ਬਹੁਤ ਹੀ ਪਿਆਰ ਨਾਲ ਸਤਿਕਾਰ ਨਾਲ ਤੁਹਾਡੀਆਂ ਜਿਹੜੀਆਂ ਹਾਜ਼ਰੀਆਂ ਮਾਂ ਦੇ ਦਰਬਾਰ ਦੇ ਵਿੱਚ ਲੱਗ ਰਹੀਆਂ, ਜਿੱਥੇ ਸਾਡੇ ਬਜਾਜ ਸਾਹਿਬ ਉਹਨਾਂ ਵੱਲੋਂ ਬਹੁਤ ਸਾਰਾ ਸਾਨੂੰ ਸਤਿਕਾਰ ਆਇਆ, ਆਸ਼ੀਰਵਾਦ ਆਇਆ, ਪਿਆਰ ਆਇਆ, ਮੁਹੱਬਤ ਆਈ ਹੈ। ਉੱਥੇ ਹੀ ਸਾਡੇ ਬਹੁਤ ਹੀ ਰਿਸਪੈਕਟਡ ਗੈਰੀ ਲੋਪੋਕੇ, ਗੈਵੀ ਭਾਜੀ ਲੋਪੋਕੇ, ਜਿਹੜੇ ਖੇਡਾਂ ਨੂੰ ਪ੍ਰਮੋਟ ਕਰਦੇ ਨੇ UK ਤੋਂ ਨੇ, ਅਤੇ ਉਹਨਾਂ ਨੂੰ ਵੈਲਕਮ ਹੈ ਜੀ ਆਇਆਂ ਨੂੰ। ਮਾਂ ਦੇ ਜਾਗਰਣ ਦੇ ਵਿੱਚ ਪਹੁੰਚੇ ਨੇ ਮਹਾਮਾਇਆ, ਉਹਨਾਂ ਨੂੰ ਹੋਰ ਵੀ ਤਰੱਕੀਆਂ ਬਖਸ਼ੇ। ਔਰ ਸਾਡੇ ਪ੍ਰੈਸ ਤੋਂ ਸਾਡੇ ਗੁਰਵਿੰਦਰ ਸਿੰਘ ਜੀ, ਕਲਸੀ ਜੀ, ਅਜੀਤ ਅਖਬਾਰ ਤੋਂ, ਸੋ ਉਹ ਇੱਥੇ ਪਹੁੰਚੇ ਨੇ ਅੱਜ ਦੇ ਇਸ ਬਹੁਤ ਹੀ ਪਿਆਰੇ ਮਾਹੌਲ ਨੂੰ ਕਵਰ ਕਰਨ ਵਾਸਤੇ। ਸੋ ਉਹਨਾਂ ਨੂੰ ਵੀ ਅੱਜ ਦੀ ਇਸ ਬਹੁਤ ਹੀ ਭਾਗਾਂ ਭਰੀ ਮੁਕੱਦਸ ਰਾਤ ਦੇ ਵਿੱਚ, ਸੋ ਜਿੱਥੇ ਇਹ ਸਾਰੀ ਪ੍ਰਬੰਧਕ ਕਮੇਟੀ ਉੱਥੇ ਸਾਡੇ ਸਾਰੇ ਸੰਗੀਤ ਪਰਿਵਾਰ ਵੱਲੋਂ ਵੀ ਵੈਲਕਮ ਹੈ, ਔਰ ਹੋਰ ਵੀ ਜਿੰਨੀਆਂ ਸ਼ਖਸੀਅਤਾਂ ਮਾਂ ਦੇ ਦਰਬਾਰ ਦੇ ਵਿੱਚ ਪਹੁੰਚੀਆਂ ਨੇ ਸਾਰਿਆਂ ਦਾ ਹੀ ਵੈਲਕਮ ਹੈ। ਔਰ ਜਿਨ੍ਹਾਂ ਨੂੰ ਇਸ ਦਰਬਾਰ ਦੀ ਸੇਵਾ ਮਿਲੀ ਹੋਈ ਹੈ, ਸੋ ਜਿਨ੍ਹਾਂ ਨੂੰ ਇਸ ਦਰਬਾਰ ਦੇ ਵਿੱਚੋਂ ਲਗਨ ਲੱਗੀ ਹੋਈ ਹੈ, ਜਿਨ੍ਹਾਂ ਨੂੰ ਇਸ ਦਰਬਾਰ ਦੇ ਵਿੱਚੋਂ ਪਿਆਰ ਮਿਲਿਆ, ਜਿਨ੍ਹਾਂ ਨੂੰ ਇਸ ਦਰਬਾਰ ਦੇ ਵਿੱਚੋਂ ਮੁਹੱਬਤ ਮਿਲੀ ਹੈ, ਸਾਡੇ ਆਦਰਨੀਏ ਸੋ ਭਗਤ ਹੀਰਾ ਜੀ, ਇੱਕ ਵਾਰੀ ਮੈਂ ਚਾਹੂੰਗਾ ਕਿ ਉਹਨਾਂ ਦੇ ਨਾਂ ਦੇ ਉੱਤੇ ਜ਼ੋਰਦਾਰ ਤਾੜੀ ਹੋਣੀ ਚਾਹੀਦੀ ਹੈ, ਕਿਉਂਕਿ ਉਹਨਾਂ ਨੇ ਆਪਣੇ ਮੁਰਸ਼ਦ ਦੇ ਨਾਲ, ਆਪਣੇ ਸਤਿਗੁਰੂ ਦੇ ਨਾਲ, ਮਾਂ ਦੇ ਨਾਲ ਉਹਨਾਂ ਨੇ ਪ੍ਰੇਮ ਪਾਇਆ ਹੈ। ਔਰ ਗੁਰਬਾਣੀ ਵਿੱਚ ਵੀ ਲਿਖਿਆ ਹੈ, ਕਹਿੰਦੇ ਨੇ ਕਿ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਸੋ ਜਿਨ੍ਹਾਂ ਨੇ ਪਿਆਰ ਕੀਤਾ ਆਪਣੇ ਮੁਰਸ਼ਦ ਦੇ ਨਾਲ, ਆਪਣੇ ਗੁਰੂ ਦੇ ਨਾਲ, ਉਹਨਾਂ ਨੇ ਹੀ ਰੱਬ ਨੂੰ ਪਾਇਆ। ਸੋ ਇਸ ਕਰਕੇ ਆਓ ਮਾਂ ਦੇ ਦਰਬਾਰ ਦੇ ਵਿੱਚ ਆਪਾਂ ਸਾਰੇ ਹਾਜ਼ਰੀਆਂ ਭਰਦੇ ਹਾਂ, ਔਰ ਜਿਹੜੇ ਗੁਰੂ ਵਾਲੇ ਨੇ ਇੱਕ ਵਾਰੀ ਦੋਨੋਂ ਹੱਥਾਂ ਕਰਕੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਆਪੋ ਆਪਣੇ ਗੁਰੂ ਵਾਸਤੇ, ਕਿਉਂਕਿ ਕਹਿੰਦੇ ਨੇ ਕਿ ਗੁਰੂ ਬਿਨ ਜਲੇ ਨਾ ਮਨ ਕੀ ਬਤੀਆ, ਗੁਰੂ ਜਗਾਏ ਤੋਂ ਬੁਝੇ ਨਾ ਸਾਰੀ ਰਤੀਆ। ਸੋ ਇਹ ਜਿਹੜੀ ਲਗਨ ਹੈ ਇਹ ਗੁਰੂਆਂ ਦਾ ਆਸ਼ੀਰਵਾਦ ਹੈ, ਮੁਹੱਬਤ ਹੈ ਜਿਹੜੀ ਉਹਨਾਂ ਨੂੰ ਇਹ ਮਾਂ ਦੇ ਦਰਬਾਰ ਦੀ ਲਗਨ ਲੱਗੀ ਹੋਈ ਹੈ। ਸੋ ਇਸ ਕਰਕੇ ਉਹਨਾਂ ਨੇ ਆਪਣੇ ਮੁਰਸ਼ਦ ਦੀ ਸੇਵਾ ਕੀਤੀ ਹੈ। ਕਹਿੰਦੇ ਨੇ ਕਿ ਜਿਹੜਾ ਗੁਰੂ ਆਪਣੇ ਨੂੰ ਭੁੱਲ ਜਾਂਦਾ ਉਹ ਹਰ ਮੈਦਾਨ 'ਚ ਹਰ ਜਾਂਦਾ। ਸੋ ਜਿਹੜਾ ਬੰਦਾ ਗੁਰੂ ਦਾ ਨਹੀਂ ਹੋਇਆ, ਕਿਉਂਕਿ ਗੁਰੂ ਦੇ ਕੋਲੋਂ ਗਿਆਨ ਮਿਲਦਾ ਹੈ, ਗੁਰੂ ਦੇ ਕੋਲੋਂ ਰਹਿਮਤਾਂ ਦਾ ਭੰਡਾਰ ਮਿਲਦਾ ਹੈ। ਕਹਿੰਦੇ ਨੇ ਕਿ ਜਿਹੜਾ ਗੁਰੂ ਆਪਣੇ ਨੂੰ ਭੁੱਲ ਜਾਂਦਾ ਉਹ ਹਰ ਮੈਦਾਨ 'ਚ ਹਰ ਜਾਂਦਾ। ਸੱਤ ਪੱਤਣਾਂ ਦਾ ਹੋਵੇ ਭਾਵੇਂ ਬੰਦਾ ਤਾਰੂ, ਵਾਂਗ ਕੱਚੇ ਘੜੇ ਦੇ ਖੜ ਜਾਂਦਾ। ਬੇਗੁਰਾਂ ਨਾਲ ਜਗ 'ਤੇ ਕੋਈ ਹੋਵੇ ਹੰਕਾਰੀ ਵਿੱਚ ਹੰਕਾਰ ਦੇ ਮਰ ਜਾਂਦਾ। ਜਿਹੜਾ ਗੁਰੂ ਆਪਣੇ ਦਾ ਸਤਿਕਾਰ ਕਰਦਾ ਉਹ ਬੰਦਾ ਡੁੱਬਦਾ ਡੁੱਬਦਾ ਵੀ ਤਰ ਜਾਂਦਾ। ਸੋ ਇਸ ਕਰਕੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਬੈਠੇ ਹੋ, ਗੁਰਾਂ ਦੇ ਚਰਨਾਂ ਦੇ ਵਿੱਚ ਬੈਠੇ ਹੋ, ਮਾਂ ਦੀ ਪਾਕ ਪਵਿੱਤਰ ਜੋਤ ਦੇ ਅੱਗੇ ਬੈਠੇ ਹੋ, ਸਾਰੇ ਜਿੰਨੀ ਵੀ ਸੰਗਤ ਬੈਠੀ ਹੈ, ਸੋ ਕੋਈ ਵੀ ਜੀਭਾ ਐਸੀ ਨਹੀਂ ਰਹਿਣੀ ਚਾਹੀਦੀ ਅੱਜ ਜਿਹੜੀ ਮਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਨਾ ਭਰੇ। ਜਕਾਰਾ ਸ਼ਰਮ ਵਾਲੀ ਮਾਂ ਦਾ ਸਭ ਇਹ ਪਿਆਰ ਦੇ ਨਾਲ, ਮੁਹੱਬਤ ਦੇ ਨਾਲ ਆਪਾਂ ਸਾਰਿਆਂ ਨੇ ਹਾਜ਼ਰੀਆਂ ਭਰਨੀਆਂ। ਮੈਂ ਇੱਕ ਵਾਰੀ ਫਿਰ ਜਿੰਨੇ ਵੀ ਸਾਡੇ ਸਤਿਕਾਰਯੋਗ, ਮਾਣਯੋਗ ਇੱਥੇ ਹਸਤੀਆਂ ਜਿਹੜੀਆਂ ਪਹੁੰਚੀਆਂ ਹੋਈਆਂ, ਸੋ ਉਹਨਾਂ ਦਾ ਮਾਂ ਦੇ ਇਸ ਜਾਗਰਣ ਦੇ ਵਿੱਚ ਵੈਲਕਮ ਹੈ, ਨਿੱਘਾ ਸਵਾਗਤ ਹੈ ਜੀ ਆਇਆਂ ਨੂੰ, ਖੁਸ਼ ਆਮਦੀਦ। ਤੇ ਆਓ ਜੀ ਫਿਰੋਜ਼, ਮੇਰੀ ਆਵਾਜ਼ ਪ੍ਰੋਪਰ ਸੁਣ ਰਹੀ ਹੈ ਸਭ ਨੂੰ?
ਸੁਣ ਰਹੀ ਹੈ ਜੀ, ਜਿਹੜੇ ਪਿੱਛੇ ਤੱਕ ਬੈਠੇ ਹੋ ਸੁਣ ਰਹੀ ਹੈ? ਆਓ, ਥੈਂਕ ਯੂ ਥੈਂਕ ਯੂ। ਆਨ ਬਸਾ ਨੈਣ ਮੈਂ ਪਲਕ ਠਾਪ ਤੋਹੇ ਨੂੰ ਮੈਂ ਦੇਖੂੰ ਕਿਸੇ ਔਰ ਕੋ ਨਾ ਤੋਹੇ ਦੇਖਣ। ਹੇ ਮੇਰੇ ਕ੍ਰਿਸ਼ਨਾ, ਆਨ ਬਸੋ ਮੋਰੇ ਨੈਣਨ ਮੈਂ ਪਲਕ ਠਾਪ ਤੋਹੇ ਲੂੰ, ਨਾ ਦੇਖੂੰ ਕਿਸੇ ਔਰ ਕੋ ਨਾ ਤੋਹੇ ਦੇਖਣ ਦੂੰ। ਜਿਹੜੇ ਕ੍ਰਿਸ਼ਨ ਮਹਾਰਾਜ ਜੀ ਨੂੰ ਪਿਆਰ ਕਰਦੇ ਹੈ, ਇੱਕ ਵਾਰੀ ਉਹਨਾਂ ਦੇ ਨਾਮ ਦਾ ਜੈਕਾਰਾ ਬੋਲਿਓ। ਬੋਲੀਏ ਬਾਂਕੇ ਬਿਹਾਰੀ ਲਾਲ ਕੀ। ਕ੍ਰਿਸ਼ਨਾ ਤੁਸੀਂ ਸਭ ਨੇ ਸੁਣਿਆ ਹੋਇਆ, ਕਿਹਨੇ ਕਿਹਨੇ ਸੁਣਿਆ ਜੀ? ਕ੍ਰਿਸ਼ਨਾ ਕ੍ਰਿਸ਼ਨਾ ਤੇਰੀ ਮੁਰਲੀ ਤੇ ਭਲਾ ਕੌਣ ਨਹੀਂ ਨੱਚਦਾ। ਆ ਜਿਉਂਦੇ ਰਹੋ ਜਿਉਂਦੇ ਰਹੋ। ਇਹ ਐਸਾ ਭਜਨ ਹੋਇਆ ਕਿ ਮਹਾਰਾਜ ਨੇ ਆਪ ਹੀ ਸਵੀਕਾਰ ਕਰ ਲਿਆ ਤੇ ਤੁਸੀਂ ਵੀ ਸਵੀਕਾਰ ਕਰ ਲਿਆ। 7-8 ਸਾਲ ਹੋ ਗਏ ਇਸ ਭਜਨ ਦੇ ਕਰਕੇ, ਮੇਰੇ ਖਿਆਲ ਦੇ ਵਿੱਚ ਅਸੀਂ ਪੂਰਾ ਵਰਲਡ ਘੁੰਮ ਗਏ ਹਾਂ। ਸੋ ਭਗਤ ਜੀ, ਕ੍ਰਿਸ਼ਨਾ ਤੇਰੀ ਮੁਰਲੀ ਤੇ ਭਲਾ ਕੌਣ ਨਹੀਂ ਨੱਚਦਾ, ਸਾਰੇ ਜਾਣੇ ਇੱਕ ਮਨ ਹੋ ਕੇ ਕ੍ਰਿਸ਼ਨ ਭਗਵਾਨ ਜੀ ਦਾ ਨਾਮ ਧਿਆਈਏ। ਸਾਰੇ ਜਾਣੇ ਬੋਲੀਏ, ਕ੍ਰਿਸ਼ਨਾ ਤੇਰੀ ਮੁਰਲੀ ਤੇ ਭਲਾ ਕੌਣ ਨਹੀਂ ਨੱਚਦਾ, ਕ੍ਰਿਸ਼ਨਾ ਤੇਰੀ ਮੁਰਲੀ ਤੇ ਭਲਾ ਕੌਣ ਨਹੀਂ ਨੱਚਦਾ, ਕ੍ਰਿਸ਼ਨਾ ਭਲਾ ਕੌਣ ਨਹੀਂ ਨੱਚਦਾ, ਕ੍ਰਿਸ਼ਨਾ ਤੇਰੀ ਮੁਰਲੀ ਤੇ ਭਲਾ ਕੌਣ ਨਹੀਂ ਨੱਚਦਾ। ਧਰਤੀ ਚੰਨ ਸਿਤਾਰੇ ਨੱਚਦੇ, ਸਾਰੇ ਭਗਤ ਪਿਆਰੇ ਨੱਚਦੇ, ਰਾਜਾ ਨੱਚੀ ਮੀਰਾ ਨੱਚੀ ਸਾਰਾ ਆਲਮ ਤੰਗਦਾ, ਕ੍ਰਿਸ਼ਨਾ ਤੇਰੀ ਮੁਰਲੀ ਤੇ ਭਲਾ ਕੌਣ ਨਹੀਂ ਨੱਚਦਾ, ਕ੍ਰਿਸ਼ਨਾ ਤੇਰੀ ਮੁਰਲੀ ਤੇ ਭਲਾ ਕੌਣ ਨਹੀਂ ਨੱਚਦਾ, ਕ੍ਰਿਸ਼ਨਾ ਤੇਰੀ ਮੁਰਲੀ ਤੇ ਭਲਾ ਕੌਣ ਨਹੀਂ ਨੱਚਦਾ। ਤਾੜੀਆਂ ਆਈ ਜਦ ਹੋਠਾਂ ਨਾਲ ਲਾਈ ਮੁਰਲੀ, ਗੀ ਪ੍ਰਭੂ ਦੇ ਗਾਈ ਮੁਰਲੀ, ਹੋਕਾਂ ਦੇ ਵੀ ਸੱਚ ਦਾ, ਕ੍ਰਿਸ਼ਨਾ ਤੇਰੀ ਮੁਰਲੀ ਤੇ ਭਲਾ ਕੌਣ ਨਹੀਂ ਨੱਚਦਾ, ਕ੍ਰਿਸ਼ਨਾ ਤੇਰੀ ਮੁਰਲੀ ਤੇ ਭਲਾ ਕੌਣ ਨਹੀਂ ਨੱਚਦਾ, ਕ੍ਰਿਸ਼ਨਾ ਤੇਰੀ ਮੁਰਲੀ ਤੇ ਭਲਾ ਕੌਣ
ਨੱਚਦਾ ਮਨਮੋਹਨ ਗਨ ਸ਼ਾਮ ਵੀ ਤੂੰ ਐ ਈਸ਼ਵਰ ਅੱਲਾ ਰਾਮ ਵੀ ਤੂੰ ਐ ਮਨਮੋਹਨ ਗਨ ਸ਼ਾਮ ਵੀ ਤੂੰ ਐ ਈਸ਼ਵਰ ਅੱਲਾ ਰਾਮ ਵੀ ਤੂੰ ਐ ਮਨਮੋਹਨ ਗਨ ਸ਼ਾਮ ਵੀ ਤੂੰ ਐ ਈਸ਼ਵਰ ਅੱਲਾ ਰਾਮ ਵੀ ਤੂੰ ਐ ਉਸ ਮਾਲਿਕ ਦਾ ਨਾਮ ਵੀ ਤੂੰ ਐ ਜੋ ਸਭਨਾਂ ਵਿੱਚ ਵਸਦਾ ਕ੍ਰਿਸ਼ਨਾ 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 ਤੇਰੀ ਮੁਰਲੀ ਤੇ ਮਲਕਾਂ ਨੀ ਨੱਚਦਾ ਬਾਬਾ ਨਾਂਗਾ ਜੀ ਦੇ ਦਰਬਾਰ ਤੋਂ ਭੀਲੋਵਾਲ ਤੋਂ ਵਾਹ ਜੀ ਵਾਹ ਸੰਗਤ ਆਈ ਹੈ ਜੀ ਭਜਨ ਮੰਡਲੀ ਆਈ ਹੈ ਮੈਂ ਸ਼ੁਕਰੀਆ ਅਦਾ ਕਰਦਾ ਅੱਛਾ ਜੀ ਅੱਛਾ ਜੀ ਕੰਠ ਕਲੇਰ ਜੀ ਆ ਰਹੇ ਨੇ ਜੀ 23 ਜੁਲਾਈ ਨੂੰ ਭੀਲੋਵਾਲ ਅੱਛਾ ਜੀ ਅੱਛਾ ਜ਼ਰੂਰ ਜਾਇਓ ਬਈ ਕੰਠ ਕਲੇਰ ਆ ਰਿਹਾ ਮੇਰਾ ਭਰਾ ਆ ਰਿਹਾ ਉੱਥੇ ਤੁਸੀਂ ਜ਼ਰੂਰ ਸੁਣਨ ਜਾਇਓ ਲਾਲ ਅਠਾਣੀ ਵਾਲਾ ਕਹਿੰਦਾ ਕ੍ਰਿਸ਼ਨ ਤੇਰਾ ਨਾਮ ਜੋ ਲੈਂਦਾ ਲਾਲ ਅਠਾਣੀ ਵਾਲਾ ਕਹਿੰਦਾ ਕ੍ਰਿਸ਼ਨ ਤੇਰਾ ਨਾਮ ਜੋ ਲੈਂਦਾ ਉਹ ਲਾਲ ਅਠਾਣੀ ਵਾਲਾ ਕਹਿੰਦਾ ਕ੍ਰਿਸ਼ਨ ਤੇਰਾ ਨਾਮ ਜੋ ਲੈਂਦਾ ਦੁਨੀਆਂ ਦਾ ਹਰ ਸੁੱਖ ਪਾ ਲੈਂਦਾ ਕੱਖੋਂ ਬਣ ਜਾ ਲੱਖਦਾ ਕ੍ਰਿਸ਼ਨਾ 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 ਇਹ ਬਹੁਤ ਹੀ ਪਿਆਰਾ ਬੱਚਾ ਹੈ ਬੱਚਾ ਨਹੀਂ ਮੈਂ ਕਹੂੰਗਾ ਇਹ ਉਸਤਾਦ ਆਦਮੀ ਹੈ ਛੋਟੀ ਜਿਹੀ ਉਮਰ ਦੇ ਵਿੱਚ ਇੰਨੀ ਅੱਛੀ ਫਲਿਊਟ ਇੰਨੀ ਅੱਛੀ ਮੁਰਲੀ ਵਜਾਉਂਦਾ ਹੈ ਕਿ ਇੱਕ ਮਾਹੌਲ ਸਿਰਜ ਦਿੰਦਾ ਹੈ ਸਿਧਾਰਥ ਜੋਗੀ ਇੱਕ ਵਾਰੀ ਤਾੜੀਆਂ ਵਜਾ ਦਿਓ ਜੀ ਇਹਦੇ ਵਾਸਤੇ ਇਹ ਛੋਟੀ ਜਿਹੀ ਪਰਫਾਰਮੈਂਸ ਦੇਵੇਗਾ ਜ਼ਰੂਰ ਆਪਣੀ ਮੁਰਲੀ ਦੇ ਨਾਲ ਲੈ ਕੇ ਆਇਓ ਅੱਜ ਹਾਂ ਤੁਹਾਡੇ ਪਾਪਾ ਵੀ ਆਏ ਨਾਲ ਦਾਦੂ ਆਇਆ ਬਹੁ ਜੀ ਵਾਹ ਜੀ ਵਾਹ ਬੜਾ ਸੁਰ ਵਾਲਾ ਬੱਚਾ ਪੈਦਾ ਹੋਇਆ ਤੁਹਾਡੇ ਘਰ ਦੇ ਵਿੱਚ ਰਹਿਮਤ ਉਹਦੀ ਹੋਈ ਹੈ ਪਰ ਮੈਂ ਹੁਣ ਤਾਂ ਚੱਲਿਆ ਆਸਟ੍ਰੇਲੀਆ ਨੂੰ ਕੱਲ੍ਹ ਨੂੰ ਜਦੋਂ ਮੈਂ ਉੱਥੋਂ ਆਇਆ ਨਾ ਫਿਰ ਤੈਨੂੰ ਮੈਂ ਬੁਲਾਊਂਗਾ ਮੈਂ ਤੇਰੇ ਬਾਰੇ ਸੋਚਦਾ ਰਹਿੰਦਾ
ਜਦੋਂ ਤੇਰੀ ਬੰਸਰੀ ਇੱਧਰ ਉੱਧਰ ਕਿਤੇ ਸੁਣਦਾ ਨਾ ਮੈਂ, ਹੁਣ ਤੁਸੀਂ ਮੇਰੇ ਖਿਆਲ ਕਨਵਰ ਗਰੇਵਾਲ ਨਾਲ ਵੀ ਵਜਾਈਏ ਨਾ, ਹਾਂ ਉੱਧਰੋਂ ਵੀ ਆਸ਼ੀਰਵਾਦ ਮਿਲਿਆ। ਸੋ ਮੇਰੇ ਭਜਨ ਨੂੰ ਹੋਰ ਅਮਰ ਕਰ ਦਿੱਤਾ ਭਾਈ ਤੂੰ ਛੋਟੇ, ਜਿਉਂਦਾ ਰਹਿ, ਖੁਸ਼ ਰਹਿ। ਮੇਰੇ ਤੋਂ ਬਾਅਦ, ਮੇਰੇ ਇਸੇ ਭਜਨ ਤੋਂ ਬਾਅਦ ਥੋੜ੍ਹੀ ਜਿਹੀ ਮੁਰਲੀ ਦੀ ਪਰਫਾਰਮੈਂਸ ਹੋਏਗੀ ਸਾਡੇ ਸਿਧਾਰਥ ਜੋਗੀ ਦੀ। ਇਹਨੇ ਹੌਲੀ ਹੌਲੀ ਕਰਕੇ ਉਸਤਾਦ ਬਣਨਾ ਹੈ ਨਾ। ਹਾਂਜੀ, ਲਾਦੇ ਅਠਾਲੀ ਕਾਲਾ ਕਹਿੰਦਾ ਕ੍ਰਿਸ਼ਨ ਤੇਰਾ ਨਾਮ ਜੋ ਲੈਂਦਾ, ਲਾਦੇ ਅਠਾਲੀ ਵਾਲਾ ਕਹਿੰਦਾ ਕ੍ਰਿਸ਼ਨ ਤੇਰਾ ਨਾਮ ਜੋ ਲੈਂਦਾ। ਲਾਦ ਅਠਾਲੀ ਵਾਲਾ ਕਹਿੰਦਾ ਕ੍ਰਿਸ਼ਨ ਤੇਰਾ ਨਾਮ ਜੋ ਲੈਂਦਾ, ਦੁਨੀਆ ਦਾ ਹਰ ਸੁੱਖ ਪਾ ਲੈਂਦਾ, ਕੱਥੋਂ ਬਣ ਜਾ ਲੱਖਦਾ ਕ੍ਰਿਸ਼ਨਾ ਕ੍ਰਿਸ਼ਨਾ। ਇੱਕ ਵਾਰੀ ਉੱਠ ਕੇ ਖੜੇ ਹੋ ਕੇ, ਖੜੇ ਹੋ ਕੇ ਮੈਂ ਗੱਲ ਕੀਤੀ ਹੈ ਨਾ ਨੱਚਣ ਦੀ, ਸਾਰੇ ਜਾਣੇ ਨੱਚ ਕੇ ਹੈ ਨਾ। ਹਾਂਜੀ, ਕ੍ਰਿਸ਼ਨਾ ਕ੍ਰਿਸ਼ਨਾ ਕ੍ਰਿਸ਼ਨਾ। ਇੱਕ ਵਾਰੀ ਇੱਧਰ ਨੂੰ ਮੂੰਹ ਕਰੋ ਪਰਲੇ ਪਾਸੇ ਨੂੰ, ਤੁਸੀਂ ਇਹਨਾਂ ਨੂੰ ਵੀ ਕਹੋ ਸਾਰੇ ਜਾਣੇ, ਕਿ ਤੁਸੀਂ ਵੀ ਬੋਲੋ ਕ੍ਰਿਸ਼ਨਾ ਕ੍ਰਿਸ਼ਨਾ। ਜਾਂਦੇ ਰਹੋ ਬਈ, ਜਾਂਦੇ ਰਹੋ। ਇਹ ਸਫਲ ਹੋ ਗਿਆ ਮਹਾਮਾਈ ਦੇ ਘਰ ਦਾ ਜਾਗਰਣ। ਜਦੋਂ ਬੱਚੇ ਖੁਸ਼ ਹੋ ਜਾਣ ਨਾ, ਕਹਿੰਦੇ ਨੇ ਕਿ ਬੱਚਾ ਅਤੇ ਬੰਦਰ ਜੇ ਟਿੱਕੇ ਬੈਠ ਗਏ ਸਮਝੋ ਚੂਲ ਢਿੱਲੀ ਹੈ ਕੋਈ ਨਾ ਕੋਈ। ਹੈਂਜੀ, ਇੱਕ ਵਾਰ ਮੈਂ ਇੱਦਾਂ ਹੀ ਜਾਗਰਣ ਕਰ ਰਿਹਾ ਸੀ, ਇੱਕ ਛੋਟਾ ਜਿਹਾ ਬੱਚਾ ਰੌਲਾ ਪਾਉਣ ਲੱਗ ਗਿਆ, ਮੈਂ ਉਹਨੂੰ ਆਵਾਜ਼ ਲਗਾਈ ਬੇਟਾ ਬਹਿ ਜਾ, ਉਹ ਬਹਿ ਗਿਆ। ਪੰਜ ਕੁ ਮਿੰਟਾਂ ਬਾਅਦ ਫਿਰ ਉਹਨੇ ਇੱਕ ਦੂਸਰੇ ਦੇ ਵਾਲ ਪੱਟਣੇ ਸ਼ੁਰੂ ਕੀਤੇ, ਮੈਨੂੰ ਗੁੱਸਾ ਆ ਗਿਆ। ਮੈਂ ਕਿਹਾ ਉਹ ਬਹਿੰਦਾ ਨਹੀਂ ਤੂੰ, ਤੇਰੇ ਥੱਪੜ ਮਾਰਾਂ ਕੰਨ 'ਤੇ। ਇੱਕ ਮਾਤਾ ਉੱਠ ਕੇ ਖੜੀ ਹੋ ਗਈ, ਕਹਿੰਦੀ ਮਾਰ ਕੇ ਦਿਖਾ। ਮੈਂ ਕਿਹਾ ਮਾਤਾ ਜੀ ਉਹ ਰੌਲਾ ਪਾ ਰਿਹਾ। ਕਹਿੰਦੀ ਤੂੰ ਢਾਈ ਘੰਟੇ ਦਾ ਰੌਲਾ ਪਾਈ ਜਾਂਦਾ, ਤੈਨੂੰ ਤਾਂ ਕਿਸੇ ਨੇ ਨਹੀਂ ਕਿਹਾ। ਬੋਲ ਸੱਚੇ ਦਰਬਾਰ ਕੀ, ਸੱਚੇ ਦਰਬਾਰ ਕੀ। ਲੈ ਵੀ ਇਹਨਾਂ ਦੀ ਗੱਲ ਮੰਨੋ ਇੱਕ ਵਾਰੀ, ਹੈ ਨਾ, ਮੇਰੀ ਤਾਂ ਤੁਸੀਂ ਮੰਨਣੀ ਨਹੀਂ। ਇੱਕ ਵਾਰੀ ਹੱਥ ਉੱਤੇ ਕਰਕੇ, ਕ੍ਰਿਸ਼ਨਾ 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 ਬੋਲੀਏ ਬਾਂਕੇ ਬਿਹਾਰੀ ਲਾਲ ਕੀ। ਤੁਹਾਡੀ ਵੀਡੀਓ ਸਪੈਸ਼ਲ ਬਣੀ ਹੈ, ਦੇਖੋ ਪਤਾ ਨਹੀਂ ਕਿੱਥੋਂ ਆਇਆ ਇਹ, ਸਾਡਾ ਨਹੀਂ ਹੈਗਾ, ਇਹ ਤੁਹਾਨੂੰ ਕੈਚ ਕਰਨ ਵਾਸਤੇ ਆਇਆ। ਕਹਿੰਦੇ ਬੱਚੇ ਉੱਠ ਖੜੇ ਆ, ਨੱਚ ਰਹੇ ਨੇ, ਗਾ ਰਹੇ ਨੇ, ਅਤੇ ਪਤਾ ਨਹੀਂ ਕਿੱਥੋਂ ਆਇਆ, ਇੱਧਰੋਂ ਅਸਮਾਨਾਂ ਚੋੜਦਾ।
ਬੋਲ ਸੱਚੇ ਦਰਬਾਰ ਕੀ, ਸੱਚੇ ਦਰਬਾਰ ਕੀ। ਹਾਂ, ਡਮ ਡਮ ਡਮਰੂ ਵੱਜੇ ਭੋਲੇ ਸ਼ੰਕਰ ਦਾ ਜਿਹੜਾ ਭਜਨ ਤੁਸੀਂ ਅਕਸਰ ਸ਼ਿਵਰਾਤਰੀ 'ਤੇ ਸੁਣਦੇ ਹੋ, ਗਾਉਂਦੇ ਹੋ, ਨੱਚਦੇ ਹੋ। ਮੈਂ ਇਹ ਬੰਦਾ ਤੁਹਾਡਾ ਕਿੱਦਾਂ ਸ਼ੁਕਰੀਆ ਅਦਾ ਕਰੇ ਕਿ ਤੁਸੀਂ, ਮੈਂ ਜਿੱਥੇ ਵੀ ਖੜ ਕੇ ਕੁਛ ਵੀ ਗਾਇਆ ਤੁਸੀਂ ਕਬੂਲ ਹੀ ਕੀਤਾ ਹੈਗਾ, ਤੁਸੀਂ ਮੈਨੂੰ ਮਾਣ ਹੀ ਦਿੱਤਾ ਹੈਗਾ। ਇਹਦੇ ਲਈ ਮੈਂ ਤੁਹਾਡਾ ਕਰਜ਼ਦਾਰ ਹਾਂ, ਹਮੇਸ਼ਾ ਸ਼ੁਕਰੀਆ ਅਦਾ ਕਰਦਾ ਰਹਿੰਦਾ, ਤੁਹਾਡੀ ਖੈਰ ਮੰਗਦਾ ਰਹਿੰਦਾ ਕਿ ਤੁਸੀਂ ਤੰਦਰੁਸਤ ਰਹੋ, ਸਿਹਤ ਜਾਬ ਰਹੋ, ਹੱਸਦੇ ਵੱਸਦੇ ਰਹੋ। ਬਲ ਸ਼ੰਕਰ ਭਗਵਾਨ ਕੀ, ਜਟਾਧਾਰੀ ਕੀ, ਨੀਲਕੰਠ ਮਹਾਰਾਜ ਕੀ, ਆ ਦਿਲ ਨੂੰ ਮਾਲਦਾ ਮਨ ਮੋਣਾ, ਭਸਮਾ ਲਾ ਕੇ ਹੋਰ ਵੀ ਸੋ ਸ਼ੰਕਰ ਜੀ ਦੇ ਭਗਤੋ, ਉਹ ਬੈਠੇ ਹੋ, ਬੋਲੇ ਸ਼ੰਕਰ ਭਗਵਾਨ ਕੀ, ਦਿਲ ਨੂੰ ਮੋਹ ਲੈਂਦਾ ਮਨ ਮੋਹਣਾ, ਭਸਮਾ ਲਾ ਕੇ ਹੋਰ ਵੀ ਸੋਹਣਾ, ਦਿਲ ਨੂੰ ਮੋਹ ਲੈਂਦਾ ਮਨ ਮੋਹਣਾ, ਭਸਮਾ ਲਾ ਕੇ ਹੋਰ ਵੀ ਸੋਹਣਾ, ਰੂਪ ਸੁਹਾਣਾ, ਰੂਪ ਸੁਹਾਣਾ, ਰੂਪ ਸੁਹਾਣਾ ਲੱਗੇ ਭੋਲੇ ਸ਼ੰਕਰ ਦਾ, ਹਟਮ ਦਮ 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 ਦਮ, ਹਟਮ ਦਮ ਦਮ ਰੂਹ ਵਜੇ ਭੋਲੇ ਸ਼ੰਕਰ ਦਾ, ਹਟਮ ਦਮ ਦਮ ਰੂਹ ਵਜੇ ਭੋਲੇ ਸ਼ੰਕਰ ਦਾ। ਓਮ ਨਮਃ ਸ਼ਿਵਾਯ, ਓਮ ਨਮਃ ਸ਼ਿਵਾਯ, ਹਰੀ ਓਮ ਨਮਃ ਸ਼ਿਵਾਯ, ਹਰਿ ਓਮ ਨਮਃ ਸ਼ਿਵਾ, ਰੰਗ ਵਿੱਚ ਆਇਆ ਹੈ ਮਸਤਾਨਾ, ਛੇੜੇ ਡਮਰੂ ਮਿੱਠੀਆਂ ਤਾਨਾ, ਰੰਗ ਵਿੱਚ ਆਇਆ ਹੈ ਮਸਤਾਨਾ, ਛੇੜੇ ਡਮਰੂ ਮਿੱਠੀਆਂ ਤਾਨਾ, ਦਿਲ ਆਪਣਾ ਵੀਣਾ, ਆਪਣਾ ਵੀਣਾ, ਆਪਣਾ ਵੀਣਾ ਰੱਜੇ ਭੋਲੇ ਸ਼ੰਕਰ ਦਾ, ਹਟਮ ਦਮ 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 ਦਮ, ਹਟਮ ਦਮ ਦਮ ਰੂਹ ਵਜੇ ਭੋਲੇ ਸ਼ੰਕਰ ਦਾ, ਹਟਮ ਦਮ ਦਮ ਰੂਹ ਵਜੇ ਭੋਲੇ ਸ਼ੰਕਰ ਦਾ। ਓਮ ਨਮਃ ਸ਼ਿਵਾ, ਨਮਃ ਸ਼ਿਵਾ, ਹਰੀ ਓਮ ਨਮਃ ਸ਼ਿਵਾ, ਹਰੀ ਓਮ ਨਮਃ ਸ਼ਿਵਾ,
ਨਦੀਆਂ ਝਰਨੇ ਆਖਣ ਸ਼ਿਵ ਦੇ ਦਰਸ਼ਨ ਕਰਨੇ ਪਰਬਤ ਪਾਉਣਾ ਨਦੀਆਂ ਝਰਨੇ ਆਖਣ ਸ਼ਿਵ ਦੇ ਦਰਸ਼ਨ ਕਰਨੇ ਫਣੀਅਰ ਗਲ ਵਿੱਚ ਫਣੀਅਰ ਗਲ ਵਿੱਚ ਫਣੀਅਰ ਸਜੇ ਭੋਲੇ ਸ਼ੰਕਰ ਦਾ ਓਮ ਨਮਃ ਸ਼ਿਵਾਯ ਹਰੀ ਓਮ ਨਮਃ ਸ਼ਿਵਾਯ ਹਰਿ ਓਮ ਨਮਃ ਸ਼ਿਵਾ ਸਰ ਜੀਵਨ ਹੋਈ ਤਨ ਖੁਦਾਈ ਦਰਦ ਪਤਾਣੀ ਅੰਬਰਾਂ ਤਾਈ ਜੀਵਨ ਹੋਈ ਤਨ ਖੁਦਾਈ ਦਰਦ ਪਤਾਣੀ ਅੰਬਰਾਂ ਤਾਈ ਸੁਰਨਾਦ ਸੁਰੀਲਾ ਨਾਦ ਸੁਰੀਲਾ ਨਾਦ ਸੁਰੀਲਾ ਗਜੇ ਭੋਲੇ ਸ਼ੰਕਰ ਦਾ ਓਮ ਨਮਃ ਸ਼ਿਵਾਯ ਹਰਿ ਓਮ ਨਮਃ ਸ਼ਿਵਾਯ ਹਰਿ ਓਮ ਨਮਃ ਸ਼ਿਵਾਯ ਹਰਿ ਓਮ ਨਮਃ ਸ਼ਿਵਾਯ ਹਰਿ ਓਮ ਨਮਃ ਸ਼ਿਵਾਯ ਇਹ ਐਸਾ ਮੰਤਰ ਹੈ ਜਿਹੜਾ ਜਪਦਾ ਹੈ ਉਹਦੇ ਬੇੜੇ ਪਾਰ ਹੁੰਦੇ ਹੈ ਮੇਰੀਆਂ ਗੱਲਾਂ 'ਤੇ ਤੁਸੀਂ ਯਕੀਨ ਕਰੋ ਚਾਹੇ ਨਾ ਕਰੋ ਰਹਿਮਤ ਹੁੰਦੀ ਹੈ ਜ਼ਰੂਰ ਹੁੰਦੀ ਹੈ ਅਗਰ ਦੁਨੀਆ ਮੱਥੇ ਟੇਕਦੀ ਹੈ ਨਾ ਸ਼ੰਕਰ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਅਤੇ ਕੋਈ ਗੱਲ ਹੈ ਤਦ ਟੇਕਦੀ ਹੈ ਨਾ ਕੋਈ ਕਿਸੇ ਨੂੰ ਐਵੇਂ ਥੋੜ੍ਹੀ ਮੰਨਦਾ ਤੁਸੀਂ ਤਾਂ ਬੜੇ ਸਿਆਣੇ ਹੋ ਇੱਕ ਵਾਰੀ ਸਾਰੇ ਜਣੇ ਮੰਤਰ ਜਾਪ ਕਰੋਗੇ ਆਪਣੀ ਮਿੱਠੀ ਜੀ ਜ਼ੁਬਾਨ ਮਿੱਠੀ ਜੀ ਆਵਾਜ਼ ਦੇ ਨਾਲ ਸਾਰਿਆਂ ਨੇ ਕਹਿਣਾ ਇੱਕ ਆਵਾਜ਼ ਆਉਣੀ ਚਾਹੀਦੀ ਹੈ ਮਿੱਠੀ ਜੀ ਆਵਾਜ਼ ਕਿ ਸ਼ੰਕਰ ਮਹਾਰਾਜ ਖੁਸ਼ ਹੋ ਜਾਣ ਸਭ ਨੇ ਕਹਿਣਾ ਓਮ ਨਮਃ ਸ਼ਿਵਾਯ ਹਰਿ ਓਮ ਨਮਃ ਸ਼ਿਵਾਯ ਇਹ ਤੁਹਾਡਾ ਕੰਮ ਨਹੀਂ ਬਹਿ ਜਾਓ ਹਲੇ ਠੀਕ ਹੈ ਜਿਹੜਾ ਕਰਨਾ ਸੀ ਕੀਤਾ ਹੈ ਹਾਂ ਕਰੋ ਜ਼ਰੂਰ ਆਰਾਮ ਨਾਲ ਸ਼ਾਂਤੀ ਨਾਲ ਇੱਦਾਂ ਟਪੋਸੀਆਂ ਮਾਰ ਕੇ ਨਹੀਂ ਨਾਮ ਜਪਣਾ ਹਾਂਜੀ ਆਵਾਜ਼ ਆਉਣੀ ਚਾਹੀਦੀ ਹੈ ਭਗਤ ਜੀ ਓਮ ਨਮਃ ਸ਼ਿਵਾਯ ਹਰਿ ਓਮ ਨਮਃ ਸ਼ਿਵਾਯ ਹਰਿ ਓਮ ਨਮਃ ਸ਼ਿਵਾਯ ਹਰਿ ਓਮ ਨਮਃ ਸ਼ਿਵਾਯ
ਹਰੀ ਓਮ ਨਮਃ ਸ਼ਿਵਾ 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 ਖੁਸ਼ ਥੈਂਕ ਯੂ ਭੈਣ ਜੀ ਚਲੋ ਜਿਉਂਦੇ ਰਹੋ ਜਿਉਂਦੇ ਰਹੋ ਖੁਸ਼ ਰਹੋ ਆਬਾਦ ਰਹੋ ਰਾਜੀ ਰਹੋ ਚਲੋ ਓਕੇ ਓਕੇ ਕੋਈ ਨਾ ਕੋਈ ਨਾ ਕੋਈ ਨਾ ਇੱਧਰ ਪੈਸੇ ਦਿਓ ਯਾਰ ਦੇ ਦੇ ਲੈ 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 ਉਹ ਲੈ ਜਾ ਲੈ ਜਾ ਇਹ ਮੇਰੇ ਭਰਾ ਵੱਲੋਂ ਆਉਂਦਾ ਲੈ ਜਾ ਲੈ ਜਾ ਹਾਂ ਤਨ ਤੇ ਭਸਮ ਰਮਾ ਲਈ ਆਪਣੇ ਤਨ ਤੇ ਭਸਮ ਰਮਾ ਲਈ ਆਪਣੇ ਭਗਤਾਂ ਨੂੰ ਸੁਗਾਤਾਂ ਤੇਰੀਆਂ ਕਿਆ ਬਾਤਾਂ ਹੋ ਕਿਆ ਬਾਤਾਂ ਮਹਾਦੇਵ ਤੇਰੀਆਂ ਕਿਆ ਬਾਤਾਂ ਮਹਾਦੇਵ ਤੇਰੀਆਂ ਕਿਆ ਬਾਤਾਂ ਤੇਰੀਆਂ ਕਿਆ ਕਿਆ ਬਾਤਾਂ ਤੇਰੀਆਂ ਕਿਆ ਕਿਆ ਪਤਾ ਬਾਤਾਂ ਕਿਆ ਬਾਤਾਂ ਮਹਾਦੇਵ ਤੇਰੀਆਂ ਕਿਆ ਬਾਤਾਂ ਓ ਕਿਆ ਬਾਤਾਂ
ਤੇਰੀਆਂ ਕਿਆ ਪਾਤਾ, ਤੇਰੀਆਂ ਕਿਆ ਕਿਆ ਪਾਤਾ। ਅਗਰ ਤੁਹਾਨੂੰ ਲੱਗਦਾ ਨਾ ਕਿ ਸ਼ੰਕਰ ਮਹਾਰਾਜ ਦੀਆਂ ਕਿਆ ਹੀ ਬਾਤਾਂ ਨੇ, ਇੱਕ ਵਾਰੀ ਤਾੜੀ ਵਜਾ ਕੇ ਕਹੋ, ਹਾਂ ਕਿਆ ਬਾਤਾਂ ਮਹਾਦੇਵ ਤੇਰੀਆਂ, 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 ਕਿਆ ਬਾਤਾਂ, ਕਿਆ ਬਾਤਾਂ, ਕਿਆ ਬਾਤਾਂ, ਨਿਮ ਕਮਲੀ ਮਯਾ ਦੀ ਕਮਲੀ, 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 ਨਿਮ ਕਮਲੀ, ਨਿਮ ਕਮਲੀ, ਨਿਮ ਕਮਲੀ, ਨਿਮ ਕਮਲੀ, ਕਮਲੀ ਮਯਾ ਦੀ ਕਮਲੀ, ਨਿਮ ਕਮਲੀ ਮਯਾ ਦੀ ਕਮਲੀ, ਕਮਲੀ ਮਯਾ ਦੀ ਕਮਲੀ। ਆਵਾਸ ਰਹੀ ਨਾ ਮੈਨੂੰ, ਸੁੱਧ ਬੁੱਧ ਭੁੱਲ ਗਈ ਸਾਰੀ, ਸੁੱਧ ਬੁੱਧ ਭੁੱਲ ਗਈ ਸਾਰੀ, ਨਾਮ ਦਾਤੀ ਦਾ ਤਨ ਮਨ ਵਸਿਆ, ਚੜ ਗਈ ਨਾਮ ਕੁਮਾਰੀ, ਧੁਰੀ ਅੰਦਰ ਤੱਕ ਰੰਗੀ ਗਈਆਂ, ਧੁਰੀ ਅੰਦਰ ਤੱਕ ਰੰਗੀ ਗਈਆਂ, ਮੈਂ ਸਾਰੀ ਦੀ ਸਾਰੀ, ਨਿਮ ਕਮਲੀ ਮਈਆ ਦੀ ਕਮਲੀ, ਨਿਮ ਕਮਲੀ ਮਈਆ ਦੀ ਕਮਲੀ, ਨਿਮ ਕਮਲੀ ਮਈਆ ਦੀ ਕਮਲੀ, ਨਿਮ ਕਮਲੀ ਮਈਆ ਦੀ ਕਮਲੀ। ਲੋਕੀ ਮੈਨੂੰ ਕਮਲੀ ਕਹਿੰਦੇ, ਕਹਿੰਦੇ ਝੱਲ ਬਲੱਲੀ, ਕੀ ਹੋਇਆ ਜੇ ਝੱਲੀਆਂ ਮੈਂ ਮਈਆ ਦੀ ਝੱਲੀ,
ਚੁੱਕ ਲਿਆ ਚਿਮਟਾ ਪੈਰੀ ਘੁੰਗਰੂ, ਚੁੱਕ ਲਿਆ ਚਿਮਟਾ ਪੈਰੀ ਘੁੰਗਰੂ, ਮਾਂ ਨੂੰ ਮਨਾਵਣ ਚੱਲੀ ਨੀਂ ਕਮਲੀ ਮਈਆ ਦੀ ਕਮਲੀ, 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 ਨੀਂ ਕਮਲੀ ਨੀਂ ਕਮਲੀ ਨੀਂ ਕਮਲੀ ਕਮਲੀ ਮਈਆ ਦੀ ਕਮਲੀ, ਨੀਂ ਕਮਲੀ ਮਈਆ ਕਮਲੀ। ਦੱਸਾਂ ਮੈਂ ਕੀ ਦੱਸਾਂ, ਪਿਆਰ ਦਾ ਕੀ ਸੰਗ ਪਾਇਆ, ਇਸ ਲਿਬ ਨੇ ਇਸ ਪਿਆਰ ਨੇ ਮੈਨੂੰ ਮਸਤ ਬਣਾਇਆ, ਸਰ ਜੀਵਨ ਨੇ ਜੋ ਕੁਝ ਲਿਖਿਆ, ਸਰ ਜੀਵਨ ਨੇ ਜੋ ਕੁਝ ਲਿਖਿਆ, ਵੀਰ ਫਿਰੋਜ਼ ਨੇ ਗਾਇਆ, ਨਿਮ ਕਮਲੀ ਮਈਆ ਦੀ ਕਮਲੀ, 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 ਨਿਮ ਕਮਲੀ 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 ਮਈਆ ਦੀ ਕਮਲੀ, ਨਿਮ ਕਮਲੀ ਮਈਆ ਦੀ ਕਮਲੀ, ਕਮਲੀ ਮਈਆ ਦੀ ਕਮਲੀ, ਨਿਮ ਕਮਲੀ ਮਈਆ ਦੀ ਕਮਲੀ, ਨਿਮ ਕਮਲੀ ਮਈਆ ਦੀ ਕਮਲੀ, ਕੋਈ ਵਗਦੀ ਨਹਿਰ ਹੋਵੇ, ਕੋਈ ਵਗਦੀ ਨਹਿਰ ਹੋਵੇ ਮਈਆ ਦਿਆ ਭਗਤਾਂ ਦਾ, ਮਈਆ ਦਿਆ ਭਗਤਾਂ ਦਾ, ਕੋਈ ਵੱਖਰਾ ਸ਼ਹਿਰ ਹੋਵੇ, ਕੋਈ ਵੱਖਰਾ ਸ਼ਹਿਰ ਹੋਵੇ, ਕੋਈ ਵੱਖਰਾ ਸ਼ਹਿਰ ਹੋਵੇ, ਉਹ ਮਈਆ ਦਿਆ ਭਗਤਾਂ ਦਾ, ਉਹ ਮਈਆ ਦਿਆ ਭਗਤਾਂ ਦਾ, ਕੋਈ ਵੱਖਰਾ ਸ਼ਹਿਰ ਹੋਵੇ, ਕੋਈ ਵੱਖਰਾ ਸ਼ਹਿਰ ਹੋਵੇ, ਕੋਈ ਵੱਖਰਾ ਸ਼ਹਿਰ ਹੋਵੇ, ਸੱਚੇ ਦਰਬਾਰ ਕੀ। ਭੈਣਾਂ ਤਾਂ ਪਤਾ ਨਹੀਂ ਸੁੱਤੀਆਂ ਹੀ ਪਈਆਂ, ਬੋਲ ਸੱਚੇ ਦਰਬਾਰ ਕੀ। ਹਾਂ, ਆਵਾਜ਼ ਆਉਣੀ ਚਾਹੀਦੀ ਹੈ। ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਮਾਣਯੋਗ ਸਾਡੇ ਬਜਾਜ ਸਾਹਿਬ। ਸੋ ਜਿਹੜੇ ਬਹੁਤ ਹੀ ਪਿਆਰ ਦੇ ਨਾਲ, ਪ੍ਰੇਮ ਦੇ ਨਾਲ ਮਾਂ ਚਰਨਾਂ ਦੇ ਵਿੱਚ ਆਪਣੀਆਂ ਹਾਜ਼ਰੀਆਂ ਭਰ ਰਹੇ ਨੇ, ਇੱਕ ਵਾਰੀ ਤਾੜੀਆਂ ਵਜਾਓ
ਵਜਾਜ ਸਾਹਿਬ ਵਾਸਤੇ, ਕਿਉਂਕਿ ਜਿਹੜੇ ਭਾਗ ਨੇ ਇਹ ਐਵੇਂ ਨਹੀਂ ਲੱਗਦੇ, ਇਹ ਨੀਤਾਂ ਸੱਚੀਆਂ ਨੂੰ ਭਾਗ ਲੱਗਦੇ ਨੇ। ਕਹਿੰਦੇ ਨੇ ਕਿ ਉਸ ਤੋਂ ਵੱਡਾ ਕਿਹੜਾ ਹੈ ਮਾਲੀ, ਜਿਹੜਾ ਰੰਗ ਰੰਗ ਦੇ ਬਾਗ ਖਿਲਾਉਂਦਾ ਏ, ਉਸਦੀ ਨਿਗਾਹ ਹੋ ਜਾਏ ਜਿਸ 'ਤੇ ਸਵੱਲੀ, ਉਹ ਫਿਰ ਬੰਦਾ ਕਰਮਾਂ ਵਾਲਾ ਖਵਾਉਂਦਾ ਏ। ਸਭ ਫਨਕਾਰਾਂ ਦਾ ਫਨਕਾਰ ਹੈ ਉਹ, ਆਪੇ ਬਣਾਉਂਦਾ ਆਪੇ ਮਿਟਾਉਂਦਾ ਏ। ਕਰਤਾਰਪੁਰੀ ਜੇ ਨੀਤਾਂ ਹੋਣ ਚੰਗੀਆਂ ਤਾਂ ਰੱਬ ਆਪੇ ਭਾਗ ਬੰਦੇ ਨੂੰ ਲਾਉਂਦਾ ਏ। ਸੋ ਤੁਹਾਨੂੰ ਭਾਗ ਲਾਏ ਹੋਏ ਨੇ ਮਾਂ ਨੇ ਕਿ ਤੁਸੀਂ ਮਾਂ ਚਰਨਾਂ ਦੇ ਨਾਲ ਜੁੜੇ ਹੋਏ ਹੋ। ਸੋ ਇੱਕ ਵਾਰੀ ਜ਼ੋਰਦਾਰ ਤਾੜੀਆਂ ਸਾਡੇ ਬਜਾਜ ਸਾਹਿਬ ਵਾਸਤੇ ਔਰ ਸਾਡੇ ਭਗਤ ਹੀਰਾ ਜੀ ਜਿਹੜੇ ਸਾਰਿਆਂ ਨੂੰ ਸੋ ਆਸ਼ੀਰਵਾਦ ਦੇ ਨਾਲ ਨਿਹਾਲ ਕਰਦੇ ਨੇ, ਇੱਕ ਵਾਰੀ ਉਹਨਾਂ ਵਾਸਤੇ ਵੀ ਜ਼ੋਰਦਾਰ ਤਾੜੀ ਤੁਹਾਡੇ ਵੱਲੋਂ ਹੋਣੀ ਚਾਹੀਦੀ ਹੈ। ਕਿਉਂਕਿ ਇਹ ਤਾੜੀਆਂ ਜਿਹੜੀਆਂ ਇਹ ਉਹਨਾਂ ਵਾਸਤੇ ਹੁੰਦੀਆਂ ਜਿਨ੍ਹਾਂ ਨੇ ਸੋ ਜਪ ਤਪ ਕੀਤੇ ਹੋਏ ਨੇ, ਇਬਾਦਤ ਕੀਤੀ ਹੋਈ ਹੈ, ਕਿਉਂਕਿ ਬਿਨਾਂ ਇਬਾਦਤ ਗੱਲ ਨਹੀਂ ਬਣਦੀ। ਕਹਿੰਦੇ ਨੇ ਕਿ ਮਨ ਮਰਜ਼ੀ ਨਹੀਂ ਚੱਲਦੀ ਬੀਬਾ, ਖਬਰ ਨਹੀਂ ਇੱਥੇ ਪਲਦੀ ਬੀਬਾ, ਪਾਏ ਬਾਣੇ ਕੁਝ ਨਹੀਂ ਕਰਦੇ ਕੀਤੀ, ਬੰਦਗੀ ਵੀ ਨਹੀਂ ਉਤਾਰਦੀ, ਸਹੁੰ ਰੱਬ ਦੀ ਵਲੀ ਨਹੀਂ ਹੋ ਸਕਦਾ ਜਿੰਨੀ ਦੇਰ ਲੱਗਦੀ ਨਹੀਂ ਮੋਹਰ ਸਰਕਾਰ ਦੀ। ਸੋ ਉਹਨਾਂ ਦੀਆਂ ਮੋਹਰਾਂ ਲੱਗੀਆਂ ਹੋਈਆਂ ਨੇ, ਸੋ ਤਾਂਹੀਓ ਅਸੀਂ ਇਸ ਦਰਬਾਰ ਦੇ ਵਿੱਚ ਕੁਝ ਨਾ ਕੁਝ ਲੈਣ ਆਉਂਦੇ ਹਾਂ। ਸੋ ਸਾਰੇ ਹੀ ਜਿੰਨੇ ਵੀ ਸੰਤ ਭਗਤ ਬੈਠੇ ਨੇ ਅੱਜ ਮਾਂ ਦੇ ਦਰਬਾਰ ਦੇ ਵਿੱਚ ਕੁਝ ਨਾ ਕੁਝ ਲੈਣ ਵਾਸਤੇ ਆਏ ਹੈ, ਸੋ ਇਸ ਕਰਕੇ ਆਓ ਮਾਂ ਦੇ ਦਰਬਾਰ ਦੇ ਵਿੱਚੋਂ ਆਪਾਂ ਰਹਿਮਤਾਂ ਦੇ ਨਾਲ ਝੋਲੀਆਂ ਭਰੀਏ। ਸੋ ਜਿਹੜੇ ਮਾਂ ਨਾਲ ਪਿਆਰ ਕਰਦੇ ਨੇ, ਕਿਉਂਕਿ ਹਾਜ਼ਰੀਆਂ ਬਹੁਤ ਜ਼ਰੂਰੀ ਹੁੰਦੀਆਂ, ਇਹ ਹੋਣਾ ਚਾਹੀਦਾ ਕਿ ਅਸੀਂ ਬੈਠੇ ਹਾਂ ਮਾਂ ਤੇਰੀ ਹਾਜ਼ਰੀ ਦੇ ਵਿੱਚ ਅਤੇ ਸਾਡੀਆਂ ਹਾਜ਼ਰੀਆਂ ਜਿਹੜੀਆਂ ਉਹ ਕਬੂਲ ਕਰੋ। ਸੋ ਜਿੰਨੀ ਵੀ ਸੰਗਤ ਬੈਠੀ ਦੋਨੋਂ ਹੱਥ ਤਾਂ ਕਰਕੇ ਇੱਕ ਵਾਰੀ ਮਾਂ ਦੇ ਦਰਬਾਰ ਦੇ ਵਿੱਚ, ਜ਼ਿਆਦਾ ਨਹੀਂ ਤਾਂ ਕਮ ਸੇ ਕਮ ਇੱਥੇ ਦੁਰਗਿਆਨਾ ਮੰਦਿਰ ਜਿਹੜਾ ਅੰਮ੍ਰਿਤਸਰ ਦੇ ਵਿੱਚ ਉੱਥੇ ਤੱਕ ਤਾਂ ਤੁਹਾਡੀ ਆਵਾਜ਼ ਜਾਣੀ ਚਾਹੀਦੀ ਆ। ਅੱਜ ਜਕਾਰਾ ਸ਼ੇਰਾਂ ਵਾਲੀ ਮਾਂ ਦਾ। ਸੋ ਬਹੁਤ ਹੀ ਸ਼ਰਧਾ ਦੇ ਨਾਲ, ਬੜੇ ਪਿਆਰ ਦੇ ਨਾਲ, ਮੁਹੱਬਤ ਦੇ ਨਾਲ ਸਾਰੀਆਂ ਸੰਗਤਾਂ ਅੱਜ ਮਾਂ ਦੇ ਦਰਬਾਰ ਦੇ ਵਿੱਚ, ਸ਼ਾਹੀ ਦਰਬਾਰ ਦੇ ਵਿੱਚ ਸਾਰੇ ਹਾਜ਼ਰੀਆਂ ਭਰ ਰਹੇ ਹੋ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਦੇ ਇਸ ਖਾਸ ਇਸ ਰਾਤ ਦੀਆਂ। ਔਰ ਇਹ ਉਮਰ ਦੇ ਵਿੱਚ, ਕਿਉਂਕਿ ਜਿਹੜੀ ਕਲਾ ਹੁੰਦੀ ਹੈ ਉਹ ਉਮਰ ਦੀ ਮੁਹਤਾਜ ਨਹੀਂ ਹੁੰਦੀ, ਸੋ ਉਮਰ ਭਾਵੇਂ ਛੋਟੀ ਹੋਵੇ ਪਰ ਫਨਕਾਰ ਬਹੁਤ ਵੱਡਾ ਹੈ। ਸੋ ਇਸ ਕਰਕੇ ਇੱਕ ਵਾਰੀ ਤਾੜੀਆਂ ਵਜਾਓ ਜ਼ਰਾ। ਸਿਧਾਰਥ ਜੋਗੀ ਜੀ, ਅਤੇ ਅੱਜ ਆਪਣੀ ਇਹ ਮੁਰਲੀ ਦੇ ਨਾਲ ਤੁਹਾਨੂੰ ਮੰਤਰ ਮੁਗਧ ਕਰਨਗੇ, ਅਤੇ ਤੁਸੀਂ ਸਾਰੇ ਹੀ ਇੱਕ ਵਾਰੀ ਕਲਾ ਸੁਣ ਕੇ ਤਾੜੀ ਜ਼ਰੂਰ ਵਜਾਉਣੀ ਹੈ ਜਦੋਂ ਇਹਦੀ ਕਲਾ ਤੁਸੀਂ ਸੁਣ ਲਓਗੇ। ਸੋ ਮਹਾਮਾਇਆ ਸ਼ਿਵ ਸ਼ੰਕਰ ਭਗਵਾਨ ਮਾਂ ਸਰਸਵਤੀ ਇਹਨੂੰ ਹੋਰ ਵੀ ਸੋ ਸੁਰਾਂ ਦੇ ਨਾਲ ਨਵਾਜੇ। ਪਾਣੀ ਦੀਆਂ ਛੱਲਾਂ ਅੱਜ ਅੱਜ ਨਵਾਂ ਗੀਤ ਖੰਡ ਕੇ ਲੈ ਕੇ ਆਇਆ, ਤੂੰ ਕਮਾਲ ਹੀ ਕਰੀ ਜਾ ਰਿਹਾ। ਇੱਕ ਵਾਰੀ ਤਾੜੀਆਂ ਵਜਾ ਦਿਓ ਬਈ, ਥੋੜ੍ਹਾ ਜਿਹਾ ਸਾਈਡ 'ਤੇ ਹੋ ਜਾਓ ਭਾਅ ਜੀ, ਹੈ ਨਾ, ਥੋੜ੍ਹਾ ਜਿਹਾ ਸਾਈਡ 'ਤੇ। ਕ੍ਰਿਸ਼ਨਾ ਤੇਰੀ ਮੁਰਲੀ ਸਵਾਲ ਹੈਗਾ ਹੈਗਾ ਸੋਰੋ ਹੈਗਾ, ਹਾਂ ਕੋਈ ਨਾ ਕਿਸੇ ਮੇਲੇ 'ਤੇ ਸੁਣੂੰਗਾ ਮੈਂ ਪਾਣੀ ਦੀਆਂ ਛੱਲਾਂ, ਠੀਕ ਹੈ। ਇੱਥੇ ਇੱਥੇ ਮਰਿਆਦਾ ਦਾ ਸਵਾਲ ਆ ਬੇਟੇ, ਹਾਂ। ਵੈਸੇ ਤਾਂ ਤੇਰੀ ਮੁਰਲੀ ਵੱਜਣੀ ਸੀਗੀ, ਕੋਈ ਬੋਲ ਤਾਂ ਇੱਦਾਂ ਦੇ ਹੈ ਨਹੀਂ ਸੀਗੇ, ਪਰ ਫਿਰ ਵੀ ਆ ਜਾਓ ਜੀ। ਸਿਧਾਰਥ ਜੋਗੀ ਆਓ ਵੀ ਸੁਣਾਊਂਗਾ ਜੀ, ਸਾਰੀਆਂ ਸੁਣਾਊਂਗਾ ਮੇਰੇ ਕੰਨੀ, ਚਾਹੇ ਜਨ ਗਨ ਮਨ ਸੁਣਾਊਂਗਾ। ਥੈਂਕ ਯੂ, ਥੈਂਕ ਯੂ। Thank you.
ਉਨੀ ਦੇਰ ਫਿਰ ਮੈਂ ਇੱਦਾਂ ਹੀ ਬੋਲੀ ਜਾਵਾਂ। ਆਜਾ ਆਜਾ ਸਰਦਾਰ ਕ੍ਰਿਸ਼ਨਾ। ਹਾਂਜੀ ਠੀਕ ਰਹੋ। ਕ੍ਰਿਸ਼ਨ ਜੀ ਮਹਾਰਾਜ ਸੱਚੀ ਮੁੱਚੀ ਆਏ ਹੋਏ ਆ ਜੀ ਆਪਣੀ ਬੰਸਰੀ ਲੈ ਕੇ। ਹੈਲੋ ਸਿਧਾਰਥ ਜੋਗੀ, ਇਹ ਸਾਰੇ ਤੇਰੇ ਆ ਬਾਈ, ਬਾਹੂ ਜੀ ਦੇ ਦਿਓ ਸਾਰੇ ਇਹਨਾਂ ਨੂੰ, ਹੈ ਨਾ ਮੁੰਡਿਆ ਆ ਆਪਣੇ ਅੱਜ ਸਾਰੇ ਦੇ ਪੈਸੇ। ਅੱਗੇ ਅੱਗੇ ਤਿਆਰ ਹੁੰਦਾ ਜਾ ਰਿਹਾ। ਅੱਛਾ ਕਿਆ ਬਾਤ ਹੈ, ਕਿਆ ਬਾਤ ਹੈ। ਮੈਂ ਜਿਸ ਦਿਨ ਪਹਿਲੀ ਵਾਰੀ ਸੁਣਿਆ ਸੀ ਉਦੋਂ ਥੋੜ੍ਹਾ ਜਿਹਾ ਹਾਲੇ ਠੀਕ ਸੀਗਾ, ਉਸ ਤੋਂ ਬਾਅਦ ਫਿਰ ਮੈਂ ਦੂਸਰੀ ਵਾਰ ਸੁਣਿਆ ਇਹਨੂੰ।
ਇਹ ਥੋੜ੍ਹਾ ਹੋਰ ਤਿਆਰ ਹੋ ਗਿਆ, ਅੱਜ ਅੱਜ ਬੜੀ ਤਿਆਰੀ ਦਿਖਾ ਰਿਹਾ, ਕਮਾਲ ਹੈ। ਇਹ ਮਿਹਨਤ ਦਾ ਫਲ ਹੈ, ਜੇ ਹਰ ਵਕਤ ਵਜਾਉਂਦਾ ਰਹੂਗਾ ਤਾਂ ਫਿਰ ਇੱਕ ਦਿਨ ਬਹੁਤ ਹੀ ਅੱਛਾ ਇਹਦੀ ਮੁਰਲੀ 'ਤੇ ਹੀ ਨੱਚਣਗੇ ਲੋਕ। ਤਾੜੀਆਂ ਵਜਾ ਦਿਓ ਵੀ ਸਿਧਾਰਥ ਜੋਗੀ ਵਾਸਤੇ ਪਲੀਜ਼। ਮੈਨੂੰ ਮਿਲਣ ਆਉਣਾ, ਠੀਕ ਹੈ, ਮੈਂ ਜਦੋਂ ਆ ਗਿਆ ਤੈਨੂੰ ਕਾਲ ਕਰਾਂਗਾ, ਨੰਬਰ ਦੇ ਦਿੱਤਾ ਤੁਸੀਂ, ਅਤੇ ਹੁਣ ਤੁਸੀਂ ਚੱਲੇ ਹੋ, ਇੱਦਾਂ ਨਹੀਂ ਕਰਨਾ ਕੰਮ ਖਤਮ ਹੋ ਗਿਆ ਤਾਂ ਚੱਲੀਏ, ਹਾਂ ਜਾਣਾ ਨਹੀਂ। ਦੁਨੀਆ ਵਿੱਚ ਸਭ ਤੋਂ ਸੋਹਣਾ ਤੇਰਾ ਘਰ ਅਮੀਏ, ਦੁਨੀਆ ਵਿੱਚ ਸਭ ਤੋਂ ਸੋਹਣਾ ਤੇਰਾ ਘਰ ਅਮੀਏ, ਜੀ ਮੈਂ ਨੌਕਰ ਬਣ ਕੇ ਰਹਿਣਾ ਤੇਰੇ ਦਰ ਅਮੀਏ, ਜੀ ਮੈਂ ਨੌਕਰ ਬਣ ਕੇ ਰਹਿਣਾ ਤੇਰੇ ਦਰ ਵਿੱਚ ਸਭ ਤੋਂ ਸੋਹਣਾ ਤੇਰਾ ਘਰ ਅਮੀਏ, ਦੁਨੀਆ ਵਿੱਚ ਸਭ ਤੋਂ ਸੋਹਣਾ ਤੇਰਾ ਘਰ ਅਮੀਏ, ਜੀ ਮੈਂ ਨੌਕਰ ਬਣ ਕੇ ਰਹਿਣਾ ਤੇਰੇ ਘਰ ਅਮੀਏ, ਜੀ ਮੈਂ ਨੌਕਰ ਬਣ ਕੇ ਰਹਿਣਾ ਤੇਰੇ ਘਰ ਅਮੀਏ, ਜੀ ਮੈਂ ਨੌਕਰ ਬਣ ਕੇ ਰਹਿਣਾ ਤੇਰੇ ਘਰ। ਦੇ ਵਿੱਚ ਕੋਈ ਨਹੀਂ ਤੂੰ ਮਾਏ ਹੱਥ ਮੇਰਾ ਤਾਂ ਫੜ ਲਈ, ਤੈਨੂੰ ਮੇਰਾ ਵਾਲੀ ਕਹਿੰਦੇ ਮੇਰਾ ਘਰ ਅਮੀਏ, ਤੈਨੂੰ ਮੇਰਾ ਵਾਲੀ ਕਹਿੰਦੇ ਮੇਰਾ ਘਰ ਅਮੀਏ, ਜੀ ਮੈਂ ਨੌਕਰ ਬਣ ਕੇ ਰਹਿਣਾ ਤੇਰੇ ਘਰ ਅਮੀਏ, ਜੀ ਮੈਂ ਨੌਕਰ ਬਣ ਕੇ ਰਹਿਣਾ ਤੇਰੇ ਘਰ ਅਮੀਏ, ਮੈਂ ਨੌਕਰ ਬਣ ਕੇ ਰਹਿਣਾ ਤੇਰੇ ਦਰ।
ਜੋਤ ਜਗਾ ਕੇ ਮਨ ਵਾਲੀ ਦਰ ਤੇ ਫਰਿਆਦਾਂ ਲਾਈਆਂ ਮੈਂ ਜੋਤ ਜਗਾ ਕੇ ਮਨ ਵਾਲੀ ਦਰ ਤੇ ਫਰਿਆਦਾਂ ਲਾਈਆਂ ਔਰ ਕਦੀ ਅਰਜ਼ੀ ਮਨਜ਼ੂਰ ਹੋ ਮੈਂ ਬੜੀਆਂ ਆਸਾਂ ਲਾਈਆਂ ਨੇ ਤੇਰਾ ਨਾਂ ਲੈ ਕੇ ਮਹਿਤਾਬ ਨੇ ਜਾਣਾ ਤਰ ਅੰਮੀਏ ਤੇਰਾ ਨਾਂ ਲੈ ਕੇ ਨੰਦ ਲਾਲ ਨੇ ਜਾਣਾ ਤਰ ਅੰਮੀਏ ਜਦ ਨੌਕਰ ਬਣ ਕੇ ਰਹਿਣਾ ਤੇਰੇ ਤਰ ਅੰਮੀਏ ਤੇਰਾ ਨੌਕਰ ਬਣ ਕੇ ਰਹਿਣਾ ਤੇਰੇ ਤਰ ਅੰਮੀਏ ਮੈਂ ਨੌਕਰ ਬਣ ਕੇ ਰਹਿਣਾ ਤੇਰੇ ਦਰ ਬੋਲ ਸੱਚੇ ਦਰਬਾਰ ਕੀ ਸੱਚੇ ਦਰਬਾਰ ਕੀ ਮੈਨੂੰ ਹੁਕਮ ਹੋਏ ਨੇ ਕਿ ਰੱਬ ਤੋਂ ਪਹਿਲਾਂ ਮਾਵਾਂ ਚੇਤੇ ਆਉਂਦੀਆਂ ਨੇ ਸਾਡੇ ਬਜਾਜ ਸਾਹਿਬ ਦਾ ਬੜਾ ਬੜੀ ਦੇਰ ਦਾ ਹੁਕਮ ਹੈ ਮੈਨੂੰ ਮਾਂ ਬਾਪ ਭੈਣ ਭਰਾ ਜ਼ਿੰਦਗੀ ਦੇ ਵਿੱਚ ਇਹਨਾਂ ਰਿਸ਼ਤਿਆਂ ਦੀ ਕੀ ਅਹਿਮੀਅਤ ਹੈ ਕਿਹੜੀ ਮੁਸੀਬਤ ਵੇਲੇ ਕਿਹੜੇ ਰਿਸ਼ਤੇ ਦੀ ਕਦੋਂ ਅਤੇ ਕਿਉਂ ਯਾਦ ਆਉਂਦੀ ਹੈ ਬੜੇ ਗੌਰ ਨਾਲ ਸੁਣਨ ਵਾਲੀਆਂ ਗੱਲਾਂ ਨੇ ਕਿ ਥਾਂ ਥਾਂ ਨਹੀਂ ਦਰਦ ਸੁਣਾਏ ਜਾਂਦੇ ਦਿਲ ਹੁੰਦੇ ਨਹੀਂ ਥਾਂ ਫੋਲ ਲੋਕੋ ਕਿਸੇ ਚੀਜ਼ ਦੀ ਕਦਰ ਉਦੋਂ ਪਤਾ ਲੱਗੇ ਜਦੋਂ ਰਹਿੰਦੀ ਨਹੀਂ ਉਹ ਸਾਡੇ ਕੋਲ ਲੱਖ ਪਿਆਰ ਮੁਹੱਬਤਾਂ ਲੱਖ ਪਿਆਰ ਮੁਹੱਬਤਾਂ ਹੋਣ ਭਾਵੇਂ ਰੰਗ ਖੂਨ ਦਾ ਫਿੱਕਾ ਨਹੀਂ ਪੈ ਸਕਦਾ ਆਖਰ ਆਪਣੇ ਸਕੇ ਹੀ ਕੰਮ ਆਉਂਦੇ ਜਗ੍ਹਾ ਉਹਨਾਂ ਦੀ ਕੋਈ ਨਹੀਂ ਲੈ ਜਦ ਬੱਚਿਆਂ ਦੇ ਹੱਥਾਂ ਚੋਂ ਰੋਟੀ ਕਾਂ ਖੋਬਣ ਜਦ ਬੱਚਿਆਂ ਦੇ ਹੱਥਾਂ ਚੋਂ ਰੋਟੀ ਕਾਂ ਖੋਬਣ ਮਮਤਾ ਵਾਲੇ ਬੂਹੇ ਮਾਸੀਆਂ ਚਾਚੀਆਂ ਜਦ ਢੋਵਣ ਓਏ ਜਦੋਂ ਪਿਆਰ ਦੀ ਥਾਂ ਮਧਰੀਆਂ ਗਾਲਾਂ ਪਾਉਂਦੀਆਂ ਨੇ ਉਦੋਂ ਰੱਬ ਤੋਂ ਪਹਿਲਾਂ ਮਾਵਾਂ ਚੇਤੇ ਆਉਂਦੀਆਂ ਨੇ ਰੱਬ ਤੋਂ ਪਹਿਲਾਂ ਮਾਵਾਂ ਚੇਤੇ ਆਉਂਦੀਆਂ ਨੇ ਰੱਬ ਤੋਂ ਪਹਿਲਾਂ ਮਾਵਾਂ ਚੇਤੇ
ਆਉਂਦੀਆਂ ਪਰਦੇਸਾਂ ਰੱਖੜੀਓ ਸੁਨਾ ਗੁੱਟ ਹੋਵੇ ਫਿਰ ਡਾਲਰਾਂ ਕੋਲੋਂ ਰੋਂਦਾ ਵੀਰ ਨਾ ਚੁੱਪ ਹੋਵੇ ਜਦੋਂ ਵਿੱਚ ਪਰਦੇਸਾਂ ਰੱਖੜੀਓ ਸੁਨਾ ਗੁੱਟ ਹੋਵੇ ਫਿਰ ਡਾਲਰਾਂ ਕੋਲੋਂ ਰੋਂਦਾ ਵੀਰ ਨਾ ਚੁੱਪ ਹੋਵੇ ਉਹ ਜਦੋਂ ਮਾਰ ਉਡਾਰੀ ਦੂਰ ਜਾਂ ਡੇਰੇ ਲਾਉਂਦੀਆਂ ਉਦੋਂ ਰੱਬ ਤੋਂ ਪਹਿਲਾਂ ਭੈਣਾਂ ਚੇਤੇ ਆਉਂਦੀਆਂ ਨੇ ਉਦੋਂ ਰੱਬ ਤੋਂ ਪਹਿਲਾਂ ਰੱਬ ਤੋਂ ਪਹਿਲਾਂ ਭੈਣਾਂ ਚੇਤੇ ਆਉਂਦੀਆਂ ਆਉਂਦੀਆਂ ਜਦ ਕੋਈ ਕਲਮੋ ਕੱਲਾ ਝੁੱਗੀਆਂ ਦੇ ਵਿੱਚ ਗਿਰ ਜਾਵੇ ਬੋਲ ਸ਼ਰੀਕ ਦਾਸੀ ਨੇ ਆਰੀ ਵਾਂਗੂ ਫਿਰ ਜਾਵੇ ਜਦ ਕੋਈ ਕਲਮੋ ਕੱਲਾ ਝੁੱਗੀਆਂ ਦੇ ਵਿੱਚ ਗਿਰ ਜਾਵੇ ਬੋਲ ਸ਼ਰੀਕ ਦਾਸੀ ਨੇ ਆਰੀ ਵਾਂਗੂ ਫਿਰ ਜਾਵੇ ਉਹ ਜਦੋਂ ਯਾਰ ਕਦੋਂ ਕੋਈ ਪੁੱਠੇ ਚੰਦ ਚੜਾਉਂਦੇ ਨੇ ਉਦੋਂ ਰੱਬ ਤੋਂ ਪਹਿਲਾਂ ਵੀਰੇ ਚੇਤੇ ਆਉਂਦੇ ਨੇ ਉਦੋਂ ਰੱਬ ਤੋਂ ਪਹਿਲਾਂ ਵੀਰੇ ਚੇਤੇ ਆਉਂਦੇ ਆਉਂਦੇ ਨੇ ਜਿਹੜੇ ਬਾਪੂ ਨੂੰ ਪਿਆਰ ਕਰਦੇ ਹੋ ਇੱਕ ਵਾਰ ਜ਼ੋਰਦਾਰ ਤਾੜੀਆਂ ਬਾਪੂ ਜੀ ਵਾਸਤੇ ਪਲੀਜ਼। ਐਵੇਂ ਔਲਾਦ ਉੱਠ ਕੇ ਕਹਿ ਦਿੰਦੀ ਹੈ ਕਿ ਬਾਪੂ ਤੂੰ ਸਾਡੇ ਲਈ ਕੀ ਕੀਤਾ। ਨਹੀਂ ਯਾਰ, ਉਹਦੀ ਫੀਲਿੰਗ ਨੂੰ ਸਮਝਿਆ ਕਰੋ ਬਾਪੂ ਦੀਆਂ।
ਸਵੇਰੇ ਹੀ ਉੱਠ ਜਾਂਦਾ ਹੈ, ਧੁੱਪ ਨਹੀਂ ਦੇਖਦਾ, ਛਾਂ ਨਹੀਂ ਦੇਖਦਾ, ਗਰਮੀ ਨਹੀਂ, ਸਰਦੀ ਨਹੀਂ, ਦਿਨ ਨਹੀਂ ਰਾਤ ਨਹੀਂ, ਆਪਣੇ ਬੱਚਿਆਂ ਲਈ ਕਿਤੋਂ ਨਾ ਕੁਛ ਕਰਕੇ ਚੋਗਾ ਇਕੱਠਾ ਕਰਕੇ ਲੈ ਕੇ ਆਉਂਦਾ। ਉਹ ਬੰਦਾ ਬੁਰਾ ਨਹੀਂ ਹੁੰਦਾ। ਕਹਿੰਦੇ ਮਾਂ ਤਾਂ ਬੜੀ ਭੋਲੀ ਭਾਲੀ ਹੈ, ਬਾਪੂ ਨਹੀਂ ਕਿਤੇ ਜਾਣ ਆਉਣ ਦਿੰਦਾ, ਕਿਸੇ ਨਾਲ ਗੱਲ ਨਹੀਂ ਕਰਨ ਦਿੰਦਾ, ਕਿਤੇ ਖੜਨ ਨਹੀਂ ਦਿੰਦਾ, ਬੈਠਣ ਨਹੀਂ ਦਿੰਦਾ। ਉਹ ਇਸ ਕਰਕੇ ਕਿਉਂਕਿ ਬਾਪੂ ਕੋਲ ਜ਼ਿੰਦਗੀ ਦਾ ਤਜ਼ਰਬਾ ਹੁੰਦਾ। ਉਹ ਨਹੀਂ ਚਾਹੁੰਦਾ ਕਿ ਮੇਰੀ ਔਲਾਦ ਕਿਸੇ ਗਲਤ ਸੰਗਤ ਦੇ ਵਿੱਚ ਪੈ ਕੇ ਕਿਤੇ ਚੋਰੀ ਚਕਾਰੀ 'ਚ ਪੈ ਜਾਵੇ ਜਾਂ ਕਿਤੇ ਕੋਈ ਨਸ਼ੇ ਕਰਨ ਲੱਗ ਜਾਵੇ। ਹਰ ਤੱਤੀ ਹਵਾ ਤੋਂ ਬਚਾ ਕੇ ਰੱਖਣਾ ਚਾਹੁੰਦਾ, ਆਪਣੇ ਪਰਾਂ ਹੇਠ ਰੱਖਣਾ ਚਾਹੁੰਦਾ ਬਾਪੂ, ਇਸ ਕਰਕੇ ਨਹੀਂ ਕਿਤੇ ਜਾਣ ਦਿੰਦਾ। ਮੈਂ ਦੱਸ ਦੇਵਾਂ, ਦੁਨੀਆਂ ਦੇ ਵਿੱਚ ਇੱਕੋ ਇੱਕ ਸ਼ਖਸ ਹੁੰਦਾ ਹੈ ਜਿਹੜਾ ਇਹ ਚਾਹੁੰਦਾ ਹੈ ਕਿ ਜੇ ਮੈਂ ASI ਲੱਗਿਆ ਹੋਇਆ ਤਾਂ ਮੇਰਾ ਮੁੰਡਾ DGP ਹੋਣਾ ਚਾਹੀਦਾ ਹੈ। ਉਹ ਕੌਣ ਹੈ? ਸਿਰਫ ਬਾਪੂ, ਹੋਰ ਨਹੀਂ ਕੋਈ ਹੁੰਦਾ। ਬਾਪੂ ਦਾ ਸਤਿਕਾਰ ਕਰਿਆ ਕਰੋ, ਮਾਂ ਬਾਪ ਦਾ, ਦੋਨਾਂ ਦਾ ਹੀ। ਮੈਂ ਤਾਂ ਕਹਿੰਦਾ ਹੁੰਦਾ ਕਿ ਤੀਰਥ ਜਾਣ ਦੀ ਲੋੜ ਨਹੀਂ ਪੈਂਦੀ ਜੇ ਮਾਂ ਬਾਪ ਦੀਆਂ ਅਸੀਸਾਂ ਇਕੱਠੀਆਂ ਕਰ ਲਵੋ। ਸਾਰੀ ਜ਼ਿੰਦਗੀ ਇੱਦਾਂ ਨਿਕਲ ਜਾਂਦੀ ਹੈ ਹਵਾ ਵਾਂਗ, ਪਤਾ ਵੀ ਨਹੀਂ ਲੱਗਦਾ। ਬਾਪੂ ਦੀ ਅਸਲੀ ਯਾਦ ਕਦੋਂ ਆਉਂਦੀ ਹੈ? ਬੜੇ ਗੌਰ ਨਾਲ ਸੁਣਨਾ। ਜਦੋਂ ਘਰ ਦੀ ਜਿੰਮੇ ਵਾਰੀ ਸਿਰ ਤੇ ਪੈ ਜਾਵੇ, ਜਾਂ ਫਿਰ ਧੀ ਦਾ ਕੰਨਿਆ ਦਾਨ ਦੂਰਾ ਰਹਿ ਜਾਵੇ, ਜਦੋਂ ਘਰ ਦੀ ਜਿੰਮੇ ਵਾਰੀ ਸਿਰ ਤੇ ਪੈ ਜਾਵੇ, ਜਾਂ ਫਿਰ ਧੀ ਦਾ ਕੰਨਿਆ ਦਾਨ ਦੂਰਾ ਰਹਿ ਜਾਵੇ। ਓਏ ਜਦੋਂ ਪਿਓ ਦੀ ਥਾਂ ਤੇ ਚਾਚਾ ਕਾਜਰ ਚਾਹੁੰਦਾ ਏ, ਉਦੋਂ ਰੱਬ ਤੋਂ ਪਹਿਲਾਂ ਬਾਪੂ ਚੇਤੇ ਆਉਂਦਾ ਏ, ਉਦੋਂ ਰੱਬ ਤੋਂ ਪਹਿਲਾਂ ਬਾਪੂ ਚੇਤੇ ਆਉਂਦਾ ਏ, ਰੱਬ ਤੋਂ ਪਹਿਲਾਂ ਮਾਵਾਂ ਚੇਤੇ ਆਉਂਦੀਆਂ ਨੇ, ਕਦੇ ਰੱਬ ਤੋਂ ਪਹਿਲਾਂ ਭੈਣਾਂ ਚੇਤੇ ਆਉਂਦੀਆਂ ਨੇ, ਰੱਬ ਤੋਂ ਪਹਿਲਾਂ ਵੀਰੇ ਚੇਤੇ, ਰੱਬ ਤੋਂ ਪਹਿਲਾਂ ਬਾਪੂ ਚੇਤੇ ਆਉਂਦਾ ਆਉਂਦਾ ਹੋ। ਮਾਂ ਬਾਪ ਭੈਣ ਭਰਾ ਇੱਜ਼ਤ ਕਰਨੀ ਚਾਹੀਦੀ ਹੈ ਸਾਨੂੰ ਇਹਨਾਂ ਦੀ। ਇੱਕ ਹੋਰ ਬੜਾ ਪਿਆਰਾ ਰਿਸ਼ਤਾ ਜਿਹਨੂੰ ਅਸੀਂ ਹਰ ਵਾਰੀ ਇਗਨੋਰ ਹੀ ਕਰ ਦਿੰਦੇ ਹਾਂ ਕਿ ਛੱਡੋ, ਵਿਆਹ ਹੋ ਗਈ ਤੇ ਗਈ ਹੈ ਨਾ। ਕਿਤੇ ਰੱਖੜੀ ਦਾ ਦਿਨ ਹੋਵੇ, ਕਿਤੇ ਇੱਕ ਅੱਧਾ ਸੂਟ ਲੈਣ ਆ ਜਾਂਦੀ ਹੈ, ਫਿਰ ਕਹਿਣ ਲੱਗ ਜਾਂਦੇ ਨੇ ਲੈ ਫਿਰ ਆ ਗਈ। ਉਹ ਜਿਨ੍ਹਾਂ ਦੀਆਂ ਹੋਣਗੀਆਂ ਉਹ ਆਉਣਗੀਆਂ ਨਾ, ਜਿਨ੍ਹਾਂ ਦੀਆਂ ਹੁੰਦੀਆਂ ਹੀ ਨਹੀਂ ਆਉਂਦੀਆਂ ਹੀ ਨਹੀਂ। ਅਗਰ ਗੱਲ ਚੰਗੀ ਲੱਗੀ ਤਾਂ ਤਾੜੀ ਦਾ ਆਸ਼ੀਰਵਾਦ ਦਿਓ ਕਿ ਜਦੋਂ ਪੰਜ ਪੰਜ ਪੁੱਤਰ ਹੁਣ ਤਾਂ ਮਾਪੇ ਰੁਲ ਜਾਵਣ, ਲੱਗ ਕੇ ਟੱਬਰਾਂ ਪਿੱਛੇ ਮਾਂ ਪਿਓ ਆਪਣੇ ਭੁੱਲ ਜਾਵਣ, ਓਏ ਜਦੋਂ ਰੁਲਦੇ ਮਾਪੇ ਆ ਕੇ ਗਲ ਨਾਲ ਲਾਉਂਦੀਆਂ,
ਉਦੋਂ ਰੱਬ ਤੋਂ ਪਹਿਲਾਂ ਧੀਆਂ ਚੇਤੇ ਆਉਂਦੀਆਂ ਨੇ, ਉਦੋਂ ਰੱਬ ਤੋਂ ਪਹਿਲਾਂ ਧੀਆਂ ਚੇਤੇ ਆਉਂਦੀਆਂ ਆਉਂਦੀਆਂ ਨੇ। ਹੋ ਪਹਿਲਾ ਸਵੇਤ ਪਹਾੜੀ ਬਜਾ ਸਾਹਿਬ ਦੇ ਹੁਕਮ ਦੇ ਦੇ ਇੱਕ ਵੀਰ ਮਾਏ ਗਾਉਂਦੀ ਫਿਰਾਂ ਘੋੜੀਆਂ ਨੀ ਬੰਨਾ ਰੱਖੜੀ ਤੇ ਗਾਉਂਦੀ ਫਿਰਾਂ ਘੋੜੀਆਂ ਪਾਲਾਂ ਦੇ ਦਲੋਰੀ। ਹਾਂ ਕਈ ਵਾਰੀ ਆਪਣੀ ਚੀਜ਼ ਆਪ ਹੀ ਭੁੱਲ ਜਾਏਗੀ। ਨੀ ਦੇ ਦੇ ਇੱਕ ਵੀਰ ਨੀ ਮਾਏ ਦੇ ਦੇ ਇੱਕ ਵੀਰ ਮਾਏ ਪਾਲਾਂ ਦੇ ਦਲੋਰੀਆਂ, ਦੇ ਦੇ ਇੱਕ ਵੀਰ ਮਾਏ ਪਾਲਾਂ ਦੇ ਦਲੋਰੀਆਂ, ਨੀ ਬੰਨਾ ਰੱਖੜੀ ਮੈਂ ਗਾਉਂਦੀ ਫੇਰਾਂ ਘੋੜੀਆਂ, ਨੀ ਬੰਨਾ ਰੱਖੜੀ ਮੈਂ ਗਾਉਂਦੀ ਫੇਰਾਂ ਘੋੜੀਆਂ, ਬੰਨਾ ਰੱਖੜੀ ਮੈਂ ਗਾਉਂਦੀ ਫੇਰਾਂ ਘੋੜੀਆਂ, ਨੀ ਬੰਨਾ ਰੱਖੜੀ ਮੈਂ ਗਾਉਂਦੀ ਫੇਰਾਂ ਘੋੜੀਆਂ। ਸੱਚੇ ਦਰਬਾਰ ਮਾਏ ਸੱਚੀ ਸ਼ਰਧਾ ਲਾ ਕੇ ਸੁੱਚੀਆਂ ਜਗਾਈਆਂ ਜੋਤਾਂ ਉੱਤੇ, ਕਰ ਫਰਿਆਦਾਂ ਰੱਖ ਦਿੱਤੀਆਂ ਸੁਣਾ ਮੈਂ ਤੈਨੂੰ ਦਿਲ ਦੀਆਂ ਸਦਰਾਂ ਜੋ ਮੇਰੀਆਂ, ਆਸਾਂ ਲੈ ਕੇ ਬੈਠੀ ਹੁਣ ਤੇਰੇ ਹੱਥ ਡੋਰੀਆਂ, ਆਸਾਂ ਲੈ ਕੇ ਬੈਠੀ ਹੁਣ ਤੇਰੇ ਹੱਥ ਡੋਰੀਆਂ, ਕੀ ਬੰਨਾ ਰੱਖੜੀ ਮੈਂ ਗਾਉਂਦੀ ਮੇਰਾ ਘੋੜੀਆਂ, ਨੀ ਬੰਨਾ ਰੱਖੜੀ ਮੈਂ ਗਾਉਂਦੀ ਫੇਰਾਂ ਘੋੜੀਆਂ, ਨੀ ਬੰਨਾ ਰੱਖੜੀ ਮੈਂ ਗਾਉਂਦੀ ਫੇਰਾਂ ਘੋੜੀਆਂ। ਰੀਜਾਂ ਦੇ ਸਵਾਲ ਮੇਰੇ ਹੱਲ ਕਰ ਅੰਮੀਏ, ਮੱਲ ਅੱਜ ਬੂਹੇ ਮੈਂ ਦੁਆਰੇ, ਸ਼ਗਨਾਂ ਦੇ ਦਿਨ ਮੈਂ ਖੁਸ਼ੀਆਂ ਮਨਾਵਾਂ ਮਾਏ, ਮੈਨੂੰ ਵੀ ਤੂੰ ਵੀਰ ਦਾ ਪਿਆਰੇ, ਦਾਦੀਏ ਤੂੰ ਝੋਲੀਆਂ ਨਾ ਖਾਲੀ ਕਦੇ ਮੋੜੀਆਂ, ਦਾਦੀਏ ਤੂੰ ਝੋਲੀਆਂ ਨਾ ਖਾਲੀ ਕਦੇ ਮੋੜੀਆਂ, ਨੀ ਬੰਨਾ ਰੱਖੜੀ ਮੈਂ ਗਾਉਂਦੀ ਤੇਰਾ ਘੋੜੀਆਂ, ਨੀ ਬੰਨਾ ਰੱਖੜੀ ਮੈਂ ਗਾਉਂਦੀ ਤੇਰਾ ਘੋੜੀਆਂ, ਨੀ ਬੰਨਾ ਰੱਖੜੀ ਮੈਂ ਗਾਉਂਦੀ ਤੇਰਾ ਘੋੜੀਆਂ, ਨੀ ਬੰਨਾ ਰੱਖੜੀ
ਮੈਂ ਗਾਉਂਦੀ ਫਿਰਾਂ ਘੋੜੀਆਂ ਨੀ ਬੰਨਾ ਰੱਖੜੀ ਮੈਂ ਗਾਉਂਦੀ ਫਿਰਾਂ ਘੋੜੀਆਂ ਆਓ ਜੀ ਅੱਜ ਦੇ ਇਸ ਜਾਗਰਣ ਦੀਆਂ ਜਿਹੜੀਆਂ ਲਾਸਟ ਹਾਜ਼ਰੀਆਂ ਤੁਹਾਡੀਆਂ ਵੀ ਹਾਜ਼ਰੀਆਂ ਅਤੇ ਮੇਰੀਆਂ ਵੀ ਹਾਜ਼ਰੀਆਂ ਮੌਜਾਂ ਕਰਦੇ ਲਾਲ ਦਾਤੀਏ ਮੌਜਾਂ ਨੇ ਬਜਾਜ ਸਾਹਿਬ ਦਾ ਹੁਕਮ ਹੈ ਕਹਿੰਦੇ ਸ਼ਰਧਾ ਹੋਵੇ ਦਿਲ ਵਿੱਚ ਤਾਂ ਮਨਜ਼ੂਰੀਆਂ ਹੁੰਦੀਆਂ ਨੇ ਮੇਰੀ ਦਾਤੀ ਮਾਂ ਦੇ ਦਰ 'ਤੇ ਸਭ ਦੀਆਂ ਆਸਾਂ ਪੂਰੀਆਂ ਹੁੰਦੀਆਂ ਹਾਂਜੀ ਅੱਛਾ ਬੜੀ ਸਿਫਤ ਸੁਣੀ ਤੇਰੇ ਦੁਆਰ ਵਾਲੀ ਡਿੱਗਦੇ ਢਹਿੰਦਿਆਂ ਨੂੰ ਲਾਪਾਰ ਦੇਵੇਂ ਰਹਿਮਤ ਕੋ ਜੇ ਕੁਛ ਅਜਿਆਂ ਤੇ ਕਰੇ ਦਾਤੀ ਬਿਨਾਂ ਬੇੜੀਓਂ ਭਵ ਸਾਗਰੋਂ ਲਾਪਾਰ ਜਿਨ੍ਹਾਂ 'ਤੇ ਰਹਿਮਤ ਹੁੰਦੀ ਹੈ ਉਹਨਾਂ ਤੋਂ ਗਿਣਾਈ ਨਹੀਂ ਜਾਂਦੀ ਮੈਂ ਕਹਿੰਦਾ ਹੁੰਦਾ ਕਿ 500 ਦਾ ਨੋਟ ਮਹਾਮਾਈ ਦੇ ਦਰਵਾਜ਼ੇ 'ਚ ਸੁੱਟ ਕੇ ਮੱਥਾ ਟੇਕ ਕੇ ਕਿੰਨੇ ਹੀ ਕੁਛ ਮੰਗਣ ਵਾਲੇ ਲੋਕ ਉਹ ਚੀਜ਼ ਮੰਗਦੇ ਹੀ ਨਹੀਂ ਜਿਹੜੀ ਚਾਹੀਦੀ ਹੁੰਦੀ ਹੈ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਖੈਰ ਮੰਗਣੀ ਚਾਹੀਦੀ ਹੈ ਸਭ ਦੀ ਸਭ ਦਾ ਭਲਾ ਮੰਗਣਾ ਚਾਹੀਦਾ ਹੈ ਮਾਂ ਦੇ ਦਰਬਾਰ ਦੀ ਖੈਰ ਮੰਗਣੀ ਚਾਹੀਦੀ ਹੈ ਅਸੀਂ ਆਪਣੀਆਂ ਚੀਜ਼ਾਂ ਮੰਗਣ ਵਾਸਤੇ ਆ ਜਾਂਦੇ ਹਾਂ ਮਾਤਾ ਵੱਡਾ ਮੁੰਡਾ ਡਾਕਟਰ ਬਣ ਜਾਏ ਕੁੜੀ ਕੈਨੇਡਾ ਚਲੀ ਜਾਵੇ ਸਾਡਾ ਵੀ ਸਾਰੇ ਟੱਬਰ ਦਾ ਵੀਜ਼ਾ ਲੱਗ ਜਾਏ ਅਸੀਂ ਵੀ ਉੱਥੇ ਸੈਟਲ ਹੋ ਜਾਈਏ ਬੜਾ ਕੁਛ ਮੰਗਦੇ ਹਾਂ ਸੱਚੀ ਮੰਗ ਨਹੀਂ ਥੱਕਦੇ ਅਤੇ ਪਰ ਉਹ ਰਹਿਮਤ ਕਰਨ ਵਾਲੀ ਮਾਂ ਉਹ ਵੀ ਰਹਿਮਤਾਂ ਦੇਣ ਦੀ ਨਹੀਂ ਥੱਕਦੀ ਸ਼ਰਧਾ ਚਾਹੇ ਇੱਕ ਫੁੱਲ ਲੈ ਕੇ ਆ ਜਾਓ ਮਾਂ ਦੇ ਦਰਬਾਰ ਦੇ ਉੱਤੇ ਫਿਰ ਜੋ ਤੁਸੀਂ ਮੰਗੋਗੇ ਉਹ ਪੂਰਾ ਹੋਊਗਾ ਸ਼ਰਧਾ ਹੋਵੇ ਦਿਲ ਵਿੱਚ ਤਾਂ ਮਨਜ਼ੂਰੀਆਂ ਹੁੰਦੀਆਂ ਨੇ ਸ਼ਰਧਾ ਹੋਵੇ ਦਿਲ ਵਿੱਚ ਤਾਂ ਮਨਜ਼ੂਰੀਆਂ ਹੁੰਦੀਆਂ ਨੇ ਸ਼ਰਧਾ ਹੋਵੇ ਦਿਲ ਵਿੱਚ ਤਾਂ ਮਨਜ਼ੂਰੀਆਂ ਹੁੰਦੀਆਂ ਨੇ ਮੇਰੀ ਮਾਂ ਦੇ ਦਰ ਤੇ ਸਭ ਦੀਆਂ ਆਸਾਂ ਪੂਰੀਆਂ ਹੁੰਦੀਆਂ ਨੇ ਮੇਰੀ ਮਾਂ ਦੇ ਦਰ ਤੇ ਸਭ ਦੀਆਂ ਆਸਾਂ ਪੂਰੀਆਂ ਹੁੰਦੀਆਂ ਨੇ ਮੇਰੀ ਮਾਂ ਦੇ ਦਰ ਤੇ ਸਭ ਦੀਆਂ ਆਸਾਂ ਪੂਰੀਆਂ ਹੁੰਦੀਆਂ ਹੁੰਦੀਆਂ ਤਖਤ ਬੁਲੰਦੀਆਂ ਬਖਸ਼ੇ ਮੇਰੀ ਭੋਲੀ ਮਾਂ
ਮੇਰਾ ਵਾਲੀ ਮਾਂ ਦੇ ਦਰ ਤੇ ਕੋਈ ਵੀ ਕਮੀਆਂ ਬੁਲੰਦੀਆਂ ਬਖਸ਼ੇ ਮੇਰੀ ਭੋਲੀ ਮਾਂ ਮੇਰਾ ਵਾਲੀ ਮਾਂ ਦੇ ਦਰ ਤੇ ਕੋਈ ਵੀ ਕਮੀਆਂ ਨਾ ਦਾਦੀ ਕਿਰਪਾ ਨਾਲ ਹੀ ਜੱਗ ਮਸ਼ਹੂਰੀਆਂ ਹੁੰਦੀਆਂ ਨੇ ਦਾਦੀ ਕਿਰਪਾ ਨਾਲ ਹੀ ਜੱਗ ਮਸ਼ਹੂਰੀਆਂ ਹੁੰਦੀਆਂ ਨੇ ਮੇਰੀ ਮਾਂ ਦੇ ਦਰ ਤੇ ਸਭ ਦੀਆਂ ਸਭੂਰੀਆਂ ਹੁੰਦੀਆਂ ਨੇ ਮੇਰੀ ਮਾਂ ਦੇ ਦਰ ਤੇ ਸਭ ਦੀਆਂ ਸਭੂਰੀਆਂ ਹੁੰਦੀਆਂ ਨੇ ਮੇਰੀ ਮਾਂ ਦੇ ਦਰ ਤੇ ਸਭ ਦੀਆਂ ਆਸਾਂ ਪੂਰੀਆਂ ਹੁੰਦੀਆਂ ਹੁੰਦੀਆਂ ਬਿਨ ਦੱਸਿਆ ਸਰ ਜੀਵਨ ਮਾਂ ਹੱਲ ਕਰੇ ਸਵਾਲਾਂ ਤੱਤੀ ਵਾਲਾ ਲੱਗਣ ਦੇਵੇ ਆਪਣੇ ਅਲਾਲਾਂ ਨੂੰ ਬਿਨ ਦੱਸਿਆ ਸਰ ਜੀਵਨ ਮਾਂ ਹੱਲ ਕਰੇ ਸਵਾਲਾਂ ਨੂੰ ਭਗਤਾਂ ਕੋਲੋਂ ਕਦੇ ਫਿਰੋਜ਼ ਨਾ ਦੂਰੀਆਂ ਹੁੰਦੀਆਂ ਨੇ ਭਗਤਾਂ ਕੋਲੋਂ ਕਦੇ ਫਿਰੋਜ਼ ਨਾ ਦੂਰੀਆਂ ਹੁੰਦੀਆਂ ਨੇ ਮੇਰੀ ਮਾਂ ਦੇ ਦਰ ਤੇ ਸਭ ਦੀਆਂ ਸਭ ਪੂਰੀਆਂ ਹੁੰਦੀਆਂ ਨੇ ਮੇਰੀ ਮਾਂ ਦੇ ਦਰ ਤੇ ਸਭ ਦੀਆਂ ਸਭ ਪੂਰੀਆਂ ਹੁੰਦੀਆਂ ਨੇ ਉਹ ਮੇਰੀ ਮਾਂ ਦੇ ਦਰ ਤੇ ਸਭ ਦੀਆਂ ਸਭ ਪੂਰੀਆਂ ਹੁੰਦੀਆਂ ਨੇ ਮੇਰੀ ਮਾਂ ਦੇ ਦਰ ਤੇ ਸਭ ਦੀਆਂ ਸਭ ਪੂਰੀਆਂ ਹੁੰਦੀਆਂ ਨੇ ਹੋਇਆ ਸਾ 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 ਆਸਾਂ ਪੂਰੀਆਂ ਹੁੰਦੀਆਂ 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 ਮਾਂ ਦੇ ਦਰ ਤੇ ਸਭ ਦੀਆਂ ਆਸਾਂ ਪੂਰੀਆਂ ਹੁੰਦੀਆਂ ਨੇ ਜਿਨ੍ਹਾਂ ਜਿਨ੍ਹਾਂ ਦੀਆਂ ਆਸਾਂ ਮੁਰਾਦਾਂ ਪੂਰੀਆਂ ਹੁੰਦੀਆਂ ਇੱਕ ਵਾਰੀ ਹੱਥ ਉੱਤੇ ਕਰਕੇ ਜੈਕਾਰਾ ਸ਼ੇਰਾਂ ਵਾਲੀ ਮਾਂ ਦਾ ਮੇਰੀ ਦਾਦੀ ਕੇ ਦਰਬਾਰ ਮੇ ਦੁੱਖ ਕਸ਼ਟ ਮਿਟਾਏ ਜਾਤੇ ਗਰਦਿਸ਼ ਕੇ ਸਤਾਏ ਲੋਗ ਯਹਾਂ ਸੀਨੇ ਸੇ ਲਗਾਏ ਦਾਤੇ ਜਿਨ ਭਕਤੋਂ ਪਰ ਮੇਰੀ ਦਾਦੀ ਕੀ ਕੁਛ ਖਾਸ ਇਨਾਇਤ ਹੋਤੀ ਹੈ ਉਨਕੋ ਹੀ ਸੰਦੇਸਾ ਜਾਤਾ ਹੈ ਵਹੀ ਦਰ ਪੇ ਬੁਲਾਏ ਜਾਤੇ ਵਹੀ ਦਰ ਪੇ ਬੁਲਾਏ ਜਾਤੇ ਅੱਜ ਮੇਰੀ ਸਟੇਜ ਦੇ ਉੱਤੇ ਇੱਕ ਤੇ ਸਿਧਾਰਥ ਜੋਗੀ ਆਇਆ ਇੱਕ ਸਾਡਾ ਲਖਵਿੰਦਰ ਫਤਿਹਗੜ੍ਹ ਚੂੜੀਆਂ ਆਇਆ
ਇੱਕ ਸਾਡਾ ਆਨੰਦ, ਇੱਕ ਸਾਡਾ ਹੈਪੀ ਹਾਰਫ, ਇਹ ਸਭ ਬੜੇ ਸੁਰੀਲੇ ਹੈ, ਬਹੁਤ ਪਿਆਰੇ ਹੈ। ਆਓ ਜੀ ਆਓ, ਬਹੁਤ ਅੱਛਾ ਗਾਉਂਦੇ ਹੈ। ਇੱਕ ਵਾਰੀ ਇਹਨਾਂ ਵਾਸਤੇ ਤਾੜੀਆਂ ਵਜਾ ਦਿਓ ਭਾਈ, ਤੁਹਾਡੇ ਮੁਹੱਲੇ ਦੀ ਕਹਿ ਲਈਏ, ਤੁਹਾਡੇ ਇੱਧਰ ਪਿੰਡਾਂ ਦੇ ਨੇ ਇਹ। ਕੁਛ ਨਾ ਕੁਛ ਅੱਗੇ ਸਾਡੀ ਜਿਹੜੀ ਗਾਇਕੀ ਨੂੰ ਇਹ ਸਾਂਭ ਕੇ ਰੱਖਣਗੇ, ਜਿਵੇਂ ਅਸੀਂ ਆਪਣਿਆਂ ਦੀਆਂ ਗਾਇਕੀ ਨੂੰ ਸਾਂਭ ਕੇ ਰੱਖਿਆ, ਆਪਣੇ ਵਿਰਸੇ ਨੂੰ ਸਾਂਭ ਕੇ ਰੱਖਿਆ, ਇਸੇ ਤਰੀਕੇ ਇਹ ਵੀ ਇਹਨਾਂ ਦੀ ਵੀ ਡਿਊਟੀ ਬਣਦੀ ਹੈ ਅੱਗੇ, ਕਿ ਅੱਗੇ ਰੱਥ ਲੈ ਕੇ ਤੁਰਨ। ਅਤੇ ਇਹਨਾਂ ਦੇ ਸੁਰੀਲੇ ਸੁਰੀਲੇ ਗੀਤ ਤੁਸੀਂ ਅਗਲੇ ਕੁਛ ਮਹੀਨਿਆਂ ਦੇ ਵਿੱਚ, ਕੁਛ ਸਾਲਾਂ ਦੇ ਵਿੱਚ ਸੁਣਦੇ ਜਾਓਗੇ, ਅਤੇ ਫਿਰ ਤੁਹਾਡੇ ਸਟਾਰ ਆਉਣ ਵਾਲੇ ਇਹ ਹੋਣਗੇ। ਸੋ ਮੈਂ ਸ਼ੁਕਰੀਆ ਅਦਾ ਕਰਦਾ ਤੁਹਾਡਾ ਇੱਥੇ ਆ ਚੱਲ ਕੇ ਆਉਣਾ। ਜਿਉਂਦੇ ਰਹੋ ਜੀ, ਖੁਸ਼ ਰਹੋ, ਖੁਸ਼ ਰਹੋ, ਖੁਸ਼ ਰਹੋ, ਮਾਤਾ ਰਾਣੀ ਭਲਾ ਕਰੇ ਤੁਹਾਡਾ ਸਭ ਦਾ। ਆਓ ਸਾਰੇ ਜਾਣੇ ਮਿਲ ਕੇ ਗਾਈਏ। ਜਦੋਂ ਦਾ ਤੇਰਾ ਪੱਲਾ ਫੜਿਆ, ਜਦੋਂ ਦਾ ਤੇਰਾ ਪੱਲਾ ਫੜਿਆ, ਹੋ ਗਏ ਮਾਲਾ ਮਾਲ ਦਾਤੀਏ, ਮੌਜਾਂ ਮੌਜਾਂ ਕਰਦੇ ਲਾਲ ਦਾਤੀਏ, ਮੌਜਾਂ ਮੌਜਾਂ ਕਰਦੇ ਲਾਲ ਦਾਤੀਏ, ਮੌਜਾਂ ਮੌਜਾਂ। ਤੇਰੇ ਹੱਥ ਫੜਾ ਕੇ ਡੋਰਾਂ ਚੜੀਆਂ ਨੇ ਮਸਤੀ ਦੀਆਂ ਲੋਰਾਂ, ਤੇਰੇ ਹੱਥ ਫੜਾ ਕੇ ਡੋਰਾਂ ਚੜੀਆਂ ਨੇ ਮਸਤੀ ਦੀਆਂ ਲੋਰਾਂ, ਰਾਜੀ ਨੇ ਹਰ ਹਾਲ ਦਾਤੀਏ, ਮੌਜਾਂ ਮੌਜਾਂ ਕਰਦੇ ਲਾਲ ਦਾਤੀਏ, ਮੌਜਾਂ ਮੌਜਾਂ ਕਰਦੇ ਲਾਲ ਦਾਤੀਏ, ਮੌਜਾਂ ਮੌਜਾਂ ਕਰਦੇ ਦਾਤੀਏ। ਹਾਜ਼ਰੀਆਂ ਹਾਜ਼ਰੀਆਂ ਪਰਵਾਨ ਕਰੋ, ਹਾਜ਼ਰੀਆਂ ਰੰਗ ਬਰਸੇ, ਰੰਗ ਬਰਸੇ, ਰੰਗ ਬਰਸੇ ਮਾਏ, ਰੰਗ ਬਰਸੇ, ਰੰਗ ਬਰਸੇ, ਰੰਗ ਬਰਸੇ, ਰੰਗ ਬਰਸੇ ਮੇਰੇ, ਰੰਗ ਬਰਸੇ, ਰੰਗ ਬਰਸੇ ਮਾਏ, ਰੰਗ ਬਰਸੇ, ਰੰਗ ਬਰਸੇ ਮੇਰੇ, ਰੰਗ ਬਰਸੇ, ਰੰਗ ਬਰਸੇ, ਰੰਗ ਬਰਸੇ ਮੇਰੇ, ਰੰਗ ਬਰਸੇ, ਰੰਗ ਬਰਸੇ, ਰੰਗ ਬਰਸੇ, ਰੰਗ ਬਰਸੇ ਦਰਬਾਰ ਮਾਈ ਨੂੰ ਤੇਰੇ, ਰੰਗ ਬਰਸੇ, ਰੰਗ ਬਰਸੇ, ਰੰਗ ਬਰਸੇ ਦਰਬਾਰ ਮਾਈ ਨੂੰ ਤੇਰੇ, ਰੰਗ ਬਰਸੇ, ਰੰਗ ਬਰਸੇ, ਰੰਗ ਬਰਸੇ ਦਰਬਾਰ ਮਾਈ ਨੂੰ ਤੇਰੇ, ਰੰਗ ਬਰਸੇ, ਰੰਗ ਬਰਸੇ, ਰੰਗ ਬਰਸੇ ਦਰਬਾਰ ਮਾਈ ਨੂੰ ਤੇਰੇ, ਰੰਗ ਬਰਸੇ। ਮਾਫ ਕਰਿਆ ਮਾਫ ਕਰੀ, ਮਾਫ ਕਰੀ, ਮਾਫ ਕਰੀ ਮਾਂ ਮੇਰਾ ਵਾਲੀਏ, ਭੁੱਲ ਚੁੱਕ ਮਾਫ ਕਰੀ, ਮਾਫ ਕਰੀ, ਮਾਫ ਕਰੀ ਮਾਂ ਮੇਰਾ ਵਾਲੀਏ, ਭੁੱਲ ਚੁੱਕ ਮਾਫ ਕਰੀ, ਮਾਫ
ਮੇਰੀ ਬਿਸ਼ਰਾ ਵਾਲੀ ਤੂੰ ਭੁੱਲ ਚੁੱਕ ਮਾਫ ਕਰੀ ਮਾਂ ਦੇ ਜਗਰਾਤੇ ਵਿੱਚ ਆ ਜਾਓ ਸਾਰੇ ਨੱਚੀਏ ਦੋ ਮਿੰਟ ਲਈ ਬਸ ਨੱਚਣਾ ਵੀ ਬਾਤ ਬਣ ਜਾਂਦਾ ਜਿੰਨਾ ਕਿਤੇ ਚੱਜ ਹੋਵੇ ਉਹਨੇ ਵਾਟ ਮੱਕੇ ਦੀ ਤੋਂ ਕੀ ਲੈਣਾ ਜਿਹਦਾ ਘਰੀ ਬੈਠਿਆ ਅੱਜ ਹੋਵੇ ਜਿਹਦਾ ਘਰੀ ਬੈਠਿਆ ਅੱਜ ਹੋਵੇ ਮਾਂ ਦੇ ਜਗਰਾਤੇ ਵਿੱਚ ਅੱਜ ਸਾਰੇ ਨੱਚੀਏ ਜਗਰਾਤੇ ਵਿੱਚ ਅੱਜ ਸਾਰੇ ਨੱਚੀਏ ਇੰਨਾ ਚ ਨੱਚੀਏ ਇੱਕ ਨੱਚਦੇ ਨਾ ਥੱਕੀਏ ਵੀ ਮਾਂ ਦੇ ਜਗਰਾਤੇ ਵਿੱਚ ਜਗਰਾਤੇ ਵਿੱਚ ਆ ਜਾ ਸਾਰੇ ਨੱਚੀਏ ਵਿੱਚ ਮਸਤੀ ਸਭ ਨਾਲੋਂ ਉੱਚੀ ਮੇਰੀ ਦਾਦੀ ਮਾਂ ਦੀ ਹਸਤੀ ਧਾਬੀਆਂ ਤੇ ਢੋਲ ਵੀ ਵਜਾਉਂਦਾ ਵਿੱਚ ਮਸਤੀ ਸਭ ਨਾਲੋਂ ਉੱਚੀ ਮੇਰੀ ਦਾਦੀ ਮਾਂ ਦੀ ਹਸਤੀ ਫੇਰ ਕਿਉਂ ਨਾ ਅੰਬੇ ਮਾਂ ਦੇ ਰੰਗਾਂ ਵਿੱਚ ਨੱਚੀਏ ਵੀ ਮਾਂ ਦੇ ਜਗਰਾਤੇ ਵਿੱਚ ਮਾਂ ਦੇ ਜਗਰਾਤੇ ਵਿੱਚ ਆ ਜਾ ਸਾਰੇ ਨੱਚੀਏ ਨੱਚ ਨੱਚ ਕੇ ਆਉਂਦਾ ਏ ਤੇ ਮਾਂ ਨੂੰ ਮਨਾਉਣਾ ਨੱਚ ਨੱਚ ਕੇ ਪੂਜਾ ਨਾਲ ਘੱਟ ਨਹੀਂ ਤੇ ਆਉਣਾ ਨੱਚ ਨੱਚ ਕੇ ਆਉਂਦਾ ਏ ਤੇ ਮਾਂ ਨੂੰ ਮਨਾਉਣਾ ਨੱਚ ਨੱਚ ਕੇ ਲਾਲ ਟਿੱਕ ਲੱਕ ਲਾਲ ਚੁੰਨੀਆਂ ਨਾਲ ਨੱਚੀਏ ਵੀ ਮਾਂ ਦੇ ਜਗਰਾਤੇ ਵਿੱਚ ਮਾਂ ਦੇ ਜਗਰਾਤੇ ਵਿੱਚ ਮਾਂ ਦੇ ਜਗਰਾਤੇ ਵਿੱਚ ਲਾਲ ਰੰਗ ਦੇ ਝੰਡਿਆਂ ਉੱਤੇ ਸੋਹਣਾ ਕੋਟਾ ਲਾਈਏ ਤੇ ਲਾਲ ਗਿਆ ਦਾਦੀ ਦਾ ਮੇਲਾ ਲੱਗਿਆ ਦਾਦੀ ਦਾ ਦਰਸ਼ਨ ਕਰਕੇ ਆਈਏ ਹੋ
ਤਾੜੀ ਵਜਾ ਕੇ ਓ ਜੈ ਮਾਤਾ ਦੀ ਜੈ ਮਾਤਾ ਦੀ ਕਹਿੰਦੇ ਕਹਿੰਦੇ ਉੱਚੇ ਪਰਬਤ ਚੜ੍ਹਨਾ ਜਿੱਥੇ ਆਵੇ ਮੁਸ਼ਕਲ ਭਾਰੀ ਮਾਂ ਨੂੰ ਚੇਤੇ ਕਰਨਾ ਜਿੱਥੇ ਆਵੇ ਮੁਸ਼ਕਲ ਭਾਰੀ ਮਾਂ ਨੂੰ ਚੇਤੇ ਕਰਨਾ ਆਉਂਦੇ ਜਾਂਦੇ ਭਗਤਾਂ ਤਾਈ ਜੈ ਜੈਕਾਰ ਬੁਲਾਈਏ ਆਉਂਦੇ ਜਾਂਦੇ ਭਗਤਾਂ ਤਾਈ ਜੈ ਜੈਕਾਰ ਬੁਲਾਈਏ ਓ ਮੇਲਾ ਲੱਗਿਆ ਦਾਤੀ ਦਾ ਦਾਤੀ ਦਾ ਮੇਲਾ ਲੱਗਿਆ ਦਾਤੀ ਦਾ ਮੇਲਾ ਲੱਗਿਆ ਦਾਤੀ ਦਾ ਚਲੀਏ ਦਰਸ਼ਨ ਕਰਕੇ ਆਈਏ ਚਲੀਏ ਦਰਸ਼ਨ ਕਰਕੇ ਆਈਏ ਚਲੀਏ ਦਰਸ਼ਨ ਕਰਕੇ ਆਈਏ ਦਰਸ਼ਨ ਕਰਕੇ ਆਈਏ ਚਲੀਏ ਦਰਸ਼ਨ ਕਰਕੇ ਆਈਏ ਚਲੀਏ ਦਰਸ਼ਨ ਕਰਕੇ ਆਈਏ ਚਲੀਏ ਦਰਸ਼ਨ ਕਰਕੇ ਆਈਏ ਚਲੀਏ ਦਰਸ਼ਨ ਕਰਕੇ ਆਈਏ ਸੱਚੇ ਦਰਬਾਰ ਕੀ ਬਹੁਤ ਬਹੁਤ ਸ਼ੁਕਰੀਆ ਭਗਤ ਜਨੋ ਜਿਉਂਦੇ ਵਸਦੇ ਰਹੋ ਮਾਤਾ ਰਾਣੀ ਹਮੇਸ਼ਾ ਰਹਿਮ ਭਰੇ ਹੱਥ ਰੱਖੇ ਥੈਂਕ ਯੂ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਹੈ ਜੈ ਮਾਂ ਸੰਤੋਸ਼ੀ ਇਹ ਪ੍ਰਾਚੀਨ ਮੰਦਰ ਲੋਪੋਕੇ ਬਜਾਜ ਸਾਹਿਬ ਸਾਡੇ ਮਾਣਯੋਗ ਭਗਤ ਹੀਰਾ ਜੀ ਔਰ ਸਮੂਹ ਇੱਥੋਂ ਦੀ ਸਾਰੀ ਸਾਧ ਸੰਗਤ ਜਿੰਨੀ ਵੀ ਹੈ